ਅਸਲਾਮ ਵਾਲੇਕੁਮ ਅਤੇ ਕੀ ਹਾਲ ਹੈ ਮੇਰੇ ਪਿਛੋਰੀਓ, ਕੀ ਹਾਲ ਹੈ ਵੱਲੋ ਸੋ? ਬਿਲਕੁਲ ਠੀਕ ਠਾਕ ਹੋ ਸਾ। ਮੈਂ ਵਾਂ ਨੋਮਾਨ ਰਊਫ, ਤੁਹਾਡੇ ਆਪਣੇ ਪ੍ਰੋਗਰਾਮ ਬੂਹੇ ਬਾਰੀਆਂ ਨਾਲ। ਅਤੇ ਕੀ ਹਾਲ ਹੈ ਵੱਲ ਜੋੜੋ ਕਿ ਨਹੀਂ ਗਏ ਹੋ? ਅਤੇ ਅੱਜ ਤੁਸੀਂ ਦੇਖਦੇ ਪਏ ਹੋ ਸੋ ਯਾਰ, ਮੇਰੇ ਪਸੇ ਮੰਜ਼ਰ ਹੀ ਤੁਹਾਨੂੰ ਨਜ਼ਰ ਆਉਂਦਾ ਪਿਓ ਸੀ। ਬੜੀ ਕੋਈ ਵਿਆਹ ਸ਼ਾਦੀਆਂ ਵਾਲਾ ਮਾਹੌਲ ਹੈ ਅਤੇ ਦਿਲ ਤਾਂ ਤੁਹਾਡਾ ਵੀ ਚਾਹੁੰਦਾ ਪਿਓ ਸੀ ਕਿ ਸ਼ਾਦੀਆਂ ਵਾਲੀ ਡੰਗ ਡੁੰਗ ਹੈ ਕਿ ਨਹੀਂ ਗੀ। ਜੀ, ਤੁਹਾਡਾ ਬੜੀ ਮੈਂ ਸ਼ੁਕਰੀਆ ਅਦਾ ਕਰ ਸਕਾਂ ਕਿ ਤੁਹਾਨੂੰ ਇਤਨਾ ਜ਼ਬਰਦਸਤ ਤੁਹਾਨੂੰ ਸਾਨੂੰ ਫੀਡਬੈਕ ਦਿੱਤਾ, ਕਿਉਂਕਿ ਜਦੋਂ ਤੁਸੀਂ ਲੋਕ ਫੀਡਬੈਕ ਦਿੰਦੇ ਹੋ ਨਾ, ਮੈਨੂੰ ਪਤਾ ਲੱਗਦਾ ਕਿ ਯਾਰ ਮੇਰਾ ਪ੍ਰੋਗਰਾਮ ਅੱਛਾ ਜਾਂਦਾ ਪਿਆ, ਨਹੀਂ ਜਾਂਦਾ ਪਿਆ। ਅਤੇ ਇਹ ਪ੍ਰੋਗਰਾਮ ਹੈ ਕਿਸ ਵਾਸਤੇ? ਇਹ ਪ੍ਰੋਗਰਾਮ ਮੇਰੇ ਸਾਰੇ ਪਿਛੋਰੀਆਂ ਵਾਸਤੇ ਵੇ, ਅਸੀਂ ਆਪਣੇ ਪਿਛੋਰੀਆਂ ਦੀ ਆਵਾਜ਼ ਹਾਂ। ਇਸ ਪ੍ਰੋਗਰਾਮ ਦਾ ਮਕਸਦ ਇਹ ਵੇ ਕਿ ਅਸੀਂ ਆਪਣੇ ਪਿਛੋਰੀਆਂ ਨੂੰ ਦੇਖੀਏ, ਉਹਨਾਂ ਨੂੰ ਯਾਰ ਕਿਹੜੇ ਕਿਹੜੇ ਮਸਾਇਲ ਦੇ ਵਿੱਚ ਕਾਰਨ, ਕਿਹੜੇ ਕਿਹੜੇ ਗਮੀ ਦੇ ਵਿੱਚ ਕਾਰਨ, ਕਿਹੜੀ ਕਿਹੜੀ ਖੁਸ਼ੀ ਦੇ ਵਿੱਚ ਕਾਰਨ, ਅਤੇ ਅਸੀਂ ਪਿਛੋਰ ਨੂੰ ਹਾਈਲਾਈਟ ਕਰੀਏ। ਅਤੇ ਅੱਜ ਦਾ ਸਾਨੇ ਜਿਹੜਾ ਟੋਪਿਕ ਚੁਣਿਆ, ਬੜਾ ਹੀ ਮਜ਼ੇਦਾਰ ਹੈ, ਬੜਾ ਹੀ ਜਿਹੜਾ ਇਨਸਾਨ ਦਾ ਸਿਲਸਿਲਾ ਇੱਕ ਸ਼ੁਰੂ ਹੁੰਦਾ, ਕਿੱਧਰੋਂ ਸ਼ੁਰੂ ਹੁੰਦਾ? ਇਹ ਵਿਆਹ ਸੀ ਸ਼ੁਰੂ ਹੁੰਦਾ ਜੀ, ਵਿਆਹ ਸ਼ਾਦੀਆਂ ਦੇ ਵਿਚਕਾਰ ਬੰਦਾ ਸ਼ੁਗਲ ਮੇਲਾ, ਅਤੇ ਬਾਅਦ ਜਿਹੜਾ ਪਿਛੋਰੀਆਂ ਦਾ ਵਿਆਹ ਸ਼ਾਦੀ ਹੁੰਦੀ ਹੈ, ਇਨਕੋਵਾਨਾਂ ਦੀ ਵਿਆਹ ਸ਼ਾਦੀ ਹੁੰਦੀ, ਉਹਨਾਂ ਦਾ ਆਪਣਾ ਇੱਕ ਮਜ਼ਾ ਹੁੰਦਾ ਆ। ਤੁਹਾਨੂੰ ਯਾਦ ਹੋ ਸੀ ਕਿ ਪਹਿਲੇ ਵਿਆਹ ਸ਼ਾਦੀਆਂ ਹੁੰਦੀਆਂ ਹੀ ਆ, ਅਤੇ ਇੱਕ ਇੱਕ ਮਹੀਨਾ ਮਹਿੰਦੀਆਂ ਹੁੰਦੀਆਂ ਹੀ ਆ, ਘਰ ਦੇ ਬੂਹੇ ਦਰਵਾਜ਼ੇ ਖੁੱਲ ਜਾਂਦੇ ਹੁੰਦੇ, ਬੈਠਾਂ ਸੱਜ ਜਾਂਦੀਆਂ ਹੀ, ਅਤੇ ਕਾਹਵੇ ਚੱਲਦੇ, ਅਤੇ ਕੈਰਮ ਬੋਰਡ ਚੱਲਦੇ ਪਏ, ਅਤੇ ਲੋਕ ਆਉਂਦੇ ਪਏ, ਅਤੇ ਮੈਂ ਕਦੀ ਚਾਚਾ ਕਦੀ ਪੁੱਪੀ ਕਦੀ ਮਾਮੀ ਮਹਿੰਦੀਆਂ ਲਿਆਉਂਦੇ ਪਏ, ਅਤੇ ਸ਼ੁਗਲ ਮੇਲਾ, ਚੋਰੀ ਦੀ ਮਹਿੰਦੀ ਆਉਂਦੀ ਪਈ ਹੈ ਜੀ। ਅਤੇ ਬਸ ਉਸ ਮਹਿੰਦੀਆਂ ਦੇ ਵਿਚਕਾਰ ਕਿਉਂ ਹੁੰਦਾ, ਸਾਰੇ ਲੋਕ ਜਾਣੇ ਆ ਰਾਤ ਨੂੰ ਛੁੱਪ ਛੁੱਪ ਕੇ, ਕਦੀ ਕੁੜੀ ਵੱਲ ਅਤੇ ਕਦੀ ਨਡਿਆਂ ਵੱਲ, ਅਤੇ ਕਿਸੇ ਕਹਾਣੀਆਂ ਲੱਗੀਆਂ ਰਹਿੰਦੀਆਂ ਹੁੰਦੀਆਂ। ਸਾਡੇ ਵਿਆਹ ਸ਼ਾਦੀਆਂ ਦੇ ਵਿਚਕਾਰ ਵੀ ਆਪਣਾ ਮਜ਼ਾ ਹੁੰਦਾ ਆ, ਬੜੀ ਸਾਦਗੀ ਹੈ, ਬੜੇ ਅੱਛੇ ਲੋਕ ਹੁੰਦੇ। ਅਤੇ ਉਹ ਵਿਆਹ ਸ਼ਾਦੀਆਂ ਦਾ ਕੰਪੈਰੀਜ਼ਨ ਕਰਾਂ ਅਤੇ ਅੱਜ ਕੱਲ੍ਹ ਦੇ ਵਿਆਹ ਸ਼ਾਦੀਆਂ ਨੂੰ ਦੇਖਾਂ, ਅਤੇ ਉਸਦੀ ਜਗ੍ਹਾ ਤੁਸੀਂ ਦੇਖੋ, ਸ਼ਾਦੀ ਹਾਲਾਂ ਨੇ ਲੈ ਲਿੱਤੀਆਂ ਨੂੰ, ਲੋਕ ਬਸ ਤਿਆਰ ਹੋ ਕੇ ਡਾਇਰੈਕਟ ਜਾਂਦੇ ਨੇ, ਉਹ ਬਸ ਆਪਣੇ ਘਰ, ਵਿਆਹ ਦਾ ਫੰਕਸ਼ਨ ਖਤਮ ਹੁੰਦਾ, ਕੁੜੀ ਵਾਲੇ ਆਪਣੇ ਘਰ, ਨਡੇ ਵਾਲੇ ਆਪਣੇ ਘਰ, ਪਹਿਲੇ ਘਰ ਸਜਦੇ ਹੁੰਦੇ, ਝੰਡੀਆਂ ਲੱਗਦੀਆਂ ਹੁੰਦੀਆਂ, ਛੋਟੀ ਛੋਟੀ ਰਸਮਾਂ ਹੁੰਦੀਆਂ ਹੁੰਦੀਆਂ, ਉਸ ਰਸਮਾਂ ਦੇ ਵਿਚਕਾਰ ਵੀ ਬੜਾ ਮਜ਼ਾ ਹੁੰਦਾ ਆ। ਤੁਹਾਨੂੰ ਯਾਦ ਹੋ ਸੀ ਕਿ ਕਿਸ ਤਰੀਕੇ ਨਾਲ ਸਾਰੇ ਮਿਲ ਬਾਂਡ ਕੇ ਘਰ ਉਹ ਸੇਜ ਸਜਦੀ ਹੁੰਦੀ ਹੈ, ਉਤੋਂ ਉਹ ਦੁੱਧ ਪਿਲਾਈ ਦੀ ਰਸਮ ਹੁੰਦੀ ਹੈ, ਉਸਦੇ ਵਿਚਕਾਰ ਬਾਰਾਤ ਦੀ ਰਸਮ ਦੇ ਵਿਚਕਾਰ ਬੜੀ ਲੜਾਈਆਂ, ਪੈਸਿਆਂ ਦੇ ਵਿਚਕਾਰ, ਜੀ ਸਾਨੇ ਦੁੱਧ ਪਿਲਾਈ ਕੀਤੀ ਹੈ, ਅਤੇ ਇਹਦੇ ਵਿਚਕਾਰ ਇਤਨੇ ਪੈਸੇ ਲੈ ਸਕੀ, ਇਤਨੇ ਪੈਸੇ ਲੈ ਸਕੀ, ਉਹ ਸਾਰੀ ਛੋਟੀ ਮੋਟੀ ਨੋਕ ਜੋਕ ਹੁੰਦੀ ਹੈ। ਇਹ ਸਾਰੀ ਚੀਜ਼ਾਂ, ਇਹ ਜਿਤਨੀ ਵੀ ਸਾਡੀ ਰਸੂਮਾਂ ਤਈਆਂ, ਸਾਡੀ ਰਵਾਇਤ ਤਈਆਂ, ਇਨਕੋ ਉਹਨਾਂ ਦਾ ਪਿਆਰ ਆਇਆ, ਮੁਹੱਬਤ ਆਈ, ਵੱਧ ਵਲੀਮੇ ਦੇ ਵਿਚਕਾਰ ਆਪਣੇ ਉਸਦੇ ਮਜ਼ੇ ਹੁੰਦੇ ਹੁੰਦੇ, ਵੇ ਦੋਸਤਾਂ ਦੀ ਮਹਿੰਦੀਆਂ ਵੀ ਚੱਲਦੀਆਂ ਹੁੰਦੀਆਂ ਆ, ਅਤੇ ਵਲੀਮੇ 'ਚ ਸਾਰੇ ਦੋਸਤ ਯਾਰ ਇਕੱਠੇ ਹੋ ਕੇ ਉਹ ਰੋਟੀ ਕਰਦੇ ਹੁੰਦੇ, ਰੋਟੀਆਂ 'ਤੇ ਆਪਣੇ ਦੋਸਤ ਯਾਰ ਬੈਠੇ ਹੁੰਦੇ, ਅਤੇ ਆ ਚੱਲ ਬਾਵੇ ਇਹਨੂੰ ਇਹ ਪਹੁੰਚਾ ਦੇ, ਇਹਨੂੰ ਚਰਗਾ ਪਹੁੰਚਾ, ਇਹਨੂੰ 36 ਕੋਫਤੇ, ਇਹ ਕੋਰਮਾ। ਲੇਕਿਨ ਅੱਜ ਕੱਲ੍ਹ ਸਾਰੇ ਚੀਜ਼ਾਂ ਇਹ ਆਰਟੀਫਿਸ਼ਲ ਹੋ ਗਈਆਂ, ਅਸੀਂ ਲੋਕ ਮਟਰੀਅਲਿਸਟਿਕ ਹੋ ਗਏ, ਜਾਣਿਆ ਸ਼ਾਦੀ ਹਾਲਾਂ ਦੇ ਵਿਚਕਾਰ ਤਿਆਰ ਹੋ ਕੇ, ਅਤੇ ਬਸ ਤਿਆਰ ਚੀਜ਼ ਸਾਨੂੰ ਤਿਆਰ ਦੀ ਆਦਤ ਹੋ ਗਈ ਹੈ, ਲੇਕਿਨ ਉਹ ਪਿਆਰ ਮੁਹੱਬਤ ਉਹ ਸਾਰਾ ਮਜ਼ਾ ਮਨੋਂ ਨਹੀਂ ਨਜ਼ਰ ਆਉਂਦਾ। ਅਤੇ ਹੁਣ ਅੱਜ ਕੱਲ੍ਹ ਦਾ ਜਿਹੜਾ ਮੇਰਾ ਟੋਪਿਕ ਹੈ ਉਹ ਇਸੀ 'ਤੇ ਵੇ ਕਿ ਸਾਡੀ ਆਪਣੀ ਜਿਹੜੀ ਸ਼ਾਦੀਆਂ ਦੀ ਰਸੂਮਾਂ ਤਈਆਂ, ਜਿਹੜੀ ਸਾਡੇ ਆਪਣੇ ਮਜ਼ੇ, ਅੱਜ ਕੱਲ੍ਹ ਦੇ ਲੋਕ ਉਹ ਚੀਜ਼ ਦੁਬਾਰਾ ਫੀਲ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ? ਲੋਕਾਂ ਕੋਲੋਂ ਪੁੱਛਾਂ ਤਾਂ ਉਹਨਾਂ ਲੋਕਾਂ ਸੇ ਵੀ ਪੁੱਛਾਂ ਜਿਹੜੀ ਇਹਨਾਂ ਚੀਜ਼ਾਂ ਨਾਲ ਰਿਲੇਟ ਕਰਦੇ ਨੇ। ਜਿਸ ਤਰੀਕੇ ਨਾਲ ਆਪ ਦੇਖੋ ਕਿ ਜਿਹੜੇ ਡਰੈਸਿੰਗ ਹੁੰਦੀ ਹੈ ਇਹ ਸ਼ਾਦੀ ਦੇ ਵਿਚਕਾਰ, ਜਿਹੜੇ ਦੁਲਹਨ ਦੇ ਡਰੈਸ ਹੁੰਦੇ ਨੇ, ਹੁਣ ਅੱਜ ਕੱਲ੍ਹ ਕਿਹੜੀ ਪ੍ਰਾਈਸ ਚਲੀ ਗਈ ਹੈ, ਵਕਤ ਦੇ ਨਾਲ ਨਾਲ ਹਰ ਇੱਕ ਚੀਜ਼ ਦੀ ਕੀਮਤਾਂ ਵੀ ਡਬਲ ਹੋ ਗਈਆਂ, ਅਤੇ ਤਮਾਮ ਜਗ੍ਹਾ 'ਤੇ ਤੁਹਾਨੂੰ ਲੈ ਕੇ ਜਾ ਸਾਂ, ਲੋਕਾਂ ਨਾਲ ਵੀ ਗੱਪਸ਼ਪ ਲਗਾ ਸਾਂ, ਅਤੇ ਦੇਖ ਸੀਏ ਕਿ ਸਾਡੇ ਪਿਛੋਰੀ ਕੀ ਕਹਿੰਦੇ ਨੇ ਯਾਰ, ਕਿ ਵਿਆਹਾਂ ਸ਼ਾਦੀਆਂ ਦਾ ਹੁਣ ਮਜ਼ਾ ਆਇਆ ਕਿ ਵਿਆਹਾਂ ਸ਼ਾਦੀਆਂ ਦਾ ਪਹਿਲੇ ਮਜ਼ਾ ਆਇਆ। ਜੀ ਨਾਜ਼ਰੀਨ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਮੈਂ ਤੁਹਾਨੂੰ ਅਜੇ ਸ਼ਾਦੀ ਵਿਆਹਾਂ ਦਾ ਪੂਰਾ ਸਮਾਨ ਬਤਾ ਸਾਂ ਕਿ ਸਾਡੇ ਪਿਛੋਰੀ ਜਿਹੜੇ ਸ਼ਾਦੀ ਵਿਆਹ ਵਿੱਚ ਕਰਕੇ ਕੀ ਚੀਜ਼ਾਂ ਇਸਤੇਮਾਲ ਹੁੰਦੀਆਂ, ਅਤੇ ਮੈਂ ਇਸ ਵਕਤ ਬੜੀ ਜ਼ਬਰਦਸਤ ਇੱਕ ਸ਼ੋਪ 'ਤੇ ਹਾਂ ਜਿੱਥੇ ਮੈਨੂੰ ਇਹ ਗਾਣੇ ਵੀ ਨਜ਼ਰ ਆਉਂਦੇ ਪੈਣ, ਕੁੱਲੇ ਵੀ ਨਜ਼ਰ ਆਉਂਦੇ ਪੈਣ, ਮਹਿੰਦੀ ਦੀ ਤੇ ਜੀ ਅਜੀ ਵਰਾਇਟੀ ਨਜ਼ਰ ਆਉਂਦੀ ਪਈ, ਯਕੀਨ ਕਰੋ ਦਿਲ ਚਾਹੁੰਦਾ ਪਿਆ ਮੈਂ ਵੱਧ ਇੱਕ ਵਿਆਹ ਕਰ ਲਵਾਂ। ਹਾਂ ਨਹੀਂ ਤਾਂ ਵਿਆਹ ਹੋਇਆ ਹੋਇਆ ਖੈਰ, ਲੇਕਿਨ ਦਿਲ ਚਾਹੁੰਦਾ ਯਾਰ ਵੱਧ ਸੀ ਜ਼ਰਾ ਦੁੱਲਾ ਬਣ ਜਾਓ, ਇੰਨੀ ਜ਼ਬਰਦਸਤ ਜ਼ਬਰਦਸਤ ਚੀਜ਼ਾਂ, ਇੰਨੀ ਅੱਛੀ ਅੱਛੀ ਵਰਾਇਟੀ ਇੱਥੇ ਕਿ ਬਸ ਮੈਂ ਤੁਹਾਨੂੰ ਕੀ ਬਤਾਵਾਂ। ਅਤੇ ਮੇਰੇ ਨਾਲ ਇਸ ਸ਼ੋਪ ਦੇ ਓਨਰ ਮੌਜੂਦ ਹਨ, ਅਤੇ ਖੈਰ ਮਜ਼ੇ ਦੀ ਗੱਲ ਇਨਕੋਵਾਨ, ਉਹਨਾਂ ਨਾਲ
ਨਾਲ ਗੱਪ ਸ਼ੱਪ ਲਗਾਉਂਦੇ ਹਾਂ ਅਤੇ ਪੁੱਛਦੇ ਹਾਂ ਕਿ ਯਾਰ ਇਹ ਅੱਜ ਕੱਲ੍ਹ ਕੀ ਹਾਲਾਤ ਚੱਲਦੇ ਪਏ ਨੇ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ। ਰੋਹਨ ਬਾਈ ਕੀ ਹਾਲ ਤੁਹਾਡੇ? ਅੱਛੇ ਹੋ ਸਰ? ਸ਼ੁਕਰ ਹੈ ਜੀ, ਅੱਲਾਹ ਪਾਕ ਦਾ ਬਹੁਤ ਸ਼ੁਕਰ ਹੈ। ਅੱਛਾ ਰੋਹਨ ਬਾਈ, ਮਾਸ਼ਾਅੱਲਾ ਤੁਹਾਨੇ ਤਾਂ ਬੜੀ ਜ਼ਬਰਦਸਤ ਡੈਕੋਰੇਸ਼ਨ ਕੀਤੀ ਹੋਈ ਜੇ ਵਿਚਕਾਰ ਕੀ ਚੀਜ਼ ਅਵੇਲੇਬਲ ਹੈ ਮਹਿੰਦੀ ਵਾਸਤੇ ਅਤੇ ਇਨਕੋਵਾਨਾ ਵਾਸਤੇ? ਤੁਹਾਡੇ ਕੋਲ ਕੀ ਵਰਾਇਟੀ ਹੈ ਸ਼ਾਦੀ ਵਿਆਹਾਂ ਦੀ, ਜ਼ਰਾ ਸਮਝਾਓ। ਮਹਿੰਦੀ ਅਸੀਂ ਤਾਂ ਆਲਮੋਸਟ ਸਾਰੀ ਵਰਾਇਟੀ ਸਾਡੇ ਕੋਲ ਹੈ ਵੇ, ਕੁੱਲੇ ਹੈ ਮੁਨਗਾਨਾ, ਰੁਮਾਲ, ਅਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਫੈਂਸੀ ਢੋਲਕੀਆਂ ਅਤੇ ਫੈਂਸੀ ਥਾਲ ਅਤੇ ਉਹ ਬਿੱਦੀ ਡੱਬੀਆਂ ਅਤੇ ਬਹੁਤ ਅੱਜ ਕੱਲ੍ਹ ਬਹੁਤ ਵਰਾਇਟੀ ਹੋ ਗਈ ਹੈ ਜੀ। ਅੱਛਾ ਜੀ ਰੋਹਨ ਬਾਈ, ਮੈਂ ਤੁਹਾਨੂੰ ਕੰਪੇਅਰ ਕਰਾਂ ਕਿ ਅੱਜ ਸੀ ਜਿਹੜੇ ਪਹਿਲੇ ਅਗਰ ਤੁਹਾਨੂੰ ਆਪਣੇ ਮਾਂ ਪਿਓ ਸੀ ਪੁੱਛੋ ਹੋਵੇ ਰਿਸ਼ਤੇਦਾਰਾਂ ਸੀ ਕਿ ਯਾਰ ਕੀ ਹੁੰਦਾ ਆ ਉਹਨਾਂ ਦੇ ਵਿਆਹਾਂ ਦੇ ਵਿਚਕਾਰ, ਤਾਂ ਉਹਨਾਂ 'ਚ ਇੰਨਾ ਫੈਂਸੀ ਨਹੀਂ ਹੁੰਦਾ ਆ, ਆਉਂਦੀਆਂ ਜਾਂ ਤਮਾਮ ਚੀਜ਼ਾਂ ਲੇਕਿਨ ਸਾਦਗੀ ਦੇ ਵਿਚਕਾਰ ਹੁੰਦੇ, ਅਤੇ ਜੋ ਅਸੀਂ ਦੁਪੱਟਿਆਂ ਨੂੰ ਉਹ ਕਲਰ ਦੁਪੱਟੇ ਹੁੰਦੇ ਉਹਨੂੰ ਉਸਦੇ ਨਾਲ ਕਾਰ ਸਜਾਉਣੀ ਹੁੰਦੀ ਆ, ਚੰਡੀਆਂ ਨਾਲ ਕਾਰ ਸਜਾਉਂਦੇ ਹੁੰਦੇ ਆ, ਜਾਂ ਅਗਰ ਪੁਰਾਣੀ ਅਸੀਂ ਆਪਣੇ ਮਾਂ ਪਿਓ ਦੀ ਵੀਡੀਓਜ਼ ਦੇਖੀਏ ਉਹਦੇ ਵਿਚਕਾਰ ਸਾਨੂੰ ਨਜ਼ਰ ਆਉਂਦੀਆਂ ਨੇ ਚੀਜ਼ਾਂ। ਅੱਜ ਕੱਲ੍ਹ ਪੁਰਾਣੇ ਨੂੰ ਅਗਰ ਮੈਂ ਕੰਪੈਰੀਜ਼ਨ ਕਰਾਂ ਅੱਜ ਕੱਲ੍ਹ ਦੇ ਸ਼ਾਦੀ ਦੇ ਮਾਹੌਲ ਦੇ ਵਿਚਕਾਰ, ਤਾਂ ਕੀ ਕੰਪੈਰੀਜ਼ਨ ਦੇਖਦੇ ਹੋ? ਪੁਰਾਣਾ ਜਿਹੜਾ ਵਕਤ ਆਇਆ ਨਾ ਜੀ, ਉਸ ਵਿਚਕਾਰ ਲੋਕਾਂ 'ਤੇ ਪਹਿਲੇ ਦੇ ਦਿਲ ਬਹੁਤ ਵੜੇ ਆਏ। ਵਿਆਹ ਇੱਕਦਾ ਹੁੰਦਾ ਅਤੇ ਕਾਰ ਸਾਰੇ ਆਪਣਾ ਆਪਣਾ ਬੈਠਕ ਦੇ ਦਿੱਤੀ, ਕਿਸੇ ਨੇ ਕਮਰਾ ਦੇ ਦਿੱਤਾ, ਕਿਸੇ ਨੇ ਟਾਈਮ ਦੀ ਚਾਹ ਦੇ ਦਿੱਤੀ, ਕਿਸੇ ਨੇ ਰੋਟੀ ਦੇ ਦਿੱਤੀ। ਹੁਣ ਬੜੇ ਨਿੱਕੇ ਦਿਲ ਹੁਣ ਜੀ, ਪਹਿਲੇ ਤਾਂ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ। ਪਹਿਲੇ ਅਸੀਂ ਸਾਨੂੰ ਪਤਾ ਹੈ ਅਸੀਂ ਨਿੱਕੇ ਹਾਂ ਅਤੇ ਸਾਡੇ ਮਾਮਿਆਂ ਦੀ ਮਹੀਨਾ ਮਹੀਨਾ ਪਹਿਲੇ ਮਹਿੰਦੀਆਂ ਹੁੰਦੀਆਂ। ਹੁਣ ਇੱਕ ਹਫ਼ਤਾ ਮਹਿੰਦੀ ਹੋ ਜਾਵੇ ਤਾਂ ਅਗਲਾ ਕਹਿੰਦਾ ਜੀ ਬਸ ਜੇਬ ਵਿੱਚ ਕੁਛ ਨਹੀਂ ਬਚਾ, ਅਤੇ ਕਹਿੰਦਾ ਮੈਂ ਸਾਰੇ ਪੈਸੇ ਹੁਣ ਮਹਿੰਦੀਆਂ 'ਤੇ ਹੀ ਲਗਾ ਦੱਸਾਂ ਅਤੇ ਅੱਗੇ ਕਿਵੇਂ ਕਰ ਸਾਂ। ਦੂਈ ਵੜੀ ਸਭ ਤੋਂ ਵੱਡੀ ਗੱਲ ਹੈ ਕਿ ਪਹਿਲੇ ਹੁੰਦੇ ਆ ਇਹ ਸਾਡੇ ਕੋਲ ਬੜੇ ਸਹੂਲੀਅਤ ਹੁੰਦੀ ਆ, ਬਿਜਲੀ ਹੁੰਦੀ, ਗੈਸ ਹੁੰਦੀ, ਪਾਣੀ ਹੁੰਦਾ ਆ। ਹੁਣ ਤਾਂ 6 ਵਜੇ ਸੀ ਬਾਅਦ ਆਪਣੀ ਰੋਟੀ ਅਸੀਂ ਗੈਸ ਨਹੀਂ ਗਈ ਅਤੇ ਮਹਿਮਾਨ ਨੂੰ ਸਕੇਅਰ ਕੇ ਲਈ ਆਈਆਂ, ਬਾਹਰੋਂ ਲਈ ਆਈਆਂ ਅਤੇ ਕਿਤਨਾ ਲਈ ਆਈਆਂ। ਯਾਰ ਮੈਂ ਸ਼ਾਦੀ ਵਿਆਹ ਵਾਲੇ ਟੋਪਿਕ ਲੈ ਕੇ ਜਾਣਾ ਵਾਂ ਅਤੇ ਇਹ ਰੋਹਨ ਬਾਈ ਅਤੇ ਮੇਰੇ ਉਹ ਜ਼ਖਮੀ ਦਿਲ ਦੇ ਵਿਚਕਾਰ ਉਹ ਪੈਰ ਰੱਖਦਾ ਪਿਆ ਕਿ ਇਹ ਪਾਣੀ ਗੈਸ। ਖੈਰ ਉਹਨਾਂ 'ਤੇ ਵੀ ਮੈਂ ਬੜੇ ਪ੍ਰੋਗਰਾਮ ਕੀਤੇ ਹੋ, ਮੈਂ ਮੰਨਣਾ ਉਹ ਤੁਹਾਡੀ ਮਹਿੰਗਾਈ ਵੀ ਉਹ ਵੀ ਚੀਜ਼ਾਂ, ਲੇਕਿਨ ਇਹ ਜਿਹੜੀ ਸ਼ਾਦੀ ਵਿਆਹ ਉਹ ਖੁਸ਼ੀ ਦਾ ਟਾਈਮ ਹੁੰਦਾ, ਉਹ ਖੁਸ਼ੀ ਦੇ ਵਿਚਕਾਰ ਲਾਈਟ ਵੀ ਚਲੀ ਜਾਵੇ ਉਸ 'ਤੇ ਬੰਦਾ ਸ਼ਮਾਂ ਲਗਾ ਕੇ ਅਤੇ ਜਨਰੇਟਰ ਲਗਾ ਕੇ ਬੰਦਾ ਵੱਧ ਵੀ ਡਾਂਸ ਸ਼ੁਰੂ ਕਰ। ਗੱਲ ਤਾਂ ਸਹੀ ਹੈ, ਦਿਲ ਵੜੇ ਹੋਣੇ ਚਾਹੀਦੇ ਹਨ, ਖੁਸ਼ੀਆਂ ਹੋਣੀ ਚਾਹੀਦੀਆਂ, ਸਾਰੇ ਆਪਣੇ ਕੋਲ ਹੋਣੇ ਚਾਹੀਦੇ ਹਨ ਜੀ। ਹੁਣ ਮੈਨੂੰ ਬਤਾਓ ਕਿ ਤੁਹਾਡੇ ਕੋਲ ਵਰਾਇਟੀ ਕੇਕ ਕੇ ਵਿਚਕਾਰ ਤੁਹਾਨੂੰ ਕਿਹਾ ਮੈਨੂੰ ਮਹਿੰਦੀ ਦੇ ਸਾਰਾ ਸਮਾਨ ਹੈ, ਮੈਨੂੰ ਬਤਾਓ ਹਿੰਦਕੋਵਾਨ ਤੁਹਾਡੇ ਕੋਲ ਜਿਹੜਾ ਪਿਸ਼ੋਰੀ ਹੈ ਉਹ ਜ਼ਿਆਦਾ ਆਉਂਦਾ ਕਿ ਪਠਾਨ ਲੋਕ ਜ਼ਿਆਦਾ ਆਉਂਦੇ ਨੇ? ਅਤੇ ਮੈਨੂੰ ਬਤਾਓ ਕਿ ਹਿੰਦਕੋਵਾਨ ਅੱਜ ਕੱਲ੍ਹ ਦੇ ਦੌਰ ਵਿੱਚ ਹਿੰਦਕੋਵਾਨ ਸ਼ਾਦੀ 'ਤੇ ਹੁਣ ਉਸ ਤਰ੍ਹਾਂ ਖਰਚਾ ਕਰਦੇ ਨੇ ਜਾਂ ਨਹੀਂ ਕਰਦੇ? ਨਹੀਂ, ਅੱਜ ਕੱਲ੍ਹ ਉਹ ਉਸ ਤਰ੍ਹਾਂ ਖਰਚਾ ਨਹੀਂ ਕਰ ਸਕਦੇ। ਪਠਾਨ ਵਰਤ ਕਰ ਲੈਂਦੇ ਨੇ, ਪਠਾਨ ਆਉਂਦੇ ਨੇ, ਉਹ 4-5 ਪਿਰਾਂ ਮਿਲ ਕੇ 2-4 ਮਹਿੰਦੀਆਂ, 4-5 ਮਹਿੰਦੀਆਂ ਕਰ ਲੈਂਦੇ ਨੇ। ਉਹ ਇਨਕੋਵਾਲ ਜਿਹੜਾ ਹੁੰਦਾ ਉਹ ਕਹਿੰਦੇ ਬਸ ਇੱਕ ਹੀ ਮਹਿੰਦੀ ਹੋਵੇ ਅਤੇ ਸਾਰੇ ਹੋਣ, ਅਤੇ ਉਹ ਅੱਜ ਕੱਲ੍ਹ ਖਫਾ ਲੋਕਾਂ ਦੇ ਦਿਲ ਵੀ ਬਣੇ ਨਿੱਕੇ, ਲੋਕ ਖਫਾ ਵੀ ਬੜੀ ਜਲਦੀ ਹੁੰਦੇ ਨੇ, ਅਤੇ ਕੀ ਕਰੀਏ ਯਾਰ ਭਰਾਵਾ, ਤੈਨੂੰ ਵੀ ਪਤਾ ਹੈ। ਬਸ ਕੋਸ਼ਿਸ਼ ਕਰ ਸੀਏ ਕਿ ਅਸੀਂ ਵਰਾਇਟੀ ਜ਼ਿਆਦਾ ਕਰੀਏ, ਔਰ ਉਮੀਦ ਹੈ ਕਿ ਇਨਕੋਵਾਲ ਜਿਹੜੇ ਅਤੇ ਇਸ ਵੀਡੀਓ ਅਸੀਂ ਪਾ ਕਰ ਸੁਣ ਇਨਕੋਵਾਨਾਂ ਨੇ ਹੁਣ ਸਾਰੇ ਦੇਖਦੇ ਪਏ ਤੁਹਾਡੇ ਕੋਲ ਵੀ ਆਸਨ ਇਨਕੋਵਾਨ, ਤੁਹਾਨੂੰ ਉਹਨਾਂ ਨੂੰ ਡਿਸਕਾਊਂਟ ਵੀ ਦੇਣਾ, ਅਤੇ ਜਿਹੜੇ ਲੋਕ ਵਿਆਹ ਕਰਦੇ ਨੇ ਜਿਹੜੇ ਦੂਆ ਵਿਆਹ ਕਰ ਉਹਨਾਂ ਨੂੰ ਜ਼ਰਾ ਜ਼ਿਆਦਾ ਡਿਸਕਾਊਂਟ ਫ੍ਰੀ ਹੋ ਜੀ। ਅਤੇ ਇਹਨਾਂ ਕੋਲ ਮਾਸ਼ਾਅੱਲਾ ਵਰਾਇਟੀ ਬਹੁਤ ਜ਼ਿਆਦਾ ਇਹਨਾਂ ਦਾ, ਜਿਸ ਤਰ੍ਹਾਂ ਕਿ ਕਹਿਣਾ। ਅੱਛਾ ਇਹ ਜਿਹੜੀ ਰਸੂਮਾਤ ਵਾਸਤੇ ਲੋਕ ਗਾਣਾ ਯੂਜ਼ ਕਰਦੇ ਨੇ ਇਹਨਾਂ ਦਾ ਆਲਮੋਸਟ ਤੁਹਾਡਾ ਤਾਂ ਹੋਲਸੇਲ ਦੇ ਹੀ ਕੰਮ ਹੈ, ਇੱਥੇ ਸਾਰੀ ਚੀਜ਼ਾਂ ਮਿਲਦੀਆਂ। ਲੋਕ ਇਹ ਛੋਟੀ ਛੋਟੀ ਚੀਜ਼ਾਂ ਦੀ ਹੁਣ ਪਰਵਾਹ ਕਰਦੇ ਨੇ? ਮਤਲਬ ਛੋਟੀ ਛੋਟੀ ਚੀਜ਼ਾਂ ਜਿਹੜੀ ਰਸੂਮਾਤ ਪਹਿਲੇ ਅਸੀਂ ਕਰਨੀ ਹੋਣੇ, ਦੁੱਧ ਪਿਲਾਈ ਵਾਸਤੇ ਸਪੈਸ਼ਲ ਮੈਨੇ ਦੇਖਿਆ ਤੁਹਾਡੇ ਕੋਲ ਬੜੀ ਜ਼ਿਆਦਾ ਵਰਾਇਟੀ ਹੈ, ਕੱਪ ਹਨ, ਇਹ ਮਹਿੰਦੀ ਵਾਸਤੇ ਟੋਲਕੀ, ਛੋਟੀ ਛੋਟੀ ਰਸੂਮਾਤ ਦੇ ਲੋਕ ਪਰਵਾਹ ਕਰਦੇ ਨਹੀਂ? ਜਾਣ ਜਿਹੜੇ ਬੇਸਿਕਲੀ ਇਨਕੋਵਾਨ ਹੁਣ ਨਾ ਉਹ ਕਰਦੇ ਹੁਣ ਵੀ, ਜਿਹੜੇ ਮਿਕਸ ਹੁਣ ਉਹ ਇੱਦੀ ਪਰਵਾਹ ਨਹੀਂ ਕਰਦੇ। ਉਹ ਜਿਹਨਾਂ ਦੀ ਰਸਮ ਹੈ ਨਾ, ਜਿਹਨਾਂ ਦੀ ਮਤਲਬ ਦਾਦਾ ਪਰਦਾਦਾ ਇਹ ਰਸਮਾਂ ਚੱਲਦੀ ਪਈਆਂ ਉਹ ਕਰਦੇ ਨੇ। ਉਹ ਵੱਧ ਇਹ ਨਹੀਂ ਦੇਖਦੇ ਕਿ ਮਹਿੰਗਾ ਕਿ ਸਸਤਾ, ਉਹਨਾਂ ਨੇ ਵੱਧ ਕਰਨੀਆਂ।
ਬਿਲਕੁਲ ਠੀਕ ਹੈ। ਉਹ ਅੱਲਾਹ ਤਾਲਾ ਜਿਹਨਾਂ ਦੇ ਭਰਾ ਹਨ ਜਿਹਨਾਂ ਦੀ ਭੈਣਾਂ ਜ਼ਿੰਦਾ ਹੁੰਦੀਆਂ ਹਨ ਉਹਨਾਂ ਵਾਸਤੇ ਵਾ ਤੋਂ ਸਭ ਕੁਛ ਕਰ ਦੇਣ, ਉਹਨਾਂ ਵਾਸਤੇ ਦੇਖ ਦੇਣ ਕਿ ਯਾਰ ਕਿਹੜੀ ਛੋਟੀ ਸੀ ਛੋਟੀ ਚੀਜ਼ ਅਸੀਂ ਵਿਆਹ ਬਾਰ ਬਾਰ ਬੰਦਾ ਕਰ ਨਹੀਂ ਸਕਦਾ ਸਾਡਾ, ਅਤੇ ਉਹ ਹਿਸਾਬ ਕਿਤਾਬ ਇੱਕ ਦਫ਼ਾ ਕਰਨਾ ਹੋਰ ਟਿਕਾ ਕੇ ਕਰਨਾ। ਅਤੇ ਹੁਣ ਤੁਹਾਨੂੰ ਬੜੀ ਅੱਛੀ ਗੱਲਾਂ ਕੀਤੀਆਂ ਕਿ ਮਾਸ਼ਾ ਲੋਕਾਂ ਕੋਲ ਦਿਲ ਵੱਡੇ ਹੋਣੇ ਚਾਹੀਦੇ ਹਨ, ਪਹਿਲੇ ਦਾ ਬਨਿਸਬਤ ਮੁਕਾਬਲਾ ਹੁਣ ਦਾ ਕੰਪੈਰੀਜ਼ਨ ਕਰਾਂ, ਅਤੇ ਇਹ ਮੈਂ ਤੁਹਾਡੀ ਸਾਰੀ ਗੱਲਾਂ ਸਮਝ ਗਿਆ। ਮੁਨੇ ਬਤਾਓ ਸਰ ਕਿ ਤੁਸੀਂ ਲੋਕ ਮਾਸ਼ਾਅੱਲਾ ਇਤਨੇ ਸਾਲਾਂ ਸੀ ਇਹ ਕੰਮ ਕਰਦੇ ਪਏ, ਪਿਸ਼ੋਰ ਸ਼ਹਿਰ ਦੇ ਦਿਲ 'ਚ ਤੁਸੀਂ ਲੋਕ ਰਹਿੰਦੇ ਪਏ ਹੋ, ਮੈਨੂੰ ਇਹ ਸਮਝਾਓ ਕਿ ਸਾਡਾ ਪਿਸ਼ੋਰੀ ਵਿਆਹ ਦੇ ਉੱਤੇ ਇਸਦੇ ਉੱਤੇ ਖਰਚਾ ਬੇਖੌਫ ਲਗਾਉਂਦਾ ਹੈ, ਬਾਅਦ ਬਾਅਦ 'ਚ ਜਦੋਂ ਵਲੀਮੇ ਦਾ ਟਾਈਮ ਆ ਕੇ ਇੱਕ ਇੱਕ ਬੰਦਾ ਪੈਸੇ ਮੰਗਦਾ ਪਿਆ ਹੁੰਦਾ, ਬਾਅਦ ਕਹਿੰਦੇ ਓਏ ਪਿਰਾ ਇਤਨਾ ਪੈਸਾ ਲੱਗ ਗਿਆ, ਇਹ ਅਸੀਂ ਕੋਈ ਫਜ਼ੂਲ ਖਰਚ ਐਵਾਂ ਕਿ ਨਹੀਂ ਹੈ ਇਸ ਬਾਰੇ? ਫਜ਼ੂਲ ਖਰਚ ਤਾਂ ਜੀ ਦੇਖੋ ਖੁਸ਼ੀ 'ਚ ਤਾਂ ਕੋਈ ਪੈਸਾ ਮੇਰੇ ਖਿਆਲ ਮਾਇਨੇ ਨਹੀਂ ਰੱਖਦਾ, ਤੁਸੀਂ ਜ਼ਿਆਦਾ ਤੋਂ ਜ਼ਿਆਦਾ ਫੰਕਸ਼ਨ ਕਰੋ, ਇਨਸਾਨ ਆ ਸਾਰੇ ਕੋਲ ਹੋਣ ਨਾ, ਅਤੇ ਰੁਪਏ ਦੀ ਜਗ੍ਹਾ 10 ਵੀ ਲੱਗੇ ਤਾਂ ਕਹਿੰਦੇ ਚਲੋ ਸਾਰੇ ਖੁਸ਼ ਹੋਣ, ਅੱਲਾਹ ਤਾਲਾ ਗਮ ਸੀ ਬਚਾਵੇ, ਅਤੇ ਬਸ ਖੁਸ਼ੀਆਂ 'ਚ ਲੱਗ ਦਿਨ ਤਾਂ ਵੱਧ ਤਾਂ ਕੋਈ ਗੱਲ ਨਹੀਂ ਗੀ, ਅੱਛਾ ਸੀ ਅੱਛਾ ਕਰ ਸਕੋ। ਦੇਖੋ ਤੁਹਾਡਾ ਮਹਿਮਾਨ ਜਿਹੜਾ ਦੂਰੋਂ ਆਉਂਦਾ, ਤੁਸੀਂ ਉਸਦੇ ਵਾਸਤੇ ਅੱਛੀ ਰੋਟੀ ਅਤੇ ਅੱਛੀ ਚਾਹ ਕਰ ਸਕੋ, ਅਤੇ ਇਹ ਤਾਂ ਸਾਡੀ ਸਕਾਵਤ ਹੈ, ਸਾਡੀ ਸਕਾਫਤ ਹੈ, ਅਸੀਂ ਇਸ 'ਤੇ ਫਖਰ ਕਰਦੇ ਹਾਂ ਕਿ ਸਾਡੇ ਅਸੀਂ ਹਰ ਆਪਣੇ ਮਹਿਮਾਨਾਂ ਉਸ ਪਹਿਲੇ ਪਹਿਲੇ ਮਹਿਮਾਨ ਆਉਂਦੇ ਰਹਿੰਦੇ, ਮਹੀਨਾ ਮਹੀਨਾ ਰਹਿੰਦੇ ਘਰਾਂ ਦੇ ਵਿੱਚ, ਬਿਸਰੇ ਲੱਗ ਜਾਂਦੇ ਆ, ਅਤੇ ਖੂਬ ਮਜ਼ੇਦਾਰ ਸ਼ਾਦੀ। ਵੈਸੇ ਅੱਜ ਕੱਲ੍ਹ ਤਾਂ ਇਹ ਚੀਜ਼ ਨਹੀਂ ਨਾ ਕਿ ਸਰਦੀ ਹੋਵੇ ਗਰਮੀ ਹੋਵੇ, ਲੋਕ ਸਰਦੀ ਗਰਮੀ ਨਹੀਂ ਦੇਖਦੇ, ਬਸ ਵਿਆਹ ਲੋਕ ਜੀ ਹੁਣ ਹਾਲ ਦੀ ਬੁਕਿੰਗ ਦੇਖਦੇ, ਜਦੋਂ ਜਦੋਂ ਉਹਨਾਂ ਨੂੰ ਟਾਈਮ ਮਿਲੇ ਹਾਲ ਮਿਲੇ ਤਾਂ ਉਹ ਕਰ ਲੈਂਦੇ ਨੇ, ਪਹਿਲੇ ਹੁੰਦਾ ਲੋਕ ਰਿਸ਼ਤਾ ਵੀ ਤਾਂ ਦੇਖਦੇ ਨਾ ਕਿ ਰਿਸ਼ਤਾ ਵੀ ਅਵੇਲੇਬਲ ਹੈ ਇਹਨਾਂ ਦਿਨਾਂ, ਪਹਿਲੇ ਹਾਲ ਦੇਖ ਤੁਰ ਬਾਅਦ ਰਿਸ਼ਤਾ ਦੇਖ ਤੁਰ ਕੇ ਅਗਲੇ ਟਾਈਮ ਵੀ ਆਵੇ ਕਿ ਨਾ। ਅੱਛਾ ਕੀ ਮੈਸੇਜ ਦੇਸੋ ਸਾਰੇ ਪਿਸ਼ੋਰੀਆਂ ਨੂੰ ਕਿ ਵਿਆਹਾਂ ਦੇ ਵਿਚਕਾਰ ਖੂਬ ਖਰਚੇ ਕਰੋ, ਵਿਆਹਾਂ ਦੇ ਵਿਚਕਾਰ ਕੋਈ ਡਰੋ ਮਰੋ ਨਾ, ਵਿਆਹ ਬਾਰ ਬਾਰ ਨਹੀਂ ਹੁੰਦੇ, ਅਤੇ ਹਰ ਰਸਮ ਵੈਸੇ ਤੁਹਾਡੇ ਕੋਲ ਕੀ ਚੀਜ਼ ਅਵੇਲੇਬਲ ਹੈ, ਕੀ ਮੈਸੇਜ ਦੇਸੋ ਪਿਸ਼ੋਰੀਆਂ ਨੂੰ? ਸਾਡੇ ਕੋਲ ਮਹਿੰਦੀ, ਮਾਇਓ, ਛੋਰੀ ਦੀ ਮਹਿੰਦੀ, ਜਿਹੜਾ ਕੁਛ ਆਈਟਮ ਹੈ ਮੰਗ ਸੁਣ, ਬਿੱਦੀ ਡੱਬੀਆਂ ਅਤੇ ਨਿਕਾਹ ਦਾ ਪੈਨ ਅਤੇ ਦੁੱਧ ਦਾ ਗਿਲਾਸ ਅਤੇ ਕੁੱਲੇ ਅਤੇ ਉਹ ਨਡੇ ਦਾ ਰੁਪੱਟਾ, ਇਨਸ਼ਾਅੱਲਾ ਸਾਰਾ ਕੁਛ ਸਾਡੇ ਕੋਲ ਮਿਲ ਸੀ, ਅਤੇ ਕਰੋ ਯਾਰ ਖੁਸ਼ੀ ਕਰੋ, ਗਮ ਤੇ ਲਾਓ ਤੇ ਅੱਛਾ ਨਹੀਂ ਗਾ, ਤੇ ਖੁਸ਼ੀ ਤੇ ਲਾਓ, ਤੇ ਬਾਕੀ ਦੂਏ ਵਿਆਹ ਦਾ ਨਾ ਸੋਚਣਾ। ਬੜਾ ਜ਼ਬਰਦਸਤ ਮੈਸੇਜ ਸਰ, ਬੜਾ ਮਜ਼ਾ ਆਇਆ ਤੁਹਾਡੇ ਨਾਲ, ਇਹਨਾਂ ਨੇ ਕਿਹਾ ਕਿ ਜਿਹੜਾ ਇਹ ਪੈਨ ਦਾ ਹੁੰਦਾ ਪਹਿਲੇ, ਮਤਲਬ ਇਹ ਚੀਜ਼ ਨਹੀਂ ਆਈ ਕਿ ਇਨਸਾਨ ਇਹ ਪੈਨ ਤੇ ਜੋ ਵੀ ਉਹ ਮੌਲਵੀ ਸਾਹਿਬ ਦੇ ਰਹੇ ਨੇ ਬੰਦਾ ਚੁੱਪ ਕਰਕੇ ਜਲਦੀ ਨਾਲ ਸਾਦੇ ਪੈਨ ਕਰਦਾ, ਲੇਕਿਨ ਉਹ ਵਕਤ ਦੇ ਨਾਲ ਨਾਲ ਬੜੀ ਚੀਜ਼ਾਂ ਨੇ ਜਿੱਦਤ ਇਖਤਿਆਰ ਕਰ ਛੋੜੀ। ਅਗਰ ਪੈਨ ਵੀ ਹੋਵੇ ਤਾਂ ਬੜਾ ਜ਼ਬਰਦਸਤ ਹੁੰਦਾ, ਔਰ ਰੁਪੱਟੇ ਵੀ ਮੈਨੇ ਦੇਖੇ ਨੇ, ਉਸ 'ਤੇ ਵੀ ਲਿਖਿਆ ਹੁੰਦਾ ਹੈ ਕਿ ਮਤਲਬ ਫਲਾਂ ਕੀ ਦੁਲਹਨ ਅਤੇ ਇਸ ਕੀ ਦੁਲਹਨ, ਮਤਲਬ ਅੱਜ ਕੱਲ੍ਹ ਹਰ ਇੱਕ ਚੀਜ਼ ਨੇ ਜਿੱਦਤ ਇਖਤਿਆਰ ਕਰ ਛੋੜੀ, ਅਤੇ ਜਿਹੜੇ ਵਕਤ ਦੇ ਨਾਲ ਨਾਲ ਜਿਸ ਚੀਜ਼ 'ਤੇ ਬੰਦਾ ਇਹਨਾਂ ਨੇ ਕਿਹਾ ਗਮ ਤਾਂ ਬੰਦਾ ਜਦੋਂ ਨਾ ਲਗਾਵੇ, ਅੱਲਾ ਗਮਿਆਂ ਸੀ ਬਚਾਵੇ ਸਾਰਿਆਂ ਨੂੰ, ਖੁਸ਼ੀਆਂ 'ਤੇ ਲਗਾਓ, ਅਤੇ ਖੁਸ਼ੀਆਂ 'ਤੇ ਜਿੰਨਾ ਲਗਾਓ ਉਤਨਾ ਘੱਟ ਹੈ, ਲੇਕਿਨ ਮੇਰਾ ਬਸ ਇਸਦਾ ਹੀ ਮੈਸੇਜ ਹੈ ਕਿ ਲਗਾਓ, ਬਿਲਕੁਲ ਲਗਾਓ, ਲੇਕਿਨ ਆਪਣੀ ਜੇਬ ਨੂੰ ਵੀ ਦੇਖੋ, ਕਿਉਂਕਿ ਤੁਹਾਨੂੰ ਦੇਖ ਕੇ ਬੜੇ ਲੋਕਾਂ ਨੇ ਵੀ ਸਿੱਖਣਾ ਹੈ, ਜਿਹੜੇ ਬੜੇ ਲੋਕ ਤੁਹਾਨੂੰ ਦੇਖ ਕੇ ਸਿੱਖਦੇ ਨੇ ਕਿ ਹਾਂ ਯਾਰ ਕੀ ਪਤਾ ਉਹਨਾਂ ਕੋਲ ਉਤਨੀ ਉਹਨਾਂ ਦੀ ਜੇਬ ਇਤਨੀ ਇਜਾਜ਼ਤ ਨਾ ਦਿੰਦੀ ਹੋਵੇ, ਅਤੇ ਕੋਸ਼ਿਸ਼ ਕਰੋ ਜਦੋਂ ਲਗਾਓ ਤਾਂ ਇੰਝ ਲਗਾਓ ਕਿ ਸਾਰਿਆਂ ਨੂੰ ਮਤਲਬ ਸਮਝ ਪਵੇ ਕਿ ਹਾਂ ਯਾਰ ਜਿੰਨਾ ਲਗਾਉਣਾ ਚਾਹੀਦਾ ਉਤਨਾ ਹੀ ਲੱਗੇ। ਇਹ ਜਿਸ ਤਰ੍ਹਾਂ ਤੁਸੀਂ ਦੇਖਦੇ ਪਏ ਹੋ ਕਿ ਜ਼ਬਰਦਸਤ ਮਹਿੰਦੀ ਦਾ ਪੂਰਾ ਸਮਾਨ ਤਿਆਰ ਹੈ, ਅਤੇ ਤੁਹਾਡੇ ਮਹਿੰਦੀ ਦੇ ਸਮਾਨ ਦੇ ਨਾਲ ਨਾਲ ਤੁਹਾਡੇ ਵਾਸਤੇ ਇੱਕ ਸਰਪ੍ਰਾਈਜ਼ ਇਹ ਵੇ ਕਿ ਖੈਰ ਨਾਲ ਤੁਹਾਡਾ ਦੁੱਲਾ ਵੀ ਤਿਆਰ ਹੈ, ਅਤੇ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਗੀ, ਤੁਸੀਂ ਇਹ ਨਾ ਸਮਝੋ ਕਿ ਹੁਣ ਬਸ ਇਹ ਜੈਨ ਤਿਆਰ ਹੈ ਅਤੇ ਬਾਹਰ ਮੈਂ ਨਿਕਲ ਸਕਦੀ, ਇੱਥੇ ਹੁਣ ਮੈਂ ਘੋੜੀ 'ਤੇ ਜਾ ਕੇ ਬੈਠ ਸਕਦਾ, ਯਾਰ ਮੈਂ ਤੁਹਾਡੀ ਖਾਤਰ ਪਾਉਣਾ ਪਿਆ ਕਿ ਤੁਹਾਨੂੰ ਬਤਾਵਾਂ ਕਿ ਦੇਖੋ ਦੇਖ ਅੱਛਾ ਲੱਗਣਾ ਪਿਆ ਕਿ ਨਹੀਂ ਲੱਗਣਾ ਪਿਆ, ਅਤੇ ਇਹ ਸਿਰਫ ਇਹ ਪ੍ਰੋਗਰਾਮ ਦੀ ਖਾਤਰ ਹੈ ਮੈਂ ਕੀਤਾ ਹੋਇਆ ਨਾ, ਹੁਣ ਮੇਰੇ ਪਿੱਛੇ ਨਾ ਸ਼ੁਰੂ ਹੋ ਜਾਵੇ ਮੇਰੇ ਘਰ ਵਾਲੇ ਕਿ ਹਿਸਾਬ ਹੈ, ਡਾਇਰੈਕਟ ਪ੍ਰੋਗਰਾਮ ਅਸੀਂ ਗਏ ਅਤੇ ਇੱਥੇ ਵਿਆਹ ਕਰਾ ਕੇ ਆ ਗਏ ਖੈਰ ਨਾਲ। ਅੱਛਾ ਕਿ ਕਿਸ ਤਰੀਕੇ ਨਾਲ ਅੱਜ ਕੱਲ੍ਹ ਰਸੂਮਾਤ ਹੋ ਗਈਆਂ ਨਾ, ਪਹਿਲੇ ਤਾਂ ਬਿਲਕੁਲ ਕਬੂਲੇ ਕਬੂਲੇ ਹੁੰਦਾ ਹੈ ਜੀ, ਦੁਲੇ ਨੇ ਅੱਗੇ ਮੂੰਹ 'ਤੇ ਰੁਮਾਲ ਵੀ ਰੱਖਾ ਹੁੰਦਾ ਹੈ ਅਤੇ ਸਿੱਧਾ ਸਿੱਧਾ ਜਾਂਦਾ ਹੁੰਦਾ ਹੈ, ਅਤੇ ਬਸ ਸ਼ਰਮਾ ਕਿ ਅੱਖੀਆਂ ਵੀ ਨਹੀਂ ਚੁੱਕਦੇ,
ਦਿਓ ਐਂ ਦੁਲਹਨ ਦਾ ਵੱਧ ਕੇ ਹਾਲ ਹੈ ਉਹ ਤਾਂ ਛੋੜ ਹੀ ਦਿਓ ਨਾ, ਲੇਕਿਨ ਦੁਲੇ ਦਾ ਇਹ ਸਿਸਟਮ ਹੁੰਦਾ ਹੈ ਕਿ ਜੀ ਇਤਨੀ ਸ਼ਰਮ ਹੈ, ਇਤਨੀ ਹਯਾਈ। ਲੇਕਿਨ ਅੱਜ ਕੱਲ੍ਹ ਜੀ ਟਿਕਟੋਕ ਦਾ ਜ਼ਮਾਨਾ ਹੈ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਲੋਕ ਕਹਿੰਦੇ ਨੇ ਸਭ ਕੁਝ ਹੋਣਾ ਚਾਹੀਦਾ, ਓਪਨਲੀ ਹੋਣਾ ਚਾਹੀਦਾ, ਬੰਦਾ ਦੇਖੇ ਯਾਰ ਕਿ ਰਸੂਮਾਤ ਹੁੰਦੀ ਪਈ ਹਨ। ਤੁਸੀਂ ਰਸੂਮਾਤ ਜਿਹੜੀ ਨਵੀਂ ਨਵੀਂ ਚੀਜ਼ਾਂ ਥੋੜ੍ਹੀ ਥੋੜ੍ਹੀ ਐਡੀਸ਼ਨ ਮੈਂ ਤੁਹਾਨੂੰ ਬਤਾਉਣਾ ਵਾ, ਜਿਸ ਤਰ੍ਹਾਂ ਤੁਹਾਨੂੰ ਦੇਖਿਆ ਇਹ ਥਾਲ ਇਹ ਵੀ ਬੜੇ ਖੂਬਸੂਰਤ ਹੋਣ, ਪਹਿਲੇ ਤਾਂ ਸਾਦੇ ਜਿਹੇ ਹੁੰਦੇ, ਬੱਚੀਆਂ ਜਿਹੜੀ ਹੁੰਦੀਆਂ ਫਿਰਾਕ ਪਾ ਕੇ ਲੈ ਕੇ ਜਾਂਦੀਆਂ, ਅਤੇ ਕਿਸੇ ਕੋਲ ਟੈਪਨ ਦੇ, ਕਿਸੇ ਕੋਲ ਕਿ ਮਸਲੇ ਮਸਾਇਲ ਹੋ ਜਾਂਦੇ। ਅੱਜ ਕੱਲ੍ਹ ਇਹਨੇ ਪ੍ਰੋਪਰ ਸੈਟਿੰਗ ਕੀਤੀ ਹੋਈ ਹੈ, ਜਿਸ ਕਰ ਦੀਏ ਬਾਲੋ, ਸ਼ਮਾ ਬਾਲੋ, ਅੱਛਾ ਲੱਗਦਾ। ਅਤੇ ਇਸੇ ਨਾਲ ਨਾਲ ਮੈਂ ਤੁਹਾਨੂੰ ਬਤਾਵਾਂ, ਇਹ ਦੇਖੋ ਬੜਾ ਖੂਬਸੂਰਤ ਜਿਹੜੀ ਆਈਟਮ, ਮੈਨੂੰ ਬੜੀ ਅੱਛੀ ਲੱਗੀ, ਨਵੀਆਂ ਲੱਗੀਆਂ। ਉਹ ਦੇਖੋ ਰਿੰਗ ਜਿਹੜੀ ਹੁੰਦੀ ਹੈ ਨਾ, ਇਸੇ ਵਿੱਚ ਪਾਉਂਦੇ, ਇਹਨੂੰ ਬੜਾ ਖੂਬਸੂਰਤ ਤਰੀਕੇ ਨਾਲ ਸਜਾਇਆ ਕੀ ਹੈ, ਅਤੇ ਇਸਨੂੰ ਇਸ 'ਚ ਰਿੰਗ ਆਉਂਦੀ ਹੈ ਅਤੇ ਵੱਧ, ਖੈਰ ਫਿਲਹਾਲ ਤਾਂ ਰਿੰਗ ਨਹੀਂ ਗੀ, ਲੇਕਿਨ ਜਦੋਂ ਬੰਦਾ ਇਹ ਲੈ ਕੇ ਜਾਂਦਾ ਤਾਂ ਇਸ 'ਚ ਰਿੰਗ ਪਾ ਕੇ ਖੈਰ ਨਾਲ ਖੂਬਸੂਰਤ ਇਸੀ ਡਿਸਪਲੇ ਵੇ ਵੱਧ ਬੰਦਾ ਦੁਲਹਨ ਨੂੰ ਪੇਸ਼ ਕਰਦਾ, ਦੁਲਾ ਪੇਸ਼ ਕਰਦਾ। ਇਸਦੇ ਇਲਾਵਾ ਜਿਹੜੀ ਮੈਨੂੰ ਚੀਜ਼ ਅਟਰੈਕਟਿਵ ਲੱਗੀ ਹੈ, ਜਿਹੜੀ ਨਵੀਂ ਲੱਗੀ ਹੈ, ਸਾਈਨ ਪਹਿਲੇ ਹੁੰਦਾ ਨਾ, ਸਾਈਨ ਕਰਦਾ ਹੁੰਦਾ ਬੰਦਾ ਕਿ ਯਾਰ ਕਬੂਲੇ ਕਬੂਲੇ ਦੇ ਬਾਅਦ ਸਿਗਨੇਚਰ ਵੀ ਬੜਾ ਜ਼ਰੂਰੀ ਹੈ। ਦੇਖੋ ਜੀ ਅੱਜ ਕੱਲ੍ਹ ਕਿਤਨੀ ਵਰਾਇਟੀ ਆ ਗਈ ਹੈ, ਕਿਤਨਾ ਖੂਬਸੂਰਤ ਉਹ ਜਿਹੜਾ ਸਾਈਨ ਕਰਨ ਵਾਲਾ ਹੁੰਦਾ ਨਾ ਕਲਮ, ਖੈਰ ਨਾਲ ਉਹ ਵੀ ਬੜਾ ਡਿਜ਼ਾਇਨਿੰਗ ਆ ਗਿਆ। ਨਿਕਾਹ ਦਾ ਸਾਈਨ ਹੈ ਜੀ, ਜਾਇਦਾਦ ਦੇਣੇ ਦਾ ਕਿਸੇ ਹੋਰ ਚੀਜ਼ ਨਹੀਂ ਗਾ, ਇਹ ਨਿਕਾਹ ਦਾ ਸਾਈਨ ਹੈ। ਇਹ ਉਹ ਸਾਈਨ ਹੈ ਕਿ ਜਿਹਨੇ ਇੱਕ ਦਫ਼ਾ ਘਰ ਛੋੜਾ ਨੇ ਨਾ, ਵਾ ਤੁਹਾਨੂੰ ਲੱਗ ਪਤਾ ਜੱਸੀ ਕਿ ਕਿਉਂ ਹੁੰਦਾ ਹੈ। ਉਸ ਟਾਈਮ 'ਤੇ ਬੰਦਾ ਬੜਾ ਖੁਸ਼ੀ ਖੁਸ਼ੀ ਉਹ ਲੱਡੂ ਵੀ ਖਾਂਦਾ ਪਿਆ ਹੁੰਦਾ ਹੈ ਅਤੇ ਛੁਹਾਰੇ ਵੀ ਖਾਂਦਾ ਪਿਆ ਹੁੰਦਾ। ਖੈਰ ਤੁਹਾਨੂੰ ਡਰਾਉਣਾ ਨਹੀਂ ਗਾ, ਕਿ ਸਾਨੂੰ ਵੀ ਬੜੇ ਲੋਕਾਂ ਨੇ ਸਮਝਾਇਆ, ਕੋਈ ਸਾਨੂੰ ਨਹੀਂ ਸਮਝ ਆਈ। ਉਸ ਟਾਈਮ ਬੰਦਾ ਅੰਨਾ ਹੋ ਜਾਂਦਾ, ਉਹ ਬੰਦਾ ਪਿਆਰ ਮੁਹੱਬਤ 'ਤੇ ਰਹੇ, ਇਤਫਾਕ 'ਤੇ ਰਹੇ, ਅਤੇ ਬੰਦਾ ਫੈਮਿਲੀ ਖੁਸ਼ੀ ਰਹਿੰਦੀ ਹੈ। ਇਹ ਉਹ ਤਿੱਤਲੀ ਬਣੀ ਹੁੰਦੀ ਹੈ ਅਤੇ ਖੈਰ ਨਾਲ ਇਹ ਦੇਖੋ ਇਹ ਤੁਹਾਨੂੰ ਫਸਾਣੇ ਵਾਸਤੇ ਸੋਹਣੀ ਸੋਹਣੀ ਤਿੱਤਲੀ ਦੇ ਡਿਜ਼ਾਇਨ ਕੀਤਾ ਹੋਇਆ ਇਹਨਾਂ ਨੇ। ਇਸ 'ਚ ਖੈਰ ਇਸ 'ਚ ਇਹ ਦੁਲੇ ਵਸੇ ਵੇ ਬਲੂ ਵਾਲਾ, ਅਤੇ ਇਹ ਜਿਹੜਾ ਵੇ ਪੈਨ ਦਾ ਸਟਾਈਲ ਇਹ ਪਿੰਕ ਵਾਲਾ, ਇਹ ਆਈ ਗੈਸ ਇਹ ਦੁਲਹਨ ਵਸੇ ਹੁੰਦਾ, ਠੀਕ ਹੈ। ਅਤੇ ਇਹਦੇ ਇਲਾਵਾ ਮੈਂ ਤੁਹਾਨੂੰ ਬਤਾਵਾਂ, ਇਹ ਵੀ ਦੇਖੋ ਬੜਾ ਪੇਅਰ, ਹਰ ਚੀਜ਼ ਦੀ ਮੈਚਿੰਗ ਆ ਗਈ ਹੈ ਜੀ, ਹਰ ਚੀਜ਼ ਮਤਲਬ ਦੁਲਾ ਦੁਲਹਨ ਦੀ ਸਾਈਨ ਤੱਕ ਦੀ ਦੇਖੋ ਮੈਚਿੰਗ ਹੈ। ਲੇਕਿਨ ਇਸਦੇ ਇਲਾਵਾ ਜਿਹੜੀ ਚੀਜ਼ ਮੈਨੂੰ ਬੜੀ ਨਵੀਂ ਲੱਗੀ ਹੈ ਅਤੇ ਯੂਨੀਕ ਲੱਗੀ ਹੈ, ਉਹ ਵੇ ਇਹਨੂੰ ਕੈਸੀ ਹੈ ਕਿ ਇੱਕ ਤਾਂ ਨਿਕਾਹਨਾਮਾ ਹੁੰਦਾ ਨਾ, ਉਸਦੇ ਇਲਾਵਾ ਜਿਹੜਾ ਇਹ ਵੇ ਇਹ ਵੀ ਯਾਦਗਾਰ ਦੇ ਤੌਰ 'ਤੇ ਇਹ ਦੁਲਹਾ ਦੁਲਹਨ ਦੇ ਇਹ ਜਿਹੜੇ ਦਿਲ ਦੇ ਤਿੰਨ ਨਿਸ਼ਾਨ ਤੁਸੀਂ ਦੇਖਦੇ ਪਏ, ਉਸਦੇ ਵਿਚਕਾਰ ਦੋਨਾਂ ਦੇ ਅੰਗੂਠਿਆਂ ਦੇ ਹੁੰਦੇ ਨੇ, ਨਿਸ਼ਾਨ ਲੈਂਦੇ ਨੇ। ਖੈਰ ਇਹ ਜਿਹੜੇ ਅੰਗੂਠੇ ਦੇ ਨਿਸ਼ਾਨ ਹਨ, ਸ਼ੁਕਰ ਹੈ ਕਿ ਸਿਆਹੀ ਦੇ ਨਾਲ ਹੁੰਦੇ ਨੇ, ਕਿਤੇ ਇਹ ਨਾ ਹੋਵਣ ਕਿ ਬਲੱਡ ਨਾਲ ਕਵਨ ਕਿ ਸਾਨੂੰ ਇਹ ਲਗਾ ਕੇ ਦਿਓ। ਖੈਰ ਇਹ ਦੋਨੋਂ ਦਿਲ ਦੇ ਵਿਚਕਾਰ ਅੰਗੂਠੇ ਦੇ ਸਾਈਨ ਕਰਦੇ ਨੇ ਅਤੇ ਦਰਮਿਆਨ ਹੀ ਜਿਹੜੇ ਵਾ ਦੋਨੋਂ ਇਕਸਾਨ ਵਰਤੋਂ ਕਰਦੇ ਨੇ, ਦਿਲ ਬਣਾਉਂਦੇ ਨਹੀਂ ਸਾ। ਅਤੇ ਇਹ ਜਿਹੜਾ ਦਿਲ ਵੱਧ ਸਾਰੀ ਜ਼ਿੰਦਗੀ ਦੇਖਦੇ ਨੇ, ਇੱਕ ਦੂਏ ਨਾਲ ਦੁਆ ਕਰਦੇ ਸਾਰੇ ਕਿ ਮਿਲ ਕੇ ਮੁਹੱਬਤ ਪਿਆਰ ਸਾਡਾ ਇਸੀ ਤਰੀਕੇ ਨਾਲ ਰਹੇ। ਅਤੇ ਇਹ ਚੀਜ਼ਾਂ ਵੀ ਅੱਜ ਕੱਲ੍ਹ ਆ ਗਈਆਂ, ਇਹ ਸਾਰੀ ਚੀਜ਼ਾਂ ਆਈ ਥਿੰਕ ਇਸ ਵਸੇ ਵੇ ਕਿ ਜਿਹੜਾ ਦੁਲਾ ਵੇ ਉਹ ਵੱਧ ਕੱਲ੍ਹ ਨੂੰ ਮੁਨਕਰ ਨਾ ਹੋ ਜਾਵੇ ਜਾਂ ਕੱਲ੍ਹ ਨੂੰ ਨਸ ਨਸ ਜਾਵੇ, ਅਤੇ ਉਹ ਤਾਂ ਬੁਕੇ ਦਿੱਤਾ ਜਾਂਦਾ ਜੀ ਜਦੋਂ ਨਿਕਾਹ ਹੋ ਜਾਂਦਾ ਦੁਲੇ ਦੀ ਤਰਫੋਂ ਦੁਲਹਨ ਦੀ ਤਰਫੋਂ। ਇਹ ਜੀ ਆਹ ਹਾ ਹਾ ਕਿ ਜ਼ਬਰਦਸਤ ਸੀ ਨੇ ਜੀ ਇਹਨਾਂ ਨੇ, ਪਤਾ ਨਹੀਂ ਕਿਸ ਕਿਹੜੇ ਪਰਫਿਊਮ ਸੈਂਟਸ ਲਗਾਏ ਹੋਣ। ਖੈਰ ਨਾਲ ਇਹ ਵੀ ਦਿੱਤਾ ਜਾਂਦਾ ਹੈ, ਇਹ ਆਹਿਸਤਾ ਆਹਿਸਤਾ ਇਹ ਜਿਹੜਾ ਖਰਚਾ ਹੈ ਨਾ ਵਿਆਹ ਦਾ ਉਹ ਵੱਧਦਾ ਜਾਂਦਾ। ਹੁਣ ਜਿਹੜਾ ਬੁਕੇ ਤੁਹਾਨੂੰ ਅਫੋਰਡ ਕਰ ਸਕਦੇ ਹੋ ਉਹ ਬੁਕੇ ਤੁਸੀਂ ਲੈ ਕੇ ਜਾਸੋ ਅਤੇ ਆਪਣੀ ਪਿਆਰੀ ਦੁਲਹਨ ਨੂੰ ਦੇਸੋ। ਅਤੇ ਹੁਣ ਮੈਨੂੰ ਦੇਖ ਕੇ ਜਿਸ ਜਿਸ ਵਿਆਹ ਦਾ ਦਿਲ ਹੋਇਆ, ਆਪਣੇ ਮਾਂ ਪਿਓ ਨੂੰ ਵੱਲ ਜਾਓ ਤੁਹਾਨੂੰ ਕਹੋ ਜੀ ਬਸ ਮਾਂ ਜੀ ਹੁਣ ਮੇਰਾ ਵਿਆਹ ਕਰਾ ਦੇ, ਕਿ ਹੁਣ ਤਾਂ ਸਾਰੀ ਚੀਜ਼ਾਂ ਵੀ ਮੈਨੇ ਦੇਖ ਲਈਆਂ ਨੇ। ਮੈਂ ਤੁਹਾਨੂੰ ਬਤਾਉਣਾ ਪਿਆਵਾਂ, ਕੱਲ੍ਹ ਨੂੰ ਇਹ ਨਾ ਹੋਵੇ ਕਿ ਸਾਦੇ ਵਿਆਹ ਕਰ ਲਓ ਅਤੇ ਮੈਨੂੰ ਕਹੋ ਕਿ ਨੋਮਾਨ ਸਾਹਿਬ ਤੁਹਾਨੂੰ ਨੋਮਾਨ ਪਿਰਾ ਮੈਨੂੰ ਬਤਾ ਹੀ ਨਹੀਂ ਗਾ ਕਿ ਯਾਰ ਇਹ ਚੀਜ਼ਾਂ ਵੀ ਆਈਆਂ, ਦੇਖ ਮੇਰੇ ਟਾਈਮ 'ਤੇ ਦੇਸ਼ ਐਵਾਂ ਨਹੀਂ ਆਈਆਂ, ਮੈਨੇ ਤਾਂ ਬੜੇ ਆਰਾਮ 'ਤੇ ਵਿਆਹ ਕਰ ਛੱਡੀ ਨੇ। ਇਹ ਸਭ ਚੀਜ਼ਾਂ ਦੇਖ ਕੇ ਤਾਂ ਬੜਾ ਹੈ, ਨਿੱਕੀ ਨਿੱਕੀ ਚੀਜ਼ਾਂ ਲੇਕਿਨ ਬੜੀ ਮੈਨੂੰ ਲੱਗਦਾ ਅਟਰੈਕਟਿਵ ਚੀਜ਼ਾਂ। ਅਤੇ ਵਿਆਹ ਦੇ ਵਿਚਕਾਰ ਚਾਰ ਚੰਨ ਲੱਗ ਜਾਂਦਾ, ਛੋਟੀ ਛੋਟੀ ਚੀਜ਼ਾਂ ਵੈਲਿਊ ਐਡ ਕਰਦੀਆਂ ਰਸਮ ਦੇ ਵਿਚਕਾਰ। ਅਤੇ ਇਹ ਜਿਹੜੀ ਚੀਜ਼ਾਂ ਬਤਾਉਣ ਦਾ ਮਕਸਦ ਇਹ ਵੇ ਕਿ ਪਹਿਲੇ ਦੀ ਸ਼ਾਦੀਆਂ ਦੇ ਵਿਚਕਾਰ ਅਤੇ ਹੁਣ ਦੀ ਸ਼ਾਦੀਆਂ ਦੇ ਵਿਚਕਾਰ ਬਹੁਤ ਫਰਕ ਆ ਗਿਆ।
ਜੀ ਨਾਜ਼ਰੀਨ, ਇਤਨੀ ਸੋਹਣੀ ਦੁਕਾਨ ਹੀ ਮੈਂ ਬੈਠਾ ਹੋਇਆ ਵਾਂ ਅਤੇ ਇਸ ਦੁਕਾਨ ਦੇ ਵਿਚਕਾਰ ਹਰ ਇੱਕ ਚੀਜ਼ ਅਵੇਲੇਬਲ ਹੈ ਸ਼ਾਦੀ ਵਿਆਹ ਦੇ ਹਵਾਲੇ ਨਾਲ, ਅਤੇ ਮੇਰੇ ਨਾਲ ਮੌਜੂਦ ਹਨ ਇਸ ਦੁਕਾਨ ਦੇ ਓਨਰ ਮੁਹੰਮਦ ਅਕਰਮ ਸਾਹਿਬ। ਆਓਗੇ ਉਹਨਾਂ ਨਾਲ ਜ਼ਰਾ ਗੱਪਸ਼ਪ ਲਗਾਈਏ। ਅਸਲਾਮ ਵਾਲੇਕੁਮ ਸਰ। ਵਾਲੇਕੁਮ ਅਸਲਾਮ, ਕੀ ਹਾਲ ਹੈ ਬਾਈ? ਠੀਕ ਠਾਕ ਜੀ, ਅੱਲਾਹ ਦਾ ਸ਼ੁਕਰ ਹੈ। ਅਕਰਮ ਬਾਈ, ਮੈਨੂੰ ਸਭ ਤੋਂ ਪਹਿਲੇ ਇਹ ਬਤਾਓ ਕਿ ਤੁਹਾਡੇ ਕੋਲ ਮਾਸ਼ਾਅੱਲਾ ਕਿਹੜੀ ਕਿਹੜੀ ਵਰਾਇਟੀ ਮੌਜੂਦ ਹੈ ਜਿਹੜੀ ਸ਼ਾਦੀਆਂ ਦੇ ਵਿਚਕਾਰ ਇਸਤੇਮਾਲ ਹੁੰਦੀ? ਸ਼ਾਦੀ ਦੇ ਕੋਲ ਜਿਹੜੇ ਮਹਿੰਦੀ ਦੇ ਕੋਲ, ਬਰਥਡੇ ਦੇ ਮਹਿੰਦੀ, ਸਭ ਕੁਝ ਇਨਸ਼ਾਅੱਲਾ ਅਵੇਲੇਬਲ ਹੋ ਸੀ ਜੀ। ਮਾਸ਼ਾਅੱਲਾ, ਇਹਨਾਂ ਕੋਲ ਤੇ ਅੱਛੀ ਚੀਜ਼ਾਂ ਨਾਲ। ਇਹ ਬਤਾਓ ਅਕਰਮ ਬਾਈ ਕਿ ਪਹਿਲੇ ਜਿਹੜੀ ਸ਼ਾਦੀਆਂ ਦੇ ਮਜ਼ੇ ਹੁੰਦੇ ਇਨਕੋਵਾਨਾ ਦੇ, ਪਿਸ਼ੋਰੀਆਂ ਦੇ, ਪਿਸ਼ੋਰ ਸ਼ਹਿਰ ਦੇ ਵਿਚਕਾਰ ਜਿਹੜੇ ਲੋਕ ਵਿਆਹ ਕਰਦੇ ਹੁੰਦੇ, ਉਸ ਦੇ ਵਿਚਕਾਰ ਵਰਾਇਟੀ ਮਤਲਬ ਅੱਜ ਕੱਲ੍ਹ ਦੀ ਜ਼ਿਆਦਾ ਹੈ। ਪਹਿਲੇ ਇਤਨੀ ਵਰਾਇਟੀ ਨਹੀਂ ਹੁੰਦੀ, ਸਮਾਨ ਇਤਨਾ ਨਹੀਂ ਹੁੰਦਾ ਹੈ। ਉਹ ਪਹਿਲੇ ਲੋਕ ਜ਼ਿਆਦਾ ਪੈਸਾ ਲਗਾਉਂਦੇ ਕਿ ਅੱਜ ਕੱਲ੍ਹ ਲੋਕ ਜ਼ਿਆਦਾ ਪੈਸਾ ਉਡਾਉਂਦੇ ਨੇ? ਯਾਰ, ਅੱਜ ਕੱਲ੍ਹ ਪੈਸਾ ਉਡਾਉਂਦੇ ਜ਼ਿਆਦਾ, ਲੇਕਿਨ ਉਹ ਖੁਸ਼ੀ ਨਹੀਂ ਗੀ, ਉਹ ਪਿਆਰ ਮੁਹੱਬਤ ਨਹੀਂ ਗੀ। ਜਿਸ ਤਰ੍ਹਾਂ ਪਹਿਲੇ ਸ਼ਾਦੀਆਂ ਹੁੰਦੀ ਤੇ ਇੱਕ ਬੈਠਕ 'ਚ ਲੋਕ ਬੈਠ ਜਾਂਦੇ, ਅੱਜ ਕੱਲ੍ਹ ਸ਼ਾਦੀ ਹਾਲੇ ਲੋਕ ਚਲੇ ਗਏ, ਲੇਕਿਨ ਉਹ ਟਾਈਮ ਨਹੀਂ ਗਾ। ਜਿਸ ਤਰ੍ਹਾਂ ਪਹਿਲੇ ਇੱਕ ਸ਼ਾਦੀ ਸ਼ੁਰੂ ਹੁੰਦੀ ਤੇ ਇੱਕ ਹਫ਼ਤੇ ਪਹਿਲੇ ਲੋਕ ਇਕੱਠੇ ਹੋਣਾ ਸ਼ੁਰੂ ਕਰ ਦਿੰਦੇ, ਅੱਜ ਕੱਲ੍ਹ ਜਿਹੜਾ ਸ਼ਾਦੀ ਹੈ ਤਾਂ ਮੁਖਤਸਰ ਟਾਈਮ 3 ਘੰਟੇ ਖਾਲੀ ਖਾਣਾ ਖਾ ਕੇ ਵਾਪਸ ਆ ਜਾਂਦੇ ਬਸ। ਬਿਲਕੁਲ ਸਹੀ ਕਹਿੰਦੇ ਪਏ, ਯਾਨੀ ਪਹਿਲੇ ਲੋਕਾਂ ਕੋਲ ਜ਼ਿਆਦਾ ਇਸ ਤਰ੍ਹਾਂ ਹੁੰਦਾ ਹੈ ਕਿ ਪਿਆਰ ਮੁਹੱਬਤ ਜ਼ਿਆਦਾ ਹੁੰਦਾ ਹੈ, ਵਕਤ ਜ਼ਿਆਦਾ ਦਿੰਦੇ ਹੁੰਦੇ ਹੈ। ਅੱਜ ਕੱਲ੍ਹ ਪੈਸਾ ਜ਼ਿਆਦਾ ਹੈ, ਲੇਕਿਨ ਉਹ ਪਿਆਰ ਮੁਹੱਬਤ ਘੱਟ ਹੈ। ਬਿਲਕੁਲ ਸੱਚੀ ਗੱਲ ਹੈ। ਤੁਸੀਂ ਵਜੂਹਾਤ ਕੀ ਸਮਝਦੇ ਹੋ ਕਿ ਅਸੀਂ ਲੋਕ ਬਸ ਹੁਣ ਮਸ਼ੀਨੀ ਲੋਕ ਹੋ ਗਏ ਹਾਂ, ਹੁਣ ਸਾਡੇ ਕੋਲ ਟਾਈਮ ਨਹੀਂ ਗਾ, ਅਸੀਂ ਬਸ ਦੂਈ ਮਸਰੂਫੀਅਤ? ਮੇਰੀ ਗੱਲ ਇਹ ਸਹੀ ਹੈ ਕਿ ਮਸ਼ੀਨੀ ਹੋ ਗਏ ਬਸ ਸਾਰੇ। ਪਿਸ਼ੋਰੀ ਲੋਕ, ਹਿੰਦਕੋਵਾਨ ਲੋਕ ਇੱਥੇ ਆਉਂਦੇ ਹਨ ਸ਼ਾਦੀਆਂ ਦੇ ਵਿਚਕਾਰ ਅੱਜ ਕੱਲ੍ਹ, ਮਤਲਬ ਜ਼ਿਆਦਾ ਹਿੰਦਕੋਵਾਨ ਆਉਂਦੇ ਹਨ, ਜ਼ਿਆਦਾ ਪਠਾਨ ਆਉਂਦੇ ਹਨ? ਕਿਹੜੀ ਆਡੀਅੰਸ ਜ਼ਿਆਦਾ ਆਉਂਦੀ? ਦੋਨੋਂ ਆਉਂਦੇ, ਪਠਾਨ ਵੀ ਆਉਂਦੇ ਕਿ ਹਿੰਦਕੋਵਾਲ ਵੀ ਆਉਂਦੇ ਨੇ? ਹਾਂ, ਦੋਨੋਂ ਪੈਸੇ ਲਗਾਉਂਦੇ ਬਸ। ਅੱਜ ਕੱਲ੍ਹ ਬਸ ਟਿਕਟਾਕ 'ਚ ਸ਼ੇ ਦੇਖਦੇ, ਦੇਖੋ ਕਹਿੰਦੇ ਕਿ ਇਹ ਵੇ ਜੀ ਜੀ ਮਿਲ ਜਾ, ਨਵੀਂ ਨਵੀਂ ਸ਼ੈ ਹੋਈ, ਇੰਨੀ ਡਿਮਾਂਡ ਵੀ ਨਵੀਂ ਸ਼ੈ ਡਿਮਾਂਡ ਕਰ। ਪਿਸ਼ੋਰੀ ਲੋਕਾਂ ਨੇ ਆਪਣੇ ਪੁੱਤਰ ਦੇ ਮੂੰਹ 'ਤੇ ਸਿਹਰਾ ਸਜਾਉਣਾ ਹੁੰਦਾ ਆ ਅਤੇ ਸਭ ਤੋਂ ਪਹਿਲੇ ਆਪਣੇ ਖਾਨਦਾਨ ਦੇ ਨਜ਼ਦੀਕੀ ਲੋਕਾਂ 'ਚ ਰਿਸ਼ਤਾ ਲੱਭਦੇ ਹੈ। ਅਗਰ ਖਾਨਦਾਨ 'ਚ ਨਿੰਘਾ ਕੋਈ ਤਾਂ ਵੱਧ ਆਪਣੀ ਜਾਣ ਪਛਾਣ ਦੇ ਜ਼ਰੀਏ ਇੱਕ ਦੂਏ ਦੇ ਘਰ ਦਾ ਪਤਾ ਕਰਦੇ ਹੈ। ਖਾਨਦਾਨ 'ਚ ਵਿਆਹ ਵਸੇ ਅਤੇ ਨਡੇ ਦੀ ਇਤਨੀ ਪੁੱਛ ਗੱਜ ਨਹੀਂ ਹੁੰਦੀ ਹੈ ਕਿਉਂਕਿ ਗੋਦੀ 'ਚ ਪਲੇ ਬੱਚਿਆਂ ਦਾ ਕੋਈ ਵੀ ਨਹੀਂ ਪੁੱਛਦਾ। ਅਤੇ ਨਾਲੇ ਕਿਸ ਦਾ ਪੁੱਤਰ ਵੇ ਅਤੇ ਕਿਸ ਦਾ ਦੋਤਰਾ, ਮਾਂ ਪਿਓ ਵਸੇ ਇਤਨਾ ਮਸਲਾ ਹੀ ਨਹੀਂ ਹੁੰਦਾ ਆ, ਸਭ ਇੱਕ ਦੂਏ ਨੂੰ ਪਛਾਣਦੇ। ਜਦੋਂ ਖਾਨਦਾਨ ਸੀ ਬਾਹਰ ਕਿੱਧਰ ਜਾਣ ਪਛਾਣ ਵਾਲੀ ਜਗ੍ਹਾ 'ਤੇ ਰਿਸ਼ਤੇ ਆਉਂਦੇ ਆਏ ਅਤੇ ਵੱਧ ਨਡੇ ਦੇ ਬਾਰੇ 'ਚ, ਖਾਨਦਾਨ ਦੇ ਬਾਰੇ 'ਚ ਬਹੁਤ ਪੁੱਛ ਗੱਜ ਕੀਤੀ ਜਾਂਦੀ ਹੈ। ਨਡਾ ਕੰਮ ਗੱਜ ਕੇ ਕਰਦਾ ਵੇ, ਕੋਈ ਨਸ਼ਾ ਤਮਾਸ਼ਾ ਤਾਂ ਨਹੀਂ ਕਰਦਾ? ਜਾਣ ਪਛਾਣ ਵਾਲੇ ਲੋਕ ਵਿੱਚ ਪੈ ਕੇ ਹਰ ਗੱਲ ਜ਼ਿੰਮੇਦਾਰੀ ਲੈਂਦੇ ਹੁੰਦੇ, ਬਸ ਵੱਧ ਬਿਸਮਿਲ੍ਲਾ ਕਰਕੇ ਮੰਗਣੀ ਅਤੇ ਵੱਧ 2 ਜਾਂ 3 ਸਾਲਾਂ ਬਾਅਦ ਵਿਆਹ ਦਾ ਨੇਟਾ ਰੱਖਾ ਜਾਂਦਾ ਆ। ਵਿਆਹ ਦੀਆਂ ਤਿਆਰੀਆਂ ਕਰਨੇ ਵਸੇ ਨਡੇ ਦੀ ਮਾਂ, ਮਾਸੀ, ਪੁੱਪੀ ਦੀ ਡਿਊਟੀ ਸ਼ੁਰੂ ਹੋ ਜਾਂਦੀ ਹੈ। ਨਡੇ ਦੀ ਵਰੀ ਵਸੇ ਸ਼ਹਿਰ ਪਿਸ਼ੋਰ ਦੀ ਸਭ ਤੋਂ ਮਸ਼ਹੂਰ ਮਾਰਕੀਟ ਕਿੱਸਾਖਾਨੀ ਦੇ ਚੱਕਰ ਸ਼ੁਰੂ ਹੋ ਜਾਂਦੇ ਹੈ ਕਿਉਂਕਿ ਸਭ ਕੁਝ ਇੱਧਰ ਸੀ ਮਿਲਦਾ ਆ। ਗੋਟਾ ਕਿਨਾਰੀ ਹੋਵੇ ਜਾਂ ਜ਼ਰੀ ਦਾ ਕੰਮ ਹੋਵੇ, ਯਾਨੀ ਵਿਆਹ ਦੀ ਸਾਰੀ ਵਰਾਇਟੀਆਂ ਇੱਕ ਛੱਤ ਤਲੇ ਮਿਲ ਜਾਂਦੀਆਂ ਹੈ। ਲਓ ਜੀ, ਨਡੇ ਦੇ ਵਿਆਹ ਸ਼ੁਰੂ, ਇਲਾਕੇ ਮੁਹੱਲੇ 'ਚ ਸਾਰੇ ਗਲੀ ਨੂੰ ਲਾਲ ਅਤੇ ਸਬਜ਼ ਝੰਡੀਆਂ ਨਾਲ ਸਜਾ ਜਾਂਦਾ ਆ। ਆਪਣੇ ਖਾਨਦਾਨ ਦੇ ਨਾਲ ਇਲਾਕੇ ਮੁਹੱਲੇ ਦੇ ਲੋਕਾਂ ਨੇ ਵੀ ਪੂਰਾ ਹਿੱਸਾ ਪਾਉਂਦੇ ਆਏ, ਕੋਈ ਵੀ ਪਿੱਛੇ ਨਹੀਂ ਰਹਿੰਦਾ ਆ। ਘਰ 'ਚ ਲੜੀਆਂ ਪਈ ਲੱਗਦੀਆਂ ਵਨ, ਗਲੀ ਦੇ ਸ਼ੁਰੂ 'ਚ ਇੱਕ ਦਰਵਾਜ਼ਾ ਫੁੱਲਾਂ ਦਾ ਤਿਆਰ ਕਰਕੇ ਉੱਥੇ ਵੈਲਕਮ ਯਾਨੀ ਖੁਸ਼ਾਮਦੀਦ ਦਾ ਬੋਰਡ ਵੀ ਲੱਗ ਜਾਂਦਾ ਆ। ਰਾਤ ਨੂੰ ਮਾਈਆਂ ਵੇ ਨਡੇ ਦੀ
ਕੁੜੀ ਦੇ ਘਰ ਵਾਲੇ ਨੱਡੇ ਨੂੰ ਮਹਿੰਦੀ ਲਾਣੇ ਆਸਨ। ਗਲੀ 'ਚ ਮਾਸ਼ ਪੁਲਾ ਅਤੇ ਨਾਲ ਕੋਫਤੇ ਪਏ ਤਿਆਰ ਹੁੰਦੇ ਵਨ। ਰਾਤੀ ਮਾਇਆ ਸੀ, ਬਾਅਦ ਸਾਰਿਆਂ ਨੇ ਮਾਸ਼ ਪੁਲਾ ਅਤੇ ਕੋਫਤੇ ਖਾਣੇ ਵਨ। ਕੁੜੀ ਦੇ ਘਰ ਢੋਲਕੀ ਰੱਖ ਕੇ ਗਾਣੇ ਸ਼ੁਰੂ ਵਨ ਅਤੇ ਨੱਡੇ ਦੇ ਯਾਰੀਆਂ ਦੋਸਤੀਆਂ ਨੇ ਬੈਠਕ 'ਚ ਨੱਚ ਨੱਚ ਕੇ ਸਾਰੇ ਇਲਾਕੇ ਨੂੰ ਸਿਰ 'ਤੇ ਚੁਕੋਇਆ ਵੇ। ਦੂਏ ਦਿਨ ਨੱਡੇ ਦੀ ਜੰਝ ਹੈ ਅਤੇ ਨੱਡੇ ਦੇ ਯਾਰ ਦੋਸਤਾਂ ਨੇ ਕੜਾ ਕੜੋਲੀ, ਜਿਸ 'ਚ ਸੱਤ ਕੂਆਂ ਸੀ ਪਾਣੀ ਲੈ ਕੇ ਉਂਡੇਲਾ ਵੇ, ਜਿਸ ਨਾਲ ਨਾਣੇ ਸੀ ਬਾਅਦ ਨੱਡੇ ਨੇ ਤਿਆਰ ਹੋਣਾ ਵੇ। ਜਦੋਂ ਸ਼ਹਿਰ ਪਿਸ਼ੋਰ ਦੇ ਕੂਏ ਨੂੰ ਬੰਦ ਕਰ ਦਿੱਤਾ ਗਿਆ ਵੇ ਅਤੇ ਉਹ ਸ਼ਹਿਰ ਪਿਸ਼ੋਰ ਦੇ ਸੱਤ ਬੰਬੇ ਸੀ ਪਾਣੀ ਲੈ ਕੇ ਇਹ ਕੰਮ ਕੀਤਾ ਜਾਂਦਾ ਵੇ। ਜੰਝ ਵਾਲੇ ਦਿਨ 'ਤੇ ਸੰਭਾਲਾ ਵੀ ਨਾਲ ਹੁੰਦਾ ਆ। ਸਾਡੀ ਪਹਿਲੀ ਰਸਮ ਔਰ ਰਿਵਾਜ ਅੱਜ ਸੰਭਾਲੇ ਦਾ ਕਿਰਦਾਰ ਵੀ ਬੜੀ ਅਹਿਮੀਅਤ ਰੱਖਦਾ ਆ। ਨੱਡੇ ਦੇ ਮੂੰਹ ਸੀ ਸਰਾਪਾ, ਕਿ ਜਿਸ ਤਰ੍ਹਾਂ ਘੋੜੇ 'ਤੇ ਬਿਠਾਉਂਦੇ ਹੈ ਵਾਘਾ ਪਗੜੀ ਦੀ ਰਸਮ ਨੂੰ ਪੂਰਾ ਕਰਨੇ ਵਸੇ ਭੈਣਾਂ ਘੋੜੇ ਦੀ ਵਾਗ ਨੂੰ ਪਕੜ ਕੇ ਖਲੋ ਜਾਂਦੀਆਂ ਆਈਆਂ ਅਤੇ ਪਿਰਾਂ ਨੇ ਭੈਣਾਂ ਨੂੰ ਆਪਣੇ ਵਸ ਦੇ ਮੁਤਾਬਿਕ ਜੇ ਕੁਝ ਦੇ ਛੋੜਾ ਉਹ ਭੈਣਾਂ ਨੇ ਖੁਸ਼ੀ ਖੁਸ਼ੀ ਲੈ ਕੇ ਚਲੀ ਜਾਂਦੀਆਂ ਆਈਆਂ। ਇਹ ਖੁਸ਼ੀ ਕਿਉਂਕਿ ਇਹ ਖੁਸ਼ੀ ਦਾ ਮਾਹੌਲ ਹੁੰਦਾ ਆ। ਇਸ ਵਸੇ ਇਸ ਵਕਤ ਜਿਹਾ ਕੋਈ ਵੀ ਕੰਮ ਨਹੀਂ ਕਰਦੇ ਆਏ ਕਿ ਕੋਈ ਅਫਗਾਨ ਪੈ ਜਾਵੇ। ਗਲੀ ਵਿੱਚ ਬੈਂਡਾਂ ਵਾਲੇ ਤਿਆਰ ਖਲੋਂਦੇ ਵਨ। ਖਾਨਦਾਨ ਦੇ ਵੱਡੀਆਂ ਨੇ ਇਜਤਮਾਈ ਦੁਆ ਸੀ ਬਾਅਦ ਜੰਝ ਨੂੰ ਟੋਰਨੇ ਦਾ ਇਸ਼ਾਰਾ ਕੀਤਾ ਵੇ। ਬਾਰਾਤੀ ਪੈਦਲ ਅਤੇ ਨੱਡਾ ਘੋੜੀ 'ਤੇ ਸਾਰੇ ਰਸਤੇ ਯਾਰ ਦੋਸਤਾਂ ਦੀ ਮੌਜ ਮਸਤੀਆਂ ਨੱਚ ਨੱਚ ਕੇ ਕੁੜੀ ਦੇ ਘਰ ਪਹੁੰਚ ਗਏ ਵਨ। ਨੱਡੇ ਨੂੰ ਦੁੱਧ ਪਿਲਾਈ ਦੀ ਰਸਮ ਕੁੜੀ ਦੇ ਘਰ ਦੇ ਦਰਵਾਜ਼ੇ 'ਤੇ ਕੀਤੀ ਗਈ ਹੈ। ਨੱਡੇ ਦੇ ਦੋ ਘੁੱਟ ਦੁੱਧ ਵੀ ਨਾ ਪੀਤਾ ਸੀ ਅਤੇ ਯਾਰਾਂ ਦੋਸਤਾਂ ਨੇ ਇੱਕ ਦੂਏ ਨੂੰ ਧਿੱਕੇ ਦੇਣਾ ਸ਼ੁਰੂ ਕਰ ਦਿੱਤਾ ਵੇ ਕਿ ਓਏ ਮੈਨੂੰ ਤਾਂ ਦੇ ਨਾ, ਮੈਨੂੰ ਤਾਂ ਦੇ ਨਾ, ਕਿਉਂਕਿ ਇਹ ਖਿਆਲ ਕੀਤਾ ਜਾਂਦਾ ਹੈ ਕਿ ਜਿਸ ਦਾ ਵਿਆਹ ਨਾ ਹੋਵੇ ਅਤੇ ਉਹ ਇਹ ਵਾਲਾ ਨੱਡੇ ਦਾ ਝੂਠਾ ਦੁੱਧ ਪੀ ਲਵੇ ਅਤੇ ਵੱਧ ਫਟਾਫਟ ਉਸਦਾ ਵਿਆਹ ਹੋ ਜੱਸੀ। ਦੁੱਧ ਦੀ ਰਸਮ ਸੀ ਬਾਅਦ ਨੱਡੇ ਦਾ ਨਿਕਾਹ ਵਸੇ ਸਾਹਮਣੇ ਮਿਠਿਆਈ ਦਾ ਵੱਡਾ ਥਾਲ, ਜਿਸ ਨੂੰ ਚੋਬਾ ਕੀਆ ਜਾਂਦਾ ਵੇ, ਉਹ ਰੱਖਿਆ ਜਾਂਦਾ ਆ। ਨਿਕਾਸੀ ਬਾਅਦ ਨੱਡੇ ਅਤੇ ਕੁੜੀ ਦੇ ਨਾਲ ਇੱਕ ਦੂਏ ਦੇ ਖਾਨਦਾਨ 'ਚ ਪਿਆਰ, ਮੁਹੱਬਤ ਅਤੇ ਇਤਫਾਕ ਦੀ ਦੁਆ ਕੀਤੀ ਜਾਂਦੀ ਹੈ। ਨਿਕਾਸੀ ਬਾਅਦ ਜੰਝ ਵਸੇ ਕੁੜੀ ਵਾਲਿਆਂ ਨੇ 3-36 ਰੋਟੀ ਦਾ ਇੰਤਜ਼ਾਮ ਵੀ ਕੀਤਾ ਹੋਇਆ ਵੇ। ਰੁਖਸਤੀ ਸੀ ਪਹਿਲੇ ਨੱਡੇ ਨੂੰ ਕੁੜੀ ਵਾਲੇ ਸਲਾਮ ਕਰਾਈਆਂ ਦਿੰਦੇ ਵਨ। ਹਰ ਖਾਨਦਾਨ ਦਾ ਆਪਣਾ ਵੱਖਰਾ ਰਿਵਾਜ ਹੈ ਕਿ ਕੁੜੀ ਨੂੰ ਸਿਰ 'ਤੇ ਲੱਸੀ ਅਤੇ ਵੱਧ ਉਸਦੇ ਫੁੱਲਾਂ ਦੀ ਪੂਰੀ ਚਾਦਰ ਪਾ ਕੇ ਮਾਮਾ ਚਾਚਾ ਅਤੇ ਵੱਧ ਖਾਨਦਾਨ ਦਾ ਵੱਡਾ ਰੁਖਸਤ ਕਰਦਾ ਆ। ਕੁੜੀ ਦੇ ਸਿਰ 'ਤੇ ਕੁਰਾਨ ਸ਼ਰੀਫ ਦਾ ਸਾਇਆ ਕਰਕੇ ਕਾਰਸੀ ਰਵਾਨਾ ਕਰਨੇ ਸੀ ਪਹਿਲੇ ਚੋਲ ਪਾਉਂਦੇ ਵਨ। ਜਾਣੇ ਸੀ ਪਹਿਲੇ ਦੋਨੋਂ ਹੱਥਾਂ ਸੀ ਚੋਲ ਆਪਣੇ ਸਿਰ ਸੀ ਪਿੱਛੇ ਸੱਟਦੀ ਆਈ। ਕਾਰਾਂ ਦੇ ਦਰਵਾਜ਼ੇ 'ਤੇ ਡੋਲੀ ਤਿਆਰ ਹੁੰਦੀ ਹੈ, ਜਿਸ 'ਚ ਬੈਠ ਕੇ ਕੁੜੀ ਆਪਣੇ ਬਾਬੁਲ ਦੇ ਘਰ ਨੂੰ ਛੋੜ ਕੇ ਆਪਣੇ ਖੋਨ ਦੇ ਘਰ ਰਵਾਨਾ ਹੋ ਜਾਂਦੀ ਹੈ। ਖਾਨਦਾਨ ਵਾਲੇ ਯਾਰ ਦੋਸਤ ਨਾਲ ਆਉਂਦੇ ਵਨ। ਦਾਵਤ ਸੀ ਬਾਅਦ ਨੱਡੇ ਦੀ ਸਾਲੀਆਂ ਅਤੇ ਜੁੱਤੀ ਛੁਪਾਈ ਦੀ ਰਸਮ ਨੂੰ ਸ਼ੁਰੂ ਕੀਤਾ ਗਿਆ ਵੇ। ਖੂਬ ਅਸੀਂ ਮਜ਼ਾਕ ਸੀ ਬਾਅਦ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੱਡੇ ਦੇ ਆਪਣੀ ਜੁੱਤੀਆਂ ਨੂੰ ਲੈ ਲਵੇ। ਇਹਨਾਂ ਸਾਰੇ ਕੰਮਾਂ ਸੀ ਬਾਅਦ ਨੱਡੇ ਦੇ ਕੁੜੀ ਦੇ ਖਾਨਦਾਨ ਵਾਲੇ ਆਪਣੇ ਆਪਸ ਵਿੱਚ ਪਿਆਰ, ਮੁਹੱਬਤ ਅਤੇ ਇਤਫਾਕ ਨਾਲ ਰਹਿਣੇ ਦੀ ਦੁਆਵਾਂ ਸੀ ਬਾਅਦ ਵੋਟੀ ਨੂੰ ਆਪਣੇ ਘਰ ਸੀ ਰੁਖਸਤ ਕੀਤਾ ਜਾਂਦਾ ਵੇ। ਮਾਮੀ, ਮਾਮਾ, ਪੁੱਪੀ, ਪੁੱਪੜ, ਚਾਚਾ, ਚਾਚੀ, ਨਾਨਾ, ਨਾਨੀ ਸਭ ਪਰਾਏ ਹੋ ਗਏ ਵਨ। ਇਲਾਕਾ ਮੁਹੱਲੇ ਦੇ ਵਿਆਹ 'ਚ ਕਰਾਕਰੀ ਪੂਰੀ ਕਰਨਾ ਵੀ ਇੱਕ ਵੱਡਾ ਮਸਲਾ ਹੁੰਦਾ ਆ। ਕਦੀ ਹੋਰੀ ਕੱਟ ਗਈ ਹੈ ਅਤੇ ਕਦੀ ਪਲੇਟ ਅਤੇ ਕਦੀ ਜੱਗ ਗਿਲਾਸ ਅਤੇ ਕਦੀ ਕੌਰਮੇ ਦਾ ਪਿਆਲਾ ਹੋ। ਇਹਨਾਂ ਨੂੰ ਪੂਰਾ ਕਰਨੇ 'ਚ ਬੜਾ ਮਜ਼ਾ ਆਉਂਦਾ ਹੁੰਦਾ ਆ। ਸਾਰੇ ਇਲਾਕੇ ਮੁਹੱਲੇ ਦੇ ਕਾਰਾਂ ਸੀ ਪੁੱਛ ਪੁੱਛ ਕੇ ਸਮਾਨ ਪੂਰਾ ਕਰਨੇ ਆਉਂਦੇ ਆ।
ਹੁਣ ਤਾਂ ਸ਼ਾਦੀ ਹਾਲਾਂ ਦੇ ਅੰਦਰ ਹੀ ਸਭ ਕੁਝ ਇੱਕ ਛੱਤ ਤਲੇ ਮਿਲ ਜਾਂਦਾ ਵੇ। ਖੋ ਸੱਚ ਕਹਾਂ ਤਾਂ ਬਿਲਕੁਲ ਵੀ ਮਜ਼ਾ ਨਹੀਂ ਆਉਂਦਾ, ਕਿੱਧਰ ਪੂਰੇ ਹਫ਼ਤੇ ਦਾ ਵਿਆਹ ਅਤੇ ਕਿੱਧਰ ਸ਼ਾਦੀ ਹਾਲ ਦੇ 4 ਘੰਟੇ ਦਾ ਵਿਆਹ। ਜਿਸ ਸ਼ਾਦੀ ਹਾਲ ਵੱਲੇ ਐਂਡ ਉਸ ਵਕਤ ਹਾਲ ਦੀ ਲਾਈਟ ਬੰਦ ਕਰਦੇ ਵਨ ਕਿ ਲੱਖਾਂ ਰੁਪਏ ਵੀ ਤੁਸੀਂ ਸ਼ਾਦੀ ਹਾਲ ਵਾਲਿਆਂ ਦੀ ਫੀਸ ਵੀ ਦੇਵੋ, ਮਿੰਨਤ ਸਮਾਜਤ ਵੀ ਕਰੋ। ਅੱਜ ਸਾਡਾ ਆਪਣਾ ਕਸੂਰ ਹੈ ਇਸ ਮਾਸ਼ਰੇ ਦਾ, ਆਪਣੇ ਨੱਕ ਨੂੰ ਉੱਚਾ ਰੱਖਣੇ ਵਾਸਤੇ ਸਾਨੇ ਇਲਾਕੇ ਮੁਹੱਲੇ ਨੂੰ ਛੋੜ ਕੇ ਸ਼ਾਦੀ ਹਾਲ ਦਾ ਰੁੱਖ ਕਰ ਛੋੜਿਆ। ਸਾਨੇ ਅਸਲੀ ਅਤੇ ਖਾਲਿਸ ਖੁਸ਼ੀਆਂ ਸਾਡੇ ਨਸੀਬ ਸੀ ਦੂਰ ਹੋ ਗਈਆਂ। ਪਤਾ ਨਹੀਂ ਗਾ ਸਾਡੇ ਸੀ ਬਾਅਦ ਸਾਡੀ ਆਉਣ ਵਾਲੀ ਨਸਲ ਨੂੰ ਹੋਰ ਕੀ ਕੁਛ ਸਹਿਣਾ ਪੈ ਸੀ, ਅਤੇ ਆਪਣੀ ਪੁਰਾਣੀ ਰਸਮੋ ਰਿਵਾਜ ਨੂੰ ਦੇਖਣੇ ਵੀ ਇਹਨਾਂ ਨੂੰ ਨਸੀਬ ਹੋ ਸੀ ਜਾਂ ਨਾ ਹੋ ਸੀ। ਜੀ ਨਾਜ਼ਰੀਨ, ਜਿਹੜਾ ਮੈਂ ਤੁਹਾਨੂੰ ਕਹਿਣਾ ਕਿ ਪੁਰਾਣੇ ਵਿਆਹਾਂ ਦੇ ਵਿਚਕਾਰ ਆਪਣੇ ਮਜ਼ੇ ਹੁੰਦੇ, ਮਹਿੰਦੀਆਂ ਹੁੰਦੀਆਂ ਜਾਂ ਅਤੇ ਨੜੇ ਕੁੜੀਆਂ ਦੇ ਆਪਸ ਦੇ ਵਿਚਕਾਰ, ਉਹ ਕੀ ਕਹਿੰਦੇ ਨੜੇ ਵਾਲੇ ਕੁੜੀਆਂ ਵਾਲੀ ਉਹ ਮਹਿੰਦੀਆਂ ਦੇ ਵਿਚਕਾਰ ਗਾਣਿਆਂ ਦੇ ਮੁਕਾਬਲੇ ਕਰਦੇ ਹੁੰਦੇ ਹੋ, ਮਿੱਠੇ ਚੋਲ ਰੱਖੇ ਜਾਂਦੇ ਹੈ, ਉਹ ਮਿੱਠੇ ਚੋਲ ਖਵਾਉਂਦੇ ਆ। ਉਸਦੇ ਇਲਾਵਾ ਜਿਹੜੀ ਜ਼ਬਰਦਸਤ ਗੱਲ ਹੁੰਦੀ ਕਿ ਅਗਰ ਨੜੇ ਕੁੜੀ ਵਾਲੇ ਆਵਣ ਜਾਂ ਕੁੜੀ ਵਾਲੇ ਨੜੇ ਵੱਲ ਜਾਵਣ ਚੋਰੀ ਦੀ ਮਹਿੰਦੀ ਲੈ ਕੇ, ਅਤੇ ਵਾ ਤੋਂ ਬੱਕਰਖਾਨੀਆਂ ਅਤੇ ਉਹ ਗੁਲਾਬੀ ਚਾਹ ਜਿਹੜੀ ਅਸੀਂ ਉਹਨੂੰ ਕਹਿੰਦੇ ਸ਼ੀਰੀ ਚਾਹ, ਉਹ ਵੀ ਅਸੀਂ ਪੀਂਦੇ ਹੁੰਦੇ ਹਾਂ। ਉਸਦਾ ਵੀ ਆਪਣਾ ਇੱਕ ਲੁਤਫ ਹੁੰਦਾ ਹੈ ਸਰਦੀਆਂ ਦੇ ਵਿਚਕਾਰ। ਅਤੇ ਯਕੀਨ ਮੰਨੋ ਕਿ ਇਹ ਜਿਤਨੀ ਵੀ ਰਸੂਮਾਤ ਆਈਆਂ ਇਸਦੇ ਵਿਚਕਾਰ ਪੁਰਾਣੇ ਲੋਕਾਂ ਦੇ ਨਾਲ ਬਰਕਤਾਂ ਆਈਆਂ, ਕਿਉਂਕਿ ਪੁਰਾਣੇ ਲੋਕ ਹੁੰਦੇ, ਉਹਨਾਂ ਦੀ ਦੁਆਵਾਂ ਸ਼ਾਮਿਲ ਹੁੰਦੀਆਂ ਆਈਆਂ ਇਸਦੇ ਵਿਚਕਾਰ। ਮੇਰੇ ਨਾਲ ਮੌਜੂਦ ਹਨ ਜਨਾਬ, ਅਸਲਾਮ ਅਲੈਕੁਮ, ਕੀ ਹਾਲ ਹੈ? ਅਲਹਮਦੁਲਿਲਾ ਸਰ ਜੀ। ਤੁਹਾਡਾ ਨਾਮ? ਮੇਰਾ ਨਾਮ ਮੁਹੰਮਦ ਨਿਆਜ਼। ਅੱਛਾ ਨਿਆਜ਼ ਬਾਈ, ਮੈਨੂੰ ਬਤਾਉਣਾ ਕਿ ਵਿਆਹਾਂ ਸ਼ਾਦੀਆਂ ਦਾ ਅੱਜ ਸਾਡਾ ਟੋਪਿਕ ਹੈ ਪਿਛੋਰੀਆਂ ਦਾ। ਇਹ ਵਿਆਹ ਸ਼ਾਦੀ ਜਿਹੜੇ ਪਹਿਲੇ ਹੁੰਦੇ ਅਤੇ ਜਿਹੜੇ ਵਿਆਹ ਸ਼ਾਦੀਆਂ ਅੱਜ ਕੱਲ੍ਹ ਦੇ ਹੁੰਦੀ, ਪਹਿਲੀ ਦੇ ਵਿਚਕਾਰ ਕੋਈ ਫਰਕ ਮਹਿਸੂਸ ਕਰਦੇ? ਬਹੁਤ ਫਰਕ ਮਹਿਸੂਸ ਕਰਦੇ ਜੀ। ਪਹਿਲੇ ਘਰਾਂ ਦੇ ਘਰ ਹੁੰਦੇ, 8-8 ਦਿਨ ਦੇ ਵਿਆਹ ਹੁੰਦੇ, ਮਹੀਨੇ ਮਹੀਨੇ ਦੇ ਵਿਆਹ ਹੁੰਦੇ। ਅੱਜ ਕੱਲ੍ਹ ਦੇ ਵਿਆਹ, ਹੁਣ ਸ਼ਾਦੀ ਹਾਲ ਜਾਓ ਅਤੇ ਸ਼ਾਦੀ ਹਾਲ ਸੀ ਆਓ ਅਤੇ ਬਸ ਵਿਆਹ ਖਤਮ। ਅੱਜ ਕੱਲ੍ਹ ਬਸ ਇਹ ਚੱਕਰ ਹੈ। ਪਹਿਲੇ ਅਲਗੁਲਾ ਹੁੰਦੀ, ਅਲਗੁਲਾ ਹੁੰਦੀ, ਇਹੀ ਮਜ਼ਾ ਹੁੰਦਾ ਆ। ਹੁਣ ਮੈਨੂੰ ਬਤਾਓ, ਤੁਹਾਨੂੰ ਆਪਣੀ ਸ਼ਾਦੀ ਯਾਦ ਹੈ ਕਿ ਨਹੀਂ? ਉਸਦੇ ਵਿਚਕਾਰ ਕਿੰਨੇ ਮਹਿਮਾਨ ਆਉਂਦੇ, ਕਾਰਾਂ ਦੇ ਵਿਚਕਾਰ ਤੰਬੂ ਲੱਗ ਜਾਂਦੇ ਹੁੰਦੇ, ਝੰਡੀਆਂ ਲੱਗ ਜਾਂਦੀਆਂ ਆਈਆਂ? ਜਾਂ ਬਿਲਕੁਲ, ਸਾਨੂੰ ਆਪਣੀ ਸ਼ਾਦੀ ਬੜੀ ਅੱਛੀ ਤਰ੍ਹਾਂ ਯਾਦ ਹੈ। ਆਪਣੇ ਖੇਸ਼ ਕੌਮ ਆਉਂਦੇ, ਪੂਰਾ ਹਫ਼ਤਾ ਸਾਡੇ ਘਰ ਰਹੇ। ਹੁਣ ਅੱਜ ਕੱਲ੍ਹ ਤਾਂ ਉਹ ਚੀਜ਼ ਹੈ ਹੀ ਨਹੀਂ, ਬਿਲਕੁਲ ਉਹ ਚੀਜ਼ ਖਤਮ ਹੋ ਗਈ ਹੈ ਬਿਲਕੁਲ। ਅਸੀਂ ਇਹੀ ਕਹਿੰਦੇ ਕਿ ਸਾਡੀ ਨਵੀਂ ਨਸਲ ਨੂੰ ਤਾਂ ਇਹ ਚੀਜ਼ਾਂ ਪਤਾ ਹੀ ਨਹੀਂ ਆ ਕਿ ਯਾਰ ਜਿਹੜੇ ਪਹਿਲੇ ਸ਼ਾਦੀਆਂ ਪਿਛੋਰੀ ਸ਼ਾਦੀਆਂ ਪਿਛੋਰੀਆਂ ਇਨਕੋ ਵਾਨਾਂ ਦੀ ਸ਼ਾਦੀਆਂ ਦਾ ਇੱਕ ਆਪਣਾ ਚਸ ਹੁੰਦਾ, ਉਸਦੇ ਵਿਚਕਾਰ ਬੜੇ ਲੋਕਾਂ ਦੀ ਪਿਆਰ ਮੁਹੱਬਤ ਇਤਫਾਕ ਹੁੰਦਾ ਆ। ਲੋਕ ਕਹਿੰਦੇ ਨੇ ਅੱਜ ਕੱਲ੍ਹ ਆਪਣੇ ਖਰਚੇ ਪੂਰੇ ਨਹੀਂ ਕਰ ਸਕਦੇ ਅਤੇ ਅੱਜ ਕੱਲ੍ਹ ਇਹ ਸਾਰੀ ਦਾਵਤਾਂ ਕੀ ਪੂਰੀਆਂ ਕਰ ਸਕਦੇ? ਬਸ ਅਸਲ ਗੱਲ ਇਹੀ ਹੈ ਕਿ ਮਹਿੰਗਾਈ ਹੋ ਗਈ ਹੈ, ਮਹਿੰਗਾਈ ਦੀ ਵਜ੍ਹਾ ਨਾਲ ਲੋਕਾਂ ਨੂੰ ਬੜਾ ਕਮਰ ਲੋਕਾਂ ਦੀ ਪੰਨ ਛੋੜੀ ਨਹੀਂ। ਪਹਿਲੇ ਮਤਲਬ ਹੈ ਕਿ ਪੂਰਾ ਖਾਨਦਾਨ ਹੀ ਆ ਕੇ ਬੈਠ ਕੇ ਖਾਂਦਾ ਆ। ਅੱਜ ਕੱਲ੍ਹ ਖਾਲੀ ਆਪਣੀ ਵੀ ਬੰਦਾ ਪੂਰਾ ਕਰ ਲਏ ਤੇ ਬਸ ਬੜੀ ਕਮਾਲ। ਸ਼ਾਦੀ ਵਿਆਹ ਦਾ ਕਿੱਸਾ ਕੋਈ ਤੁਹਾਨੂੰ ਯਾਦ ਹੋਵੇ ਕਿ ਇਸ ਤਰ੍ਹਾਂ ਹੁੰਦਾ ਹੈ ਕਿ ਯਾਰ ਹੁੰਦਾ ਨਾ ਵਿਆਹਾਂ ਸ਼ਾਦੀਆਂ ਦੇ ਵਿਚਕਾਰ ਸਾਡੇ ਤਾਂ ਇਹ ਵੀ ਬਣਾਉਂਦੇ ਨੇ ਕਿ ਜੀ ਤੈਨੇ ਮੈਨੂੰ ਕਾਰਡ ਨਹੀਂ ਪਹੁੰਚਾਇਆ ਤਾਂ ਮਨੇ ਨਹੀਂ ਆਉਣਾ ਤੇਰੇ ਵੱਲ, ਤੈਨੇ ਤਾਂ ਮੈਨੂੰ ਖਾਲੀ ਮੈਸੇਜ ਕਰ ਦੇ ਦੂਏ ਨੂੰ ਕੀ ਤਾਂ ਮੈਨੂੰ ਕਿਉਂ ਨਹੀਂ ਕੀ, ਤਾਂ ਦੋ ਦੋ ਬੰਦੇ ਆਓ ਅਤੇ 4-4 ਬੰਦੇ ਲਿਆਓ। ਤੁਹਾਡੇ ਵਿਆਹ 'ਚ ਕੋਈ ਅਜਿਹੀ ਲੜਾਈ ਛੜਾਈ ਹੋਈ? ਬਿਲਕੁਲ, ਮੇਰੇ ਵਿਆਹ 'ਤੇ ਸੰਗ ਹੋਏ ਆ ਜੀ ਕਿ ਮੇਰੇ ਵਾਲਦ ਸਾਹਿਬ ਦੇ ਰਿਸ਼ਤੇਦਾਰ ਹੁਣ ਸਾਡੇ ਮੇਰੇ ਅਬੂ ਦੇ ਮਾਸੀ ਦਾ ਪੁੱਤਰ ਆਇਆ ਤਾਂ ਉਹਨੇ ਕਾਰਡ ਨਹੀਂ ਦਿੱਤਾ ਆ। ਉਹ ਕਾਰਡ ਨਹੀਂ ਆਇਆ ਤੋਂ ਬਾਅਦ ਉਹਨੇ ਕਿਹਾ ਮੈਂ ਬਗੈਰ ਕਾਰਡ ਦੇ ਆਸਾਂ ਤੂੰ ਬਿਲਕੁਲ ਕੰਮ ਨਾ ਕਰ, ਤਾਂ ਬਗੈਰ ਕਾਰਡਾਂ 'ਤੇ ਵੀ ਲੋਕ ਆਉਂਦੇ, ਖਾਲੀ ਵਹਿਣਾ ਆਉਂਦੀ ਕਿ ਜੀ ਤੁਹਾਨੇ ਆਉਣਾ। ਬਹੁਤ ਜ਼ਿਆਦਾ ਅੱਜ ਕੱਲ੍ਹ ਕੇ ਵੀ ਪਹਿਲੇ ਹੁੰਦਾ ਆ, ਛੇਤੀ ਰੋਟੀ ਹੁੰਦੀ, ਇਹ ਵੀ ਖੁਸ਼ ਹੁੰਦਾ, ਕੌਰਮਾ ਪਾਉਂਦੇ ਲੋਕ, ਰੱਜ ਕੇ ਖਾਂਦੇ। ਅੱਜ ਕੱਲ੍ਹ ਤਾਂ ਕੀ ਸਾਦੇ ਚੌਲ ਅਤੇ 4-4 ਡਿਸ਼ਾਂ ਦੇ ਦਿੰਦੇ, ਫਿਰ ਪਹਿਲੇ ਮਜ਼ਾ ਬਹੁਤ ਜ਼ਿਆਦਾ ਹੁੰਦਾ ਹੈ। ਪਹਿਲੇ ਰਸੂਮਾਤ ਕੇ ਕੀ ਹੁੰਦੀਆਂ ਹੈ ਜੋ ਅੱਜ ਕੱਲ੍ਹ ਤੁਹਾਨੂੰ ਨਜ਼ਰ ਨਹੀਂ ਆ? ਉਹ ਪਹਿਲੇ ਬਈ, ਪਹਿਲੇ 10 ਤੋਲੇ ਸੋਨਾ ਕੁੜੀ ਵਾਲੀ ਦੀ ਡਿਮਾਂਡ, ਇਤਨੇ ਜੋੜੇ ਅਸਾਨੇ ਬਣਾਏ ਦਿੱਤੇ। ਹਾਂ, ਅਤੇ ਅੱਜ ਕੱਲ੍ਹ ਤਾਂ ਫਜ਼ੂਲ, ਅੱਜ ਕੱਲ੍ਹ ਸੋਨਾ ਕਿੱਥੇ ਜਾ ਰਹੀ? ਹਾਂਜੀ, ਨਹੀਂ ਅਫੋਰਡ ਕਰ ਸਕਦੇ ਨਾ। ਅਤੇ ਰੋਟੀਆਂ ਮੋਟੀਆਂ ਦਾ ਤਾਂ ਬਹੁਤ ਰਸਮੇ ਮਾਈਆਂ,
ਅਤੇ ਮਜਲਸਾਂ ਅਤੇ ਬੈਠਕਾਂ ਖੁੱਲ੍ਹਦੀਆਂ ਅਤੇ ਅੱਲਾ ਅਤੇ ਗੁੱਲਾ ਅਤੇ ਬਹੁਤ ਮਜ਼ਾ ਹੁੰਦਾ ਹੈ, ਮੁਹੱਬਤ ਹੁੰਦਾ ਹੈ, ਬਹੁਤ ਇਤਫਾਕ, ਬਿਲਕੁਲ ਬਿਲਕੁਲ ਬਿਲਕੁਲ। ਹੁਣ ਮੈਨੂੰ ਬਤਾਓ ਕਿ ਅੱਜ ਕੱਲ੍ਹ ਦੇ ਦੌਰ ਦੇ ਵਿਚਕਾਰ ਜਿਹੜੇ ਲੋਕ ਬਸ ਖਾਲੀ ਵਿਆਹਾਂ ਨੂੰ ਮਤਲਬ ਇੰਜੋਏ ਨਹੀਂ ਕਰਦੇ, ਖਾਲੀ 2 ਘੰਟੇ ਦਾ ਵਿਆਹ ਹੋ ਗਿਆ ਜਾਂਦੇ ਅਤੇ ਆਉਂਦੇ, ਅਸਲ ਉਹ ਵਿਆਹ ਦਾ ਮਜ਼ਾ ਹੀ ਨਹੀਂ ਗਾ, ਮਜ਼ਾ ਹੀ ਨਹੀਂ ਗਾ। ਅਸੀਂ ਆਪ ਕਿਸੇ ਵਿਆਹ ਸ਼ਾਦੀ ਹੋਵੇ ਜਾ ਕੇ ਕੰਮ ਕਾਰ ਕਰਕੇ ਅਲੱਗ ਦੌਰ ਹੋ ਜਾਂਦੇ। ਵਾਹ ਜੀ ਵਾਹ, ਅਗਰ ਪਿਛੋਰੀਆਂ ਦਾ ਵਿਆਹ ਹੋਵੇ ਤੇ ਨਾਲੇ ਬੈਂਡ ਬਾਜਾ ਨਾ ਹੋਵੇ ਪੂਰਾ ਤੇ ਮੈਂ ਕਹਿਣਾ ਮਜ਼ਾ ਹੀ ਨਹੀਂ ਆਉਂਦਾ। ਤਾਂ ਜਦੋਂ ਪਿਛੋਰੀ ਹੋਵੇ ਤੇ ਜਦੋਂ ਇਹ ਸੁਰ ਸੰਗੀਤ ਸਾਰਾ ਇੱਕ ਸਥਾਨ ਮਿਲਦਾ ਨਾ, ਤਾਂ ਹੀ ਬੰਦੇ ਦੇ ਵਿਚਕਾਰ ਐਨਰਜੀ ਆਉਂਦੀ ਹੈ। ਤਾਂ ਖੂਬ ਚਾਚਾ ਮਾਮਾ ਤਾਇਆ ਪੁੱਪਾ ਪੁੱਪੀ ਭੈਣ ਨਿੱਕਾ ਭਰਾ ਵੱਡਾ ਭਰਾ ਦੋਸਤ ਹਮਸਾਏ ਸਾਰੇ ਨੱਚਦੇ ਨੇ, ਤਾਂ ਉਹ ਨੱਚਣੇ ਦੇ ਵਿਚਕਾਰ ਹੀ ਉਹ ਬਸ ਕਿ ਇਹ ਨਹੀਂ ਪਤਾ ਹੁੰਦਾ ਕਿ ਕੌਣ ਵਿਚਕਾਰ ਉਹ ਜਾਣ ਸੀ, ਕਿਹੜਾ ਡਾਂਸਰ ਬਣਾ ਹੁੰਦਾ, ਕੋਈ ਇੱਕ ਦੂਏ ਨੂੰ ਮਾਰਦਾ ਪਿਆ ਹੁੰਦਾ, ਬੱਚੇ ਟੰਗਾਂ ਦੇ ਵਿਚਕਾਰ ਆਉਂਦੇ ਪਏ ਹੁੰਦੇ ਨੇ, ਉਹ ਬਸ ਖੁਸ਼ੀ ਦਾ ਮਾਹੌਲ ਹੁੰਦਾ ਅਤੇ ਹਰ ਬੰਦਾ ਬਸ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਾ ਉਸ ਵਿੱਚ, ਅਤੇ ਡਾਂਸ ਡਾਂਸ ਵੀ ਬੜੀ ਬੜੀ ਲੜਾਈਆਂ ਮੈਨੇ ਦੇਖੀਆਂ। ਖੈਰ ਬੜਾ ਜ਼ਬਰਦਸਤ ਇਹਨਾਂ ਨੇ ਵਜਾਇਆ, ਅਤੇ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਸੁਨੀਲ ਅਨਵਰ ਹੈ ਜੀ, ਅਤੇ ਅਸੀਂ ਅਰਸਾ ਦਰਾਜ਼ ਸੀ ਪੇ ਕੰਮ ਕਰਨਾ ਬੈਂਡ ਬਾਜੇ ਦਾ। ਤੁਹਾਡੇ ਬੈਂਡ ਬਾਜਾ ਤੁਹਾਡਾ ਅਤੇ ਤੁਹਾਨੂੰ ਜਿਹੜੀ ਹੱਥਾਂ ਦੇ ਨਾਲ ਤੁਹਾਨੂੰ ਜਿਹੜਾ ਇਹ ਸੁਰ ਆਇਆ ਅਤੇ ਮੈਂ ਤਾਂ ਬਸ ਖੋ ਗਿਆ ਵਾਂ, ਮੈਂ ਕਿਹਾ ਵੱਜਦਾ ਰਹੇ ਭਰਾ ਬਸ ਅੱਜ ਤਾਂ ਵੱਜਦਾ ਰਹੇ। ਅੱਛਾ ਮੈਨੂੰ ਇਹ ਬਤਾਓ ਸੁਨੀਲ ਸਾਹਿਬ ਕਿ ਅੱਜ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਵਿਆਹ ਸ਼ਾਦੀਆਂ ਦੇ ਉੱਤੇ ਵੇ ਨਾ, ਹੁਣ ਵਿਆਹ ਸ਼ਾਦੀ ਤੁਹਾਨੂੰ ਦੇਖੀ ਹੋ ਸਨ, ਤੁਹਾਨੂੰ ਤਾਂ ਬਹੁਤ ਵਿਆਹ ਸ਼ਾਦੀ ਅਟੈਂਡ ਕੀਤੇ ਹੋ ਸਨ, ਖੂਬ ਖੁਰਾਕੇ ਮਾਰੇ ਹੋ ਸਨ ਖੈਰ ਨਾਲ। ਅਲਾ ਹੁਣ ਮੈਨੂੰ ਬਤਾਓ ਪਹਿਲੇ ਜਿਹੜੇ ਵਿਆਹ ਸ਼ਾਦੀਆਂ ਹੁੰਦੇ ਪਿਛੋਰੀਆਂ ਦੇ ਹਿੰਕੋਵਾਨਾਂ ਦੇ, ਉਸ ਵਿਚਕਾਰ ਕੀ ਮਜ਼ਾ ਹੁੰਦਾ ਹੈ, ਅਤੇ ਅੱਜ ਕੱਲ੍ਹ ਦੇ ਜਿਹੜੇ ਪਿਛੋਰ ਦੇ ਵਿਚਕਾਰ ਵਿਆਹ ਹੁੰਦੇ ਪਏ ਉਹਨਾਂ ਦਾ ਕੋਈ ਮਜ਼ਾ ਹੈ ਕਿ ਨਹੀਂ ਗਾ? ਜਾਂ ਪਹਿਲੇ ਸ਼ਾਦੀਆਂ 'ਚ ਮਜ਼ਾ? ਪਹਿਲੇ ਤਾਂ ਸ਼ਾਦੀਆਂ ਦਾ ਬਹੁਤ ਮਜ਼ਾ ਆਇਆ ਜੀ, ਹੁਣ ਤਾਂ ਬਸ ਬੰਦੇ ਵੀ ਪਹਿਲੇ ਜ਼ਿਆਦਾ ਹੁੰਦੇ ਆ, ਹੁਣ ਤਾਂ ਬੰਦੇ ਕਹਿੰਦੇ ਨੇ ਸ਼ਾਟ ਲਿਆਓ, ਇਸ ਸੰਗ ਕਰੋ, ਇਸ ਸੰਗ ਕਰੋ, ਅਤੇ ਇਹ ਵੇਖ ਕੇ ਹੁਣ ਵੀ ਬਸ ਠੀਕ ਹੈ, ਗੁਜ਼ਾਰਾ ਰਿਜ਼ਕ ਰੁਜ਼ਗਾਰ ਲੱਗਾ ਬਸ ਕੰਮ। ਪਹਿਲੇ ਦੀ ਸ਼ਾਦੀਆਂ ਦੇ ਵਿਚਕਾਰ ਮੈਨੂੰ ਇਹ ਬਤਾਓ ਕਿ ਰਸਮਾਂ ਰਿਵਾਜ ਹੁੰਦੀਆਂ, ਜਾਂ ਲੋਕ ਦੇਖੋ ਬੈਂਡ ਵਾਜਿਆਂ ਦੀ ਵੀ ਆਪਣੀ ਹੈਸੀਅਤ ਹੁੰਦੀ, ਬਾਰਾਤ ਉਸਦੇ ਬਗੈਰ ਕੰਪਲੀਟ ਨਹੀਂ ਹੁੰਦੀ ਹੈ, ਅਗਰ ਲੋਕ ਕਹਿੰਦੇ ਪੂਰੀ ਮੰਦਾ ਤੁਸੀਂ ਲੋਕ ਵਰਦੀ ਪਾ ਕੇ ਜਾਂਦੇ ਹੁੰਦੇ ਹੋ, ਇੱਕ ਬਾਰਾਤ ਦੇ ਨਾਲ ਨਾਲ ਘੋੜੀ ਹੁੰਦੀ, ਅੱਜ ਕੱਲ੍ਹ ਮੋਟਰਸਾਈਕਲ, ਅੱਜ ਕੱਲ੍ਹ ਲੋਕ ਗੱਡੀਆਂ 'ਤੇ ਆ ਗਏ, ਲੋਕ ਅੱਜ ਕੱਲ੍ਹ ਮੋਟਰਸਾਈਕਲਾਂ ਦੇ ਸੈਲੈਂਸਰ ਉਤਾਰ ਕੇ ਨਾਲ ਨਾਲ ਤੁਹਾਡੇ ਜਾਂਦੇ ਪੈਂਦੇ, ਉਹ ਤੁਹਾਨੂੰ ਡਿਸਟਰਬ ਕਰਦਾ ਕਿ ਨਾ, ਪਹਿਲੇ ਇੱਦਾਂ ਮਾਹੌਲ ਤੁਹਾਨੂੰ ਅੱਛਾ ਲੱਗਦਾ ਹੁੰਦਾ ਆ, ਪਿਛੋਰੀਆਂ ਦੀ ਪਛਾਣ ਹੁੰਦੀ ਹੈ ਕਿ ਯਾਰ ਸਾਨੇ ਵਿਆਹ ਅਗਰ ਕਰਨਾ ਤਾਂ ਪੂਰੇ ਬੈਂਡ ਬਾਜੇ ਦੀ ਪੂਰੀ ਕਹਿੰਦੇ ਨੇ ਇੱਕ ਰੈਪੋ ਦੇ ਨਾਲ ਹੈ। ਇਸ ਸੰਗ ਆਇਆ ਕਿ ਪਹਿਲੇ ਇਸ ਸੰਗ ਆਇਆ ਕਿ ਗਰੀਬੀ ਆਈ, ਲੋਕ ਵੀ ਕਰਦੇ ਆਏ, ਅਤੇ ਕੋਹਲੀ ਆਈ ਨਾਲ, ਅਤੇ ਸਾਡੇ ਵੱਡੇ ਦੱਸਦੇ ਨੇ ਹੁਣ, ਅਤੇ ਅਸੀਂ ਹੁਣ ਦੀ ਜਨਰੇਸ਼ਨਾਂ ਵੱਡੇ ਦੱਸਦੇ ਆਏ ਕਿ ਪਹਿਲੇ ਉਹ ਨਾਲ ਲਾਈਟਿੰਗ ਦਾ ਸਿਸਟਮ ਹੁੰਦਾ ਆ, ਬੰਦੇ ਚੁੱਕ ਕੇ ਅੱਗੇ ਨਾਲ ਟੁਰਦੇ ਆਏ, ਬੈਂਡ ਚੱਲ ਲਾਇਆ ਕੋਹੜੀ, ਹੁਣ ਸ਼ਾਰਟਕੱਟ ਜਦੀਦ ਦੌਰ ਹੈ, ਸ਼ਾਰਟਕੱਟ ਕੰਮ ਆ ਗਿਆ, ਗੱਡੀ 'ਚ ਬੈਠੋ, ਗੱਡੀ ਸ਼ਾਦੀ ਆਲ ਜਾਓ, ਬਸ ਉੱਥੇ ਸ਼ਾਰਟਕੱਟ ਪ੍ਰੋਗਰਾਮ ਹੋ ਗਿਆ, ਲੇਕਿਨ ਜਿਹੜਾ ਪਹਿਲੇ ਪ੍ਰੋਗਰਾਮ ਆਇਆ ਸਾਡੇ ਵੱਡੇ ਦੱਸਦੇ, ਉਸਦਾ ਆਪਣਾ ਮਜ਼ਾ ਆਇਆ। ਇਹੀ ਤਾਂ ਹੁਣ ਮੈਨੂੰ ਇਹ ਬਤਾਓ ਜੀ, ਇਹ ਤਾਂ ਤੁਹਾਨੂੰ ਇਸ ਹਵਾਲੇ ਨਾਲ ਗੱਲ, ਮੈਨੂੰ ਇਹ ਬਤਾਓ ਪਹਿਲੇ ਦੀ ਜਿਹੜੀ ਵੇਲਾਂ ਹੁੰਦੀਆਂ ਜਾਂ ਜਿਹੜੇ ਲੋਕ ਖੁੱਲ੍ਹ ਕੇ ਪੈਸੇ ਸਾੜਦੇ ਹੁੰਦੇ, ਉਹ ਲੋਕਾਂ ਕੋਲ ਪੈਸਾ ਵੀ ਜ਼ਿਆਦਾ ਹੁੰਦਾ ਆ, ਅੱਜ ਕੱਲ੍ਹ ਤਾਂ ਖੈਰ ਬੜੀ ਜ਼ਿਆਦਾ ਮਹਿੰਗਾਈ, ਅੱਜ ਕੱਲ੍ਹ ਲੋਕਾਂ ਕੋਲ ਪੈਸਾ ਜ਼ਿਆਦਾ ਹੈ, ਵੇਲਾਂ ਤੁਹਾਨੂੰ ਜ਼ਿਆਦਾ ਮਿਲਦੀਆਂ ਕਿ ਪਹਿਲੇ ਦੇ ਹਿਸਾਬ ਨਾਲ ਤੁਸੀਂ ਲੋਕ ਜ਼ਿਆਦਾ ਖੁਸ਼ ਹੋ ਕੰਮ 'ਚ? ਪਹਿਲੇ ਦੇ ਲਿਹਾਜ਼ ਨਾਲ ਵੀ, ਉਸ ਦੌਰ ਦੇ ਲਿਹਾਜ਼ ਨਾਲ ਉਹ ਲੋਕ ਖੁਸ਼ ਆਏ, ਲੇਕਿਨ ਹੁਣ ਦੇ ਲਿਹਾਜ਼ ਨਾਲ ਅਸੀਂ ਲੋਕ ਖੁਸ਼ ਆ, ਜਿਹੜੇ ਹੁਣ ਸਾਡੀ ਜਨਰੇਸ਼ਨ ਹੈ ਕਿ ਬਸ ਜਾਣਿਆ ਸ਼ਾਦੀਆਲ, ਕਿਸੇ ਜਗ੍ਹਾ 'ਤੇ ਗੁਜ਼ਾਰਾ ਵੀ ਹੋ ਜਾਂਦਾ, ਕਿਸੇ ਜਗ੍ਹਾ 'ਤੇ ਅੱਛੇ ਪੈਸੇ ਵੀ ਹੋ ਜਾਂਦੇ ਨੇ, ਅਤੇ ਜਿਹਦੇ ਨਾਲ ਸਾਡਾ ਰੁਜ਼ਗਾਰ ਟੁਰਿਆ, ਮਤਲਬ ਲੋਕ ਰਿਸਪੈਕਟ ਕਰਦੇ ਨੇ, ਤੂੰ ਇਹ ਤਾਂ ਗਿਲਾ ਨਹੀਂ ਆ ਕਿ ਸ਼ਾਦੀ ਵਿਆਹਾਂ 'ਚ ਤੁਹਾਨੂੰ ਰਿਸਪੈਕਟ ਨਹੀਂ ਦਿੱਤੀ ਜਾਂਦੀ, ਜਾਂ ਕਦੀ ਲੋਕ ਸਹੀ ਤਰੀਕੇ ਨਾਲ ਗੱਲ ਨਹੀਂ ਕਰਦੇ, ਰੋਟੀ ਦਾ ਨਹੀਂ ਪੁੱਛਦੇ, ਅਤੇ ਸਪੈਸ਼ਲੀ ਪਿਛੋਰੀ 'ਤੇ ਖਿਆਲ ਰੱਖਦੇ ਨੇ ਤੁਹਾਡਾ, ਜਾਂ ਕਿਤੇ ਦਿਲ ਖਫਾ ਨੇ, ਤਾਂ ਖੈਰ ਇਹ ਬਤਾਓ ਅੱਜ ਤੁਹਾਡਾ ਮੈਸੇਜ ਵੀ ਸਾਡੇ, ਤੁਹਾਡਾ ਪੁਆਇੰਟ ਆਫ ਵਿਊ ਵੀ ਬਤਾਉਣਾ, ਤੁਸੀਂ ਲੋਕ ਵੀ ਇਨਸਾਨ ਹੋ, ਮਾਸ਼ਾਅੱਲਾ ਸਾਡੀ ਖੁਸ਼ੀਆਂ ਦੇ ਵਿਚਕਾਰ ਸ਼ਰੀਕ ਆਉਂਦੇ ਹੋ, ਅਤੇ ਲੋਕ ਤੁਹਾਨੂੰ ਮਤਲਬ ਕਿਸ ਨਜ਼ਰ ਨਾਲ ਦੇਖਦੇ ਨੇ, ਅਸੀਂ ਇਹ ਸੁਣਨਾ ਚਾਹੁੰਦੇ ਹਾਂ ਤੁਹਾਡਾ ਕੀ ਪੁਆਇੰਟ ਆਫ ਵਿਊ? ਸਾਨੂੰ ਲੋਕ ਬਹੁਤ ਅੱਛੀ ਨਜ਼ਰ ਨਾਲ ਦੇਖਦੇ ਨੇ, ਅਤੇ ਇਸ ਸੰਗ ਦੇ ਵੀ ਲੋਕ ਹੁੰਦੇ ਨੇ ਕਿ ਅਸੀਂ ਜਾਣਦੇ ਹਾਂ ਅਤੇ ਅਗਲਾ ਸਾਨੂੰ ਪੇਮੈਂਟ ਨਹੀਂ ਕਰਦਾ, ਜਿੰਨੀ ਦੇਰ ਤੱਕ ਖਾਣਾ ਨਾ ਖਾ ਸੋ ਅਤੇ ਤੁਸੀਂ ਗੇਟ ਸੀ ਵੀ ਬਾਹਰ ਨਾ ਜਾ ਸਕਸੋ, ਅਤੇ ਅਗਲੇ
ਇੱਜ਼ਤ ਕਰਦੇ ਨੇ ਸ਼ਹਿਜ਼ਾਦੇ ਕਹਿ ਕੇ, ਪੁੱਤਰ ਕਹਿ ਕੇ। ਨਾਜ਼ਰੀਨ, ਸ਼ਾਦੀ ਵਿਆਹਾਂ ਦੇ ਵਿਚਕਾਰ ਜਿਹੜਾ ਸਭ ਸੇ ਵੱਡਾ ਮਸਲਾ ਹੁੰਦਾ ਹੈ ਨਾ, ਉਹ ਕਿਉਂ ਹੁੰਦਾ ਹੈ? ਉਹ ਹੁੰਦਾ ਜੀ ਦੁਲਹਨ ਦਾ ਸੂਟ। ਹਾਂ ਜੀ, ਉਸੇ ਮਹਿੰਦੀ ਦਾ ਕੇ ਪਾਸੀ, ਬਾਰਾਤ 'ਚ ਕੇ ਪਾਸੀ, ਅਤੇ ਖੈਰ ਨਾਲ ਵਲੀਮੇ 'ਚ ਕੇ ਪਾਸੀ। ਅਤੇ ਇਹ ਜਿਹੜੀ ਸੂਟ ਦੀ ਟੈਨਸ਼ਨ ਹੁੰਦੀ ਉਹ ਦੁਲੇ ਗਰੀਬ ਨੂੰ ਹੁੰਦੀ ਹੈ, ਦੁਲਹਨ ਨੂੰ ਤਾਂ ਹੁੰਦੀ ਹੁੰਦੀ ਹੈ। ਦੁਲਾ ਗਰੀਬ ਤਾਂ ਜਿੱਥੇ ਵੀ ਜਾਂਦਾ ਬਸ ਕੇ ਸ਼ੇਰਵਾਨੀ ਹੈ, ਠੀਕ ਹੈ, ਬਸ ਨਾਪ ਤਾਂ ਆ ਗਈ ਸੱਚੀ ਹੈ ਅਤੇ ਬਸ ਚਲੇ ਜਾਂਦੇ। ਲੇਕਿਨ ਦੁਲਹਨ ਉਸੇ ਖੈਰ ਨਾਲ ਨਖਰੇ ਨਹੀਂ ਖਤਮ ਹੁੰਦੇ, ਅਤੇ ਕਿਹੜੇ ਸੂਟ ਉਸੇ ਉਸੇ ਬੰਦਾ ਲੈਂਦੇ, ਅਤੇ ਅੱਜ ਕੱਲ੍ਹ ਕਿਹੜੇ ਕਿਹੜੇ ਫੈਸ਼ਨ 'ਚ ਕਿਹੜੇ ਕਿਹੜੇ ਡਿਜ਼ਾਇਨ ਇਹਨਾਂ ਸ਼ਾਦੀ ਵਿਆਹਾਂ ਦੇ ਵਿਚਕਾਰ, ਆਓਗੇ ਤੁਹਾਨੂੰ ਮੈਂ ਬਤਾਵਾਂ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਕੀ ਹਾਲ ਹੈ ਜੀ? ਜੀ ਠੀਕ ਠਾਕ। ਤੁਹਾਡਾ ਨਾਮ ਸਰ? ਮੁਹੰਮਦ ਤਾਹਿਰ। ਅੱਛਾ ਤਾਹਿਰ ਭਾਈ, ਮੈਨੂੰ ਇਹ ਬਤਾਉਣਾ ਕਿ ਜਿਹੜੇ ਪਿਛੋਰੀਆਂ ਦੇ ਸ਼ਾਦੀ ਵਿਆਹਾਂ ਹੁੰਦੇ, ਸ਼ਾਦੀ ਵਿਆਹਾਂ ਦੇ ਵਿਚਕਾਰ ਦੁਲਹਨ ਦਾ ਜਿਹੜਾ ਸੂਟ ਹੈ, ਬੜੀ ਇੰਪੋਰਟੈਂਟ ਗੱਲ ਹੈ। ਅੱਜ ਕੱਲ੍ਹ ਦੇ ਕਿਹੜੇ ਡਿਜ਼ਾਇਨ ਚੱਲਦੇ ਪਏ, ਅਤੇ ਪਹਿਲੇ ਦੇ ਵਕਤਾਂ ਦੇ ਵਿਚਕਾਰ ਕਿਹੜੇ ਡਿਜ਼ਾਇਨ ਹੁੰਦੇ, ਅਤੇ ਕੀ ਕੀਮਤਾਂ ਹੁੰਦੀਆਂ ਜੀ? ਪਹਿਲੇ ਵਕਤਾਂ ਦੇ ਕਰਦੇ ਜੀ ਬਸ ਉਹ ਕਿਨਖਾਬ ਦੇ ਸੂਟ ਹੁੰਦੇ, ਕਿਨਖਾਬ ਔਰਤਾਂ ਨੂੰ ਪਵਾ ਦਿੰਦੇ ਦੁਲਹਨ ਵਾਸਤੇ, ਅਤੇ ਬਸ ਉਹ ਪੜ੍ਹਦੇ ਹੁੰਦੇ। ਹੁਣ ਜਿਹੜਾ ਤਾਂ ਬਹੁਤ ਜ਼ਹਿਰਾ ਹੋ ਗਿਆ ਕੰਮ, ਹੁਣ ਕੰਮ ਜ਼ਹਿਰ ਹੋ ਗਿਆ ਨਾ ਜੀ ਨਾ, ਅਤੇ ਉਸਦੇ ਹਿਸਾਬ ਦੇ ਨਾਲ ਸਲਮੇ ਦਾ ਕੰਮ ਬਣਦੇ ਪੈਣ, ਬਹੁਤ ਹੈਵੀ ਹੈਵੀ ਬਣਦੇ ਪੈਣ, ਬਹੁਤ ਅਲਾ ਅਲਾ ਪੇ ਬਣਦੇ ਪੈਣ। ਉਹਨਾਂ ਦੀ ਪ੍ਰਾਈਸ ਕੀ ਕਿਵੇਂ, ਕਿੱਧਰ ਸੀ ਕਿੱਧਰ ਤੱਕ? ਇਹ ਜੀ ਤਕਰੀਬਨ ਜੀ 50,000 ਸੇ ਲੈ ਕੇ 10 ਲੱਖ ਤੱਕ ਚਲੇ ਜਾਓ, 50 ਲੱਖ ਤੱਕ ਚਲੇ ਜਾਓ, ਤੁਹਾਡੀ ਆਪਣੀ ਮਰਜ਼ੀ ਹੈ, ਜਿਤਨੀ ਮਰਜ਼ੀ ਤੁਸੀਂ ਬਣਾ ਸਕਦੇ। ਮੈਨੂੰ ਬਤਾਓ ਸਰ ਜੀ ਕਿ ਪਿਸ਼ਾਵਰ ਦੀ ਜਿਹੜੀ ਇਨਕੋਮਾਨ ਜਿਹੜੇ ਪਿਸ਼ੋਰੀ, ਉਹ ਹੁਣ ਮਤਲਬ ਪਿਸ਼ਾਵਰ ਸੀ ਬਣਾਉਂਦੇ ਪੈਣਗੇ ਨਾ, ਉਹ ਜਾਂਦੇ ਨੇ ਲਾਹੌਰ ਜਾਂਦੇ ਨੇ, ਕਰਾਚੀ ਜਾਂਦੇ ਨੇ, ਪਿੰਡੀ ਜਾਂਦੇ ਨੇ, ਇੱਧਰੋਂ ਲੈ ਕੇ ਆਉਂਦੇ ਪੈਣ? ਉਹ ਜਿਹੜਾ ਜਿਹੜਾ ਥੋੜ੍ਹਾ ਜਿਹਾ ਪੈਸੇ ਵਾਲੇ ਤੋਂ ਜਾਂ ਪਿੰਡੀ ਲਾਹੌਰ ਚਲੇ ਜਾਂਦੇ ਨੇ, ਅਤੇ ਜਿਹੜਾ ਸਾਡੇ ਆਹ ਗਰੀਬ ਮਸਕੀਨ ਜਨ, ਉਹ ਇੱਥੇ ਸਾਡੇ ਨਾਲ ਲੱਗੇ ਬਸ ਸਾਡੇ ਕੋਲ ਆਉਂਦੇ ਪੈਣ, ਬਣਾਉਂਦੇ ਪੈਣ ਜੀ। ਯਾਰ ਇਹ ਬਤਾਓ ਤਾਹਿਰ ਭਾਈ ਕਿ ਇਹ ਜਿਹੜੇ ਸ਼ਾਦੀ ਵਿਆਹਾਂ ਹੁੰਦੇ, ਪਹਿਲੇ ਸ਼ਾਦੀ ਵਿਆਹਾਂ 'ਚ ਕੀ ਮਜ਼ੇ ਹੁੰਦੇ, ਰਸਮੋ ਰਿਵਾਜ ਹੁੰਦੇ, ਮੁਹੱਬਤਾਂ ਹੁੰਦੀਆਂ ਆਈਆਂ, ਅੱਜ ਕੱਲ੍ਹ ਦੇ ਸ਼ਾਦੀ ਵਿਆਹਾਂ ਦੇ ਵਿਚਕਾਰ ਕੀ ਫਰਕ ਮਹਿਸੂਸ ਕਰਦੇ? ਅੱਜ ਕੱਲ੍ਹ 'ਚ ਸਿਰਫ ਦਿਖਾਵਾ, ਉਸ ਟਾਈਮ 'ਤੇ ਬਹੁਤ ਮੁਹੱਬਤ ਹੁੰਦੀ, ਉਸ ਟਾਈਮ 'ਚ ਤਰੀਕਾ ਆ ਨਾ ਜੀ, ਤਾਂ ਪਿਆਰ ਮੁਹੱਬਤ ਹੁੰਦੀ, ਮਾਸੀਆਂ ਪੁੱਫੀਆਂ ਚਾਚੇ ਚਾਚੀਆਂ ਸਾਰੇ ਬੈਠੇ ਹੁੰਦੀਆਂ, ਵਿਚਕਾਰ ਢੋਲਕ ਭਜੀ ਹੁੰਦੀ, ਗਾਣਾ ਵਜਾਉਣਾ ਹੁੰਦਾ ਆ, ਸਭ ਕੁਝ ਹੁੰਦਾ। ਅੱਜ ਕੱਲ੍ਹ ਉਹ ਚੀਜ਼ ਨਹੀਂ, ਅੱਜ ਕੱਲ੍ਹ ਹਾਲਾਂ ਦੇ ਘਰ ਜਾਂਦੇ ਨੇ ਅਤੇ ਬਸ ਰੋਟੀ ਖਾਂਦੇ ਨੇ ਅਤੇ ਬਸ ਫੈਸ਼ਨ ਕਰਦੇ ਅਤੇ ਫਿਰ ਵਾਪਸ ਆ ਜਾਂਦੇ। ਯਾਰ ਜਿਸ ਤਰ੍ਹਾਂ ਕਹੇ ਨਾ, ਪਹਿਲੇ ਸ਼ਾਦੀ ਵਿਆਹਾਂ ਦੇ ਵਿਚਕਾਰ ਬੜੀ ਮੌਜ, ਬੜੀ ਗੈਦਰਿੰਗ ਬੜੀ ਅੱਛੀ ਹੁੰਦੀ, ਯਾਨੀ ਕਿ ਪੁੱਫੀ ਦੇ ਚਾਚੇ ਦੇ ਮਾਮਿਆਂ ਦੇ ਆਪਸ ਵਿੱਚ ਸਾਰੇ ਜਿੰਨੇ ਕੌਮ ਕਬੀਲਾ ਹੁੰਦਾ ਆ ਇਕੱਠਾ ਹੁੰਦਾ, ਢੋਲਕੀ ਰੱਖੀਂਦੀ, ਬੜੀ ਯਾਨੀ ਕਿ ਗੈਦਰਿੰਗ ਜਿਹੜੇ ਹੋ ਜਾਂਦੇ ਕਿ ਉੱਧਰੋਂ ਪੁੱਫੀ ਦੇ ਬੱਚੇ ਆਏ, ਸ਼ੀਰ ਚਾਹ ਬਣੀ, ਕਿਉਂਕਿ ਪਿਸ਼ਾਵਰੀ ਜਿਹੜੀ ਇਹਦੀਆਂ ਚੀਜ਼ਾਂ ਨੇ ਜੀ, ਸ਼ੀਰ ਚਾਹ ਹੋ ਗਈ, ਬਕਰਖਾਨੀ ਨਾਲ ਚੱਲਦੀ, ਇਹ ਮਾਹੌਲ ਬਣ ਕੇ ਮਹਿੰਦੀ ਦੇ ਟੱਪੇ ਕਹਿੰਦੇ, ਜ਼ਿਆਦਾਤਰ ਟੱਪੇ ਜਿਹੜੇ ਅਤੇ ਮਹਿੰਦੀ ਦੇ ਜਿਹੜੇ ਹੁੰਦੇ, ਅਤੇ ਅੱਜ ਕੱਲ੍ਹ ਲੋਕ ਜਿਹੜੇ ਨੇ ਬੜੇ ਜ਼ਿਆਦਾ ਮਸਰੂਫ ਹੋ ਗਏ ਨੇ। ਇੱਕ ਤਾਂ ਬਸ ਹਰ ਇੱਕ ਆਦਮੀ ਇਸ ਦੌੜ 'ਚ ਕਿ ਯਾਰ ਮੈਂ ਸਟਰਗਲ ਕਰਾਂ ਅਤੇ ਬਸ ਪੈਸਾ ਕਮਾਵਾਂ, ਰਾਤ ਨੂੰ ਜਿਹੜਾ ਤਾਂ ਬਸ ਸੋਵਾਂ ਅਤੇ ਸੁਬਾਹ ਉਠਾਂ ਦੇ ਕਰੋੜਪਤੀ ਹੋਇਆ ਹਾਂ, ਉਹ ਮੁਹੱਬਤ ਖਤਮ ਹੋ ਗਈ ਹੈ ਆਪਸ ਦੇ ਵਿਚਕਾਰ, ਰਿਸ਼ਤੇਦਾਰੀਆਂ ਜਿਹੜੀ ਮੁਹੱਬਤ ਹੁੰਦੀ। ਹੁਣ ਸ਼ਾਦੀ ਦੇ ਵਿਚਕਾਰ ਇਹ ਹੁੰਦਾ ਕਿ ਅਗਲਾ ਜ਼ਿਆਦਾ ਸੇ ਜ਼ਿਆਦਾ ਮੋਈਆਂ, ਬਸ ਮਹਿੰਦੀ ਦੇ ਉੱਤੇ ਅਗਰ ਆਇਆ ਗਏ ਮਾਈਆਂ ਦੇ ਵਿਚਕਾਰ ਆਪਣੇ ਜਿਹੜੇ ਆਪਣੇ ਪਰ ਆਏ ਤਾਂ ਬਸ ਹਾਲ ਦੇ ਵਿਚਕਾਰ ਹੀ ਸਾਰਾ ਸਿਸਟਮ ਹਾਲ ਹਲ ਚਲਾ ਗਿਆ, ਪਹਿਲੇ ਘਰਾਂ 'ਚ ਵਿਆਹ ਹੁੰਦੇ। ਹੁਣ ਜਿਸ ਤਰ੍ਹਾਂ ਮੈਂ ਆਪਣੀ ਸ਼ਾਦੀ ਦੀ ਅਗਰ ਗੱਲ ਕਰਾਂ ਨਾ ਜੀ, ਤਾਂ ਮੇਰੀ 97 ਦੇ ਵਿਚਕਾਰ ਵਿਆਹ ਹੋਇਆ। ਹੁਣ 97 ਦੇ ਵਿਚਕਾਰ ਜਿਹੜਾ ਹੈ ਤਾਂ ਸਾਡਾ ਸ਼ਾਦੀ ਦਾ ਇਹ ਪ੍ਰੋਗਰਾਮ ਹੁੰਦਾ ਆ ਕਿ ਸਾਡੇ ਇੱਕ ਮਹੀਨਾ ਡੇਢ ਬੈਠਕ ਖੁੱਲ੍ਹੀ, ਮਹੀਨਾ ਡੇਢ ਬੈਠਕ ਖੁੱਲ੍ਹੀ, ਅਤੇ ਅਸੀਂ ਆਪਸ ਵਿੱਚ ਸਾਰੇ ਯਾਰ ਦੋਸਤ ਅਤੇ ਸਾਰੇ ਜਿਹੜੇ ਅਤੇ ਰਿਸ਼ਤੇਦਾਰ ਫੈਮਿਲੀ ਅਸੀਂ ਸਾਰੇ ਬੈਠ ਕੇ ਅਤੇ ਗਾਣੇ ਅਤੇ ਅੱਲਾ ਅਤੇ ਗੁੱਲਾ ਅਤੇ ਲੀਡੋ, ਕੋਈ ਪਿਆ ਕਰਿਮਬੋਰਡ ਖੇਡਦਾ, ਕੋਈ ਪਿਆ ਲੀਡੋ ਖੇਡਦਾ, ਕੋਈ ਆਪਸ ਵਿੱਚ ਗੱਪ ਸ਼ੱਪ ਲਗਾਉਂਦਾ ਪਿਆ, ਹਰ ਇੱਕ ਦਾ ਆਪਣਾ ਇੱਕ ਮਾਹੌਲ ਬਣਾ ਆ। ਯਾਰ ਜੀ ਅਸੀਂ ਪਿੱਛੇ ਤਾਂ ਹੋ ਗਏ ਹਾਂ ਕਿ ਸਾਨੂੰ ਆਪਣਾ ਨੱਕ ਨਾਫੂਸ ਨਹੀਂ ਛੋੜ ਦੇਣਾ, ਸਾਨੂੰ ਸ਼ਰਮ ਆਉਂਦੀ ਹੈ ਛੋਲਿਆਂ ਦੀ ਰੇੜੀ ਲਾਉਣੇ 'ਤੇ,
ਸਾਨੂੰ ਸ਼ਰਮ ਆਉਂਦੀ ਹੈ ਬਰਗਰ ਲਾਣੇ 'ਤੇ, ਕਿਉਂ ਕਿ ਸਾਡੀ ਸ਼ਾਨ ਦੇ ਮੁਤਾਬਿਕ ਨਹੀਂ ਗਾ, ਸਾਨੂੰ ਚਾਹੀਦਾ ਹੈ ਵੇ ਅਸੀਂ ਸ਼ਹਿਰ ਨੂੰ ਦੇਖੀਏ, ਅਸੀਂ ਇਹ ਦੇਖੀਏ ਕਿ ਰਿਸਕ ਹਲਾ ਲੇ ਆਪਣੇ ਬੱਚਿਆਂ ਨੂੰ, ਅਸੀਂ ਇਹ ਚੀਜ਼ ਤਾਂ ਕਰੀਏ ਨਾ ਉਹਨੂੰ ਦੇਈਏ। ਅਸੀਂ ਅੱਜ ਕੱਲ੍ਹ ਬੱਚਿਆਂ ਦਾ ਵਿਆਹ ਕਰ ਰਹੇ ਹਾਂ, ਤੁਹਾਨੂੰ ਤਾਂ ਮੈਂ ਕੀ ਹੈ ਕਿ ਅਸੀਂ ਬੱਚਿਆਂ ਦਾ ਵਿਆਹ ਕਰ ਰਹੇ ਹਾਂ, ਅਸੀਂ ਇਹ ਨਹੀਂ ਦੇਖਦੇ ਹਾਂ ਮੈਨੂੰ ਯਾਰ ਮੇਰਾ ਯਾਰ ਫਲਾਣੇ ਕਰਜ਼ ਦੇ ਦੇ ਯਾਰ, ਮੈਨੂੰ ਦੇ ਦੇ ਮੈਂ ਆਪਣੇ ਪੁੱਤਰ ਦਾ ਵਿਆਹ ਹੋਵੇ ਬਾਅਦ ਮੈਂ ਤੁਹਾਨੂੰ ਦੇਸਾਂ। ਮੈਂ ਤੁਹਾਨੂੰ ਕਿੱਥੋਂ ਦੇਸਾਂ, ਮੈਂ ਆਪਣੇ ਵੱਡਿਆਂ ਦੀ ਹੱਡੀਆਂ ਵੇਚਾਂ ਤਾਂ ਤੁਹਾਨੂੰ ਦੇਸਾਂ। ਜੀ ਨਾਜ਼ਰੀਨ, ਇਸ ਵਕਤ ਮੈਂ ਮੌਜੂਦ ਹਾਂ ਜਿਸ ਤਰ੍ਹਾਂ ਤੁਹਾਨੂੰ ਮੈਨੇ ਕਿਹਾ ਸ਼ਾਦੀ ਵਿਆਹਾਂ ਦੀ ਹਰ ਸ਼ੈ ਮੈਂ ਤੁਹਾਨੂੰ ਦਿਖਾ ਸਕਦਾ, ਅਤੇ ਹੁਣ ਇਸ ਦਫ਼ਾ ਮੈਂ ਬੜੀ ਮਸ਼ਹੂਰ ਮੀਨਾ ਬਾਜ਼ਾਰ ਦੀ ਇੱਕ ਕਢਾਈ ਦਾ ਕੰਮ ਜਿਹੜੇ ਕਰਦੇ ਨਹੀਂ ਇੱਥੇ ਲੋਕ, ਤੁਹਾਨੂੰ ਪਤਾ ਕਢਾਈ ਦਾ ਕੰਮ ਨਾ ਹੋਵੇ ਤਾਂ ਸਾਡਾ ਜਿਹੜਾ ਸ਼ਾਦੀ ਵਿਆਹ ਹੋਵੇ ਉਹ ਫਿੱਕਾ ਫਿੱਕਾ ਜਿਹਾ ਲੱਗਦਾ। ਇਹ ਕਢਾਈ ਦੇ ਕੰਮ, ਸਿਲਮੇ ਸਿਤਾਰਿਆਂ ਦੇ ਕੰਮ, ਇਹ ਬੜੇ ਮਜ਼ੇ ਦੇਣ, ਅਤੇ ਮੇਰੇ ਕੋਲ ਇਸ ਕੰਮ ਦੇ ਮਹਾਂ ਕਾਰੀਗਰ ਇੱਥੇ ਦੇ ਉਸਤਾਦ ਇਮਤਿਆਜ਼ ਸਾਹਿਬ ਮੌਜੂਦ ਹਨ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਸਲਾਮ ਵਾਲੇਕੁਮ ਜੀ। ਬੜੀ ਮਿਹਰਬਾਨੀ ਜੀ, ਤੁਹਾਨੇ ਸਾਨੂੰ ਇਤਨਾ ਕੀਮਤੀ ਟਾਈਮ 'ਤੇ ਬੜੇ ਮਸਰੂਫ ਹੋਏ, ਮਨੇ ਇਹਨਾਂ ਨੂੰ ਕਿਹਾ ਨਾ ਤੁਹਾਨੇ ਇਨਕੋ ਵਾਸਤੇ ਸਾਨੂੰ ਇੰਟਰਵਿਊ ਲਾਜ਼ਮੀ ਦੇਣਾ। ਅੱਛਾ ਜੀ, ਇਹਨਾਂ ਦਾ ਕਢਾਈ ਦਾ ਕੰਮ ਬੜਾ ਹੀ ਮਸ਼ਹੂਰ ਹੈ, ਕੀ ਖਾਸੀਅਤ ਹੈ ਲੋਕ ਵਿਆਹਾਂ ਦੇ ਵਿਚਕਾਰ ਕਢਾਈ ਦਾ ਕੰਮ ਲਾਜ਼ਮੀ ਕਰਵਾਉਂਦੇ ਨੇ? ਹੁਣ ਫੈਸ਼ਨ ਹੋ ਗਈ ਹੈ ਲੋਕਾਂ ਦਾ, ਇਹ ਹੁਣ ਬਸ ਕਹਿੰਦੇ ਨੇ ਸ਼ੈ ਹੋਵੇ, ਹਾਂ ਪਹਿਲੇ ਨਹੀਂ ਸ਼ੈ ਨਹੀਂ ਸਾਡੀ ਕੀ ਡਿਮਾਂਡ ਹੁੰਦੀ ਹੈ। ਇਸ ਦੇ ਵਿਚਕਾਰ ਬੜੀਆਂ ਕਿਸਮਾਂ ਨੇ, ਇਸ ਦੇ ਵਿਚਕਾਰ ਜਿੰਨਾ ਗੋਲ ਪਾਸ ਹੋ ਉਤਨਾ ਮਿੱਠਾ ਹੋਈ ਜੱਸੀ, ਹਾਂ ਸੋਨਾ ਲਿਆਇਆ ਉਹ ਸੋਨਾ ਵੀ ਅਸੀਂ ਲਾ ਕੇ ਦੇ ਸਕਦੇ ਹਾਂ, ਬਾਕੀ ਹੋਰ ਸਮਝਦਾਰ ਹੋ। ਅੱਛਾ, ਮੈਨੂੰ ਬਤਾਓ ਕਿ ਪਿਛੋਰੀਆਂ ਦੇ ਜਿਹੜੇ ਵਿਆਹ ਸ਼ਾਦੀਆਂ ਹੁੰਦੇ, ਪਹਿਲੇ ਕਢਾਈ ਦੇ ਕੰਮ ਵਿੱਚ ਕੀ ਫਰਕ ਹੈ, ਅਤੇ ਅੱਜ ਕੱਲ੍ਹ ਮਾਡਰਨ ਜਿਹੜਾ ਕੰਮ ਆ ਗਿਆ ਇਸਦੇ ਵਿਚਕਾਰ ਕਢਾਈ ਦੇ ਕੰਮ ਵਿੱਚ ਕੀ ਡਿਫਰੈਂਸ ਆਇਆ? ਬਹੁਤ ਹਾਈ ਹੋ ਗਿਆ ਕੰਮ। ਹਾਂਜੀ, ਮਹਿੰਗਾਈ ਦੇ ਹਵਾਲੇ ਨਾਲ? ਮਹਿੰਗਾਈ ਵੀ ਹੈ ਅਤੇ ਹਾਈ ਕੰਮ ਵੀ ਹੋ ਗਈ ਹੈ, ਅਤੇ ਬਹੁਤ ਪੇਚੀਦਾ ਕੰਮ ਵੀ ਹੋ ਗਈ ਹੈ। ਕਿਸ ਹਵਾਲੇ ਨਾਲ ਪੇਚੀਦਾ? ਪੇਚੀਦਾ ਹੈ ਕਿ ਬੜੀ ਬਾਰੀਕੀਆਂ ਦੇ ਡਿਜ਼ਾਇਨਿੰਗ ਬੜੀ ਆ ਗਈ ਹੈ ਵਿਚਕਾਰ। ਕੰਪਿਊਟਰ ਸਾਦੇ ਲੋਕ ਹੈ, ਸਾਦਗੀ ਨਾਰਮਲ ਕੰਮ ਬਣਦੇ ਹੁੰਦੇ, ਹੁਣ ਬੜੇ ਪੇਚੀਦਾ ਕੰਮ ਬਣਦੇ। ਪਹਿਲੇ ਵਿਆਹਾਂ ਦੇ ਵਿਚਕਾਰ ਤੁਸੀਂ ਕੀ ਕੰਮ ਕਰਦੇ ਹੁੰਦੇ ਹੋ, ਮਤਲਬ ਦੁਲਹਨ ਦੇ ਦੁਪੱਟਿਆਂ 'ਤੇ ਜਾਂ ਇਸ ਤਰ੍ਹਾਂ ਉਹਨਾਂ ਦੇ ਕੱਪੜਿਆਂ ਦੇ ਉੱਤੇ ਕੀ ਕਰਦੇ? ਟੈਪ ਦਾ ਕੰਮ ਕਹੋ ਤਾਂ ਉਸਦੇ ਰੁਪੱਟੇ ਦੇ ਚਾਰੋਂ ਸਾਈਡਾਂ ਵੇਲ ਬਣਦੀ, ਗਲਾ ਬਣਦਾ ਆ, ਦਮ ਹੁਣ ਅਸਤੀਨਾ ਬਣਦੀ ਆ, ਹੁਣ ਤਾਂ ਫੁੱਲ ਭਰੇ ਸੂਟ ਬਣਦੇ ਨੇ। ਠੀਕ ਹੈ। ਹਾਂਜੀ, ਅਤੇ ਅੱਜ ਕੱਲ੍ਹ ਦਾ ਜਿਹੜਾ ਇਹ ਭਰੇ ਸੂਟਾਂ ਦਾ ਕੰਮ ਹੁੰਦਾ ਹੈ, ਦੁਲਹਨ ਤਾਂ ਕਰਾਉਂਦੀ ਕਰਾਉਂਦੀ ਹੈ, ਲੇਕਿਨ ਅੱਜ ਕੱਲ੍ਹ ਉਹ ਲੋਕ, ਮੈਨੇ ਸੁਣਿਆ ਕਿ ਯਾਰ ਉਹ ਮੁਕਾਬਲੇ ਵੀ ਬੜੇ ਹੁੰਦੇ ਨੇ ਕਿ ਦੁਲਹਨ ਦਾ ਇਹ ਕੰਮ ਹੈ, ਤਾਂ ਮੇਰਾ ਵੱਤ ਇਸ ਤਰ੍ਹਾਂ ਦਾ ਹੋਣਾ ਚਾਹੀਦਾ? ਬਿਲਕੁਲ ਹੁੰਦੇ ਨੇ ਜੀ, ਬਿਲਕੁਲ ਹੁੰਦੇ ਨੇ, ਮੁਕਾਬਲੇ ਵੀ ਹੁੰਦੇ ਨੇ, ਉਹ ਛੁਪਾ ਕੇ ਵੀ ਰੱਖਦੇ ਨੇ ਕਿ ਯਾਰ ਕੋਈ ਦੇਖੇ ਨਾ ਕਿ ਵਿਆਹ 'ਤੇ ਮਨੇ ਪਾਉਣਾ, ਅਤੇ ਕੋਈ ਹੋਰ ਕੋਈ ਨਾ ਬਣਾ ਲਏ ਇਸ ਡਿਜ਼ਾਇਨ ਦਾ, ਇਹ ਵਾਕਈ ਵੀ ਹੋਏ ਨੇ ਸਾਡੇ ਨਾਲ। ਤੁਹਾਨੂੰ ਡਿਜ਼ਾਇਨ ਇੱਥੇ ਡਿਸਪਲੇ ਕਿਤੇ ਹੁੰਦੇ ਨੇ ਕਿ ਨਾ? ਨਹੀਂ ਨਹੀਂ, ਡਿਜ਼ਾਇਨ ਇਹ ਸਿਰਫ ਬਣਾ ਕੇ, ਇਹ ਸੈਂਪਲ ਮੇਰੇ ਟੰਗੇ ਨੇ ਸਾਰੇ, ਇਹ ਜਿਹੜੇ ਗਾਹਕ ਛੋੜ ਗਏ ਨਾ ਲਾਰੂ ਪਟੇ, ਇਹ ਨਹੀਂ ਆਏ, ਇਹ ਹੁਣ ਜਿਹੜੇ ਮੈਨੂੰ ਉਹਨਾਂ ਦੇ ਵਿਆਹ ਕੈਂਸਲ ਹੋ ਗਏ ਨੇ, ਕੀ ਹਿਸਾਬ ਹੈ? ਬੋਲੇ ਆਲਮ, ਇੱਕ ਆਇਆ ਕਹਿੰਦੇ ਇੱਕ ਅੱਧੇ ਘੰਟੇ 'ਚ ਮੈਨੂੰ ਬਣਾ ਦੇ, 500 ਰੁਪਇਆ ਵੀ ਦੇ ਗਈ ਹੈ, ਉਹ ਤਾਂ ਘੰਟਾ ਉਹਦਾ ਲਾਤ ਕੋਲ ਨਹੀਂ ਮੁੱਕਾ, ਰੁਪਟਾ ਮੈਲਾ ਹੋ ਗਈ ਹੈ, ਤੇ ਕੀ ਪਤਾ ਹੁਣ ਦੇਖਦਾ ਪੀ ਹੋਵੇ ਗਰੀਬ ਵਿਚਾਰਾ ਤੇ ਆ ਜਾਵੇ। ਆ ਜਾਏ ਤਾਂ ਅੱਲਾ ਬਿਸਮਿਲਾ ਉਹਦੀ ਸ਼ਹਿ ਵੇ, ਜਿਹੜੇ ਰੁਪਟੇ ਯਾਨੀ ਲੋਕ ਨਹੀਂ ਲੈਣੇ ਆਉਂਦੇ, ਤੇ ਵਾ ਤੋ ਕਿਸੇ ਗਰੀਬਾਂ ਨੂੰ ਦੇ ਦਿਓ ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ ਪੀ, ਆ ਉਹਦਾ ਵਿਆਹ ਹੋ ਜਾਵੇ। ਨਹੀਂ, ਅਸੀਂ ਵਾ ਤੋ ਵੇਚ ਛੋੜਨੇ ਆ, ਵਾ ਤੋ ਦੁਆ ਬੜਾ ਕੇ ਉਸੇ ਸੇਵਾ ਤਰਾਕ ਛੋੜਨੇ ਆ। ਹਾਂ, ਅੱਛਾ ਮੈਨੂੰ ਬਤਾਓ ਇਮਤਿਆਜ਼ ਭਾਈ, ਪਹਿਲੇ ਪਿਛੋਰੀਆਂ ਦੇ ਵਿਆਹ ਹੁੰਦੇ, ਉਹਨਾਂ ਦੇ ਵਿਚਕਾਰ ਸਾਦਗੀ ਹੁੰਦੀ, ਉਹਨਾਂ ਵਿਆਹਾਂ ਦੇ ਵਿਚਕਾਰ ਆਪਣੀ ਰਸੂਮਾਤ ਹੁੰਦੀ ਹੈ, ਉਹਨਾਂ ਵਿਆਹਾਂ ਦੇ ਵਿਚਕਾਰ ਅਗਰ ਦੇਖੋ ਤੇ ਛੋਟੀ ਛੋਟੀ ਸਾਡੀ ਦੁੱਧ ਪਿਲਾਈ ਦੀ ਰਸਮ, ਇਹ ਸਾਡੇ ਗਾਣੇ ਦੀ ਵਾਇਆਂ ਮਹਿੰਦੀ, ਇਹ ਮਾਇਓ, ਇਹ ਸਾਰੀ ਰਸਮਾਂ ਹੁੰਦੀਆਂ ਆਈਆਂ, ਕੀ ਰਸਮਾਂ ਤੁਹਾਨੂੰ ਯਾਦ ਹਨ ਪੁਰਾਣੀਆਂ? ਯਾਰ ਮੈਂ ਆਪਣੇ ਵਿਆਹ ਦੀ ਗੱਲ ਕਰੀ ਨਾ, ਤੇ ਇੱਕ ਮਹੀਨਾ ਪਹਿਲੇ ਬੈਠੇ ਹਾਂ ਅਸੀਂ, ਬੈਠਕ ਖੁੱਲੀ ਮੇਰੇ ਵਿਆਹ ਦੀ, ਹਾਂ ਮੈਂ ਆਪਣੇ ਵਿਆਹ ਦੇ ਕਹਿੰਦਾ, ਟੋਲਕੀ ਰੱਖੀ ਜਾਂਦੀ, ਮਹਿੰਦੀਆਂ ਹੁੰਦੀਆਂ ਆਈਆਂ, ਕਿੰਨੀ ਮਹਿੰਦੀਆਂ ਹੋਈਆਂ ਤੁਹਾਡੇ ਵਿਆਹ? ਮੇਰੇ ਵਿਆਹ 'ਤੇ ਹੋਈਆਂ ਕੋਈ 3 ਮਹਿੰਦੀਆਂ। ਇਹ ਬਤਾਓ ਸਰ ਕਿ ਅੱਜ ਕੱਲ੍ਹ ਦੇ ਜਿਹੜੀ ਸਾਡੀ ਨਵੀਂ ਨਸਲ ਹੈ, ਉਹ ਤਾਂ ਇਹਨਾਂ ਚੀਜ਼ਾਂ ਸੀ ਦੂਰ ਹੈ, ਰਸਮੋਂ ਰਿਵਾਜ਼ ਸੀ, ਅੱਜ ਕੱਲ੍ਹ ਬੜਾ ਮਾਡਰਨ ਦੌਰ ਆ ਗਿਆ। ਨਵੀਂ ਨਸਲ ਦੇ ਇਹ ਨਵੀਂ ਨਸਲ ਦਾ ਕੋਈ ਕਹਿੰਦਾ ਨਾ, ਮਤਲਬ ਔਰ ਸਾਡੀ ਵਾਲੀ ਰਸਮੋਂ ਰਿਵਾਜ਼ ਜਿਹੜੀ ਸਾਦਗੀ ਉਹਨਾਂ ਸੀ ਦੂਰ ਹੈ, ਕਹਿੰਦਾ ਹਾਂ ਇਹ ਗੱਲ ਹੈ।
ਤੇ ਅੱਜ ਕੱਲ੍ਹ ਉਹਨਾਂ ਦੀ ਕੀ ਡਿਮਾਂਡ ਨੇ ਜਿਹੜੇ ਨਵੇਂ ਬੱਚੇ ਉਹਨਾਂ ਨੂੰ ਕੀ ਵਿਆਹਾਂ ਦੇ ਵਿੱਚ ਕਹਾਂ ਉਹਨਾਂ ਦੀ ਕੀ ਡਿਮਾਂਡ ਨੇ ਕਿ ਬਸ ਉਹਨਾਂ ਨੇ ਉਹ ਜਿਹੜਾ ਸਾਡਾ ਪਿਛੋਰੀ ਵਿਆਹ ਸਾਦਗੀ ਦਾ ਦੌਰ ਹੈ ਉਹ ਉਹਨਾਂ ਨੇ ਨਹੀਂ ਦੇਖਾ? ਨਹੀਂ, ਉਹਨੇ ਨਹੀਂ ਦੇਖਾ ਨਾ। ਅੱਜ ਕੱਲ੍ਹ ਦਾ ਮਾਡਰਨ ਹਰ ਇੱਕ ਸ਼ੈ ਜਦੀਦ ਕਹਿੰਦੇ ਨੇ, ਆਵੇ ਨਵੀਂ ਸੀ ਨਵੀਂ ਸ਼ੈ। ਅੱਜ ਕੱਲ੍ਹ ਇੱਕ ਦੋ ਹੀ ਸ਼ੈ ਆਈ ਹੈ, ਉਹ ਅੰਗੂਠਾ ਲਾਉਂਦੇ ਨੇ ਅਤੇ ਉਹ ਤਸਵੀਰ ਆ ਜਾਂਦੀ ਹੈ, ਕੀ ਸਮਝਿਓ, ਲੋਕ ਉਹ ਵੀ ਲੈਂਦੇ ਨੇ। ਅਤੇ ਪਿਛੋਰੀ ਜਿਹੜੇ ਜਿੰਨੇ ਵੀ ਹਨ ਉਹ ਆਪਣੇ ਵਿਆਹਾਂ 'ਤੇ ਖਰਚਾ ਕਰਦੇ ਨੇ ਕਿ ਨਹੀਂ ਕਰਦੇ, ਜਾਂ ਪਹਿਲੇ ਕਰਦੇ ਜਾਂ ਹੁਣ ਜ਼ਿਆਦਾ ਕਰ? ਹੁਣ ਜ਼ਿਆਦਾ ਕਰਦੇ ਨੇ, ਹਾਂ। ਪਹਿਲੇ ਤਾਂ ਆਇਆ ਜ਼ੁੱਦ ਵਖਤ ਆਇਆ, ਹੁਣ ਬਸ ਬਸ ਉਹਨੇ ਅਗਰ 5 ਲੱਖ ਲਗਾਇਆ, ਮੈਂ 10 ਲੱਖ ਲਗਾਇਆ। ਬਿਲਕੁਲ ਬਿਲਕੁਲ ਸਹੀ। ਕਿ ਮੈਸੇਜ ਦੱਸੋ ਜਿਹੜੇ ਵੀ ਲੋਕ ਸਾਨੂੰ ਦੇਖਦੇ ਪਏ, ਜਿਹੜੇ ਪਿਛੋਰੀ ਸਾਨੂੰ ਦੇਖਦੇ ਪਏ, ਹਿੰਕੋਵਾਨ ਸਾਨੂੰ ਦੇਖਦਾ ਪਿਆ ਕਿ ਯਾਰ ਸਾਡੇ ਵਿਆਹਾਂ ਦੇ ਵਿਚਕਾਰ ਸਾਦਗੀ 'ਚ ਕਰਨਾ ਚਾਹੀਦਾ ਜਾਂ ਜਿਹੜਾ ਦਿਲ ਚਾਹੇ? ਇਹ ਸ਼ੈ ਨਹੀਂ ਹੋਣੀ ਚਾਹੀਦੀ। ਕਿਉਂ? ਕਿ ਵਿਚਕਾਰ ਗਰੀਬ ਲੋਕ ਵੀ ਹੁੰਦੇ ਨੇ। ਬਿਲਕੁਲ ਅੱਛਾ, ਕੀ ਸਮਝਿਓ, ਗਰੀਬ ਲੋਕ ਵੀ ਹੁੰਦੇ ਨੇ, ਬਾਅਦ ਉਹਨਾਂ ਦੀ ਵੀ ਹਸਰਤ ਹੁੰਦੀ ਹੈ ਕਿ ਯਾਰ ਸਾਡੀ ਵੀ ਇਹ ਸ਼ੈ ਹੋਵੇ। ਅਗਲੇ ਮਾਂ ਪਿਓ ਵਸ ਨਹੀਂ ਹੁੰਦਾ, ਦੋ ਗਰੀਬ ਕੇ ਘਰ ਸੁਣ। ਬਤਾਓ, ਪਹਿਲੇ ਤਾਂ ਆਉਂਦਾ ਹੈ ਕਿ ਬਾਰਾਤ ਜਿਹੜੀ ਹੁੰਦੀ ਦੁਲਾ ਘੋੜੇ 'ਤੇ ਬੈਠ ਕੇ ਜਾਂਦਾ, ਘੋੜੀ 'ਤੇ ਬੈਠ ਕੇ ਜਾਂਦਾ ਹੈ, ਅੱਜ ਕੱਲ੍ਹ ਤਾਂ ਉਹ ਚੀਜ਼ ਖਤਮ ਹੋ ਗਈ ਹੈ ਨਾ। ਬੈਠ ਕੇ ਜਾਂਦੇ ਹੁਣ ਗੱਡੀ 'ਚ ਬੈਠ ਕੇ ਜਾਂਦਾ। ਅਤੇ ਤੁਸੀਂ ਘੋੜੇ 'ਚ ਬੈਠੇ ਹੋਏ ਹੋ? ਨਹੀਂ ਜੀ, ਮੈਂ ਪਿਆਦਲ ਆਇਆ, ਜਾਂ ਕਤੂਰ ਸੀ ਆਇਆ, ਮੀਨਾ ਬਾਜ਼ਾਰ ਆਏ ਹਾਂ। ਅਤੇ ਸ਼ਾਰਟਕੱਟ ਰਸਤਾ ਦੇਖਿਆ ਕਿ ਬਸ ਐਸਾ ਵੀ ਖਰਚਾ ਬਚਾਇਆ, ਸੋ ਖੁਦ ਬਾਹਰੋ ਛਤਰੀਆਂ ਦੀ ਜਾਨ। ਚਲੋ, ਲੇਕਿਨ ਉਸ 'ਚ ਵੀ ਇਤਨਾ ਮੁਹੱਬਤ ਪਿਆਰ ਹੈ ਕਿ ਮਾਸ਼ਾਅੱਲਾ ਸਾਰੇ ਆਰਾਮ ਅਤੇ ਖੁਸ਼ੀ ਖੁਸ਼ੀ ਜਾਂਦੇ ਹੁੰਦੇ। ਚਲੋ ਜੀ, ਬੜੇ ਮਜ਼ਾ ਆਇਆ ਤੁਹਾਡੇ ਨਾਲ ਗੱਪ ਸ਼ੱਪ ਦਾ, ਬੜੀ ਮਿਹਰਬਾਨੀ ਸਰ, ਬੜਾ ਮਾਸ਼ਾਅੱਲਾ ਇਹਨਾਂ ਨੇ ਜ਼ਬਰਦਸਤ ਗੱਲਾਂ ਕੀਤੀਆਂ। ਇਹਨਾਂ ਨੇ ਕੀ ਹੈ, ਪਿਆਰ ਮੁਹੱਬਤ ਦਾ ਦੌਰ ਆਇਆ, ਲੋਕ ਆਪਸ ਵਿੱਚ ਇਤਫਾਕ ਵਿੱਚ ਰਹਿੰਦੇ। ਅੱਜ ਕੱਲ੍ਹ ਦੇ ਮਾਡਰਨ ਦੇ ਦੌਰ ਹੋ ਗਏ, ਲੋਕ ਜਦੀਦ ਸੀ ਜਦੀਦ ਕਹਿੰਦੇ ਕਿ ਇਸੀ 'ਚ ਇਹ ਚੀਜ਼ ਵੀ ਹੋਣੀ ਚਾਹੀਦੀ, ਇਹ ਵੀ ਕਰਾਂ ਉਹ ਵੀ ਕਰਾਂ, ਲੇਕਿਨ ਇਸ ਸਾਰੇ ਝਮੇਲਿਆਂ ਦੇ ਵਿਚਕਾਰ ਜਿਹੜੀ ਅਸਲ ਉਸਦਾ ਮਕਸਦ ਹੈ ਵਿਆਹ ਦਾ, ਇਤਫਾਕ, ਪਿਆਰ, ਸਬਰ, ਉਹ ਲੋਕ ਭੁੱਲ ਜਾਂਦੇ ਨੇ। ਬਲਕਿ ਇਸੀ ਸਾਨੂੰ ਵਿਆਹਾਂ ਦੇ ਵਿਚਕਾਰ 'ਤੇ ਸਿਖਾਇਆ ਜਾਂਦਾ ਕਿ ਇਹ ਅਸੀਂ ਦੂਏ ਦਾ ਵੀ ਖਿਆਲ ਰੱਖੀਏ। ਤੁਸੀਂ ਲੋਕ ਜਿਹੜਾ ਖਰਚਾ ਕਰਦੇ ਪਏ ਹੋ ਤਾਂ ਤੁਸੀਂ ਕਰੋ, ਲੇਕਿਨ ਇਹ ਖਿਆਲ ਰੱਖੋ ਕਿ ਜਿਹੜਾ ਦੂਏ ਲੋਕ ਤੁਹਾਨੂੰ ਦੇਖਦੇ ਪਏ, ਜਿਹੜੇ ਦੂਏ ਲੋਕ ਤੁਹਾਡੀ ਸ਼ਾਦੀਆਂ ਦੇ ਵਿਚਕਾਰ ਸ਼ਰੀਕ ਹੋਏ, ਉਹ ਤੁਹਾਡੇ ਸੀ ਖਫਾ ਨਾ ਹੋਣ। ਨਾਜ਼ਰੀਨ, ਜਿਸ ਤਰ੍ਹਾਂ ਤੁਹਾਨੂੰ ਪਤਾ ਹੋਵੇ ਕਿ ਜਿਹੜਾ ਸਾਡਾ ਪ੍ਰੋਗਰਾਮ ਹੈ ਅੱਜ ਵਿਆਹ ਸ਼ਾਦੀਆਂ ਦੇ ਉੱਤੇ ਹੋਵੇ, ਅਤੇ ਪਿਛੋਰੀਆਂ ਦੇ ਵਿਆਹ ਸ਼ਾਦੀਆਂ ਹੋਣ ਅਤੇ ਵੱਤ ਮੈਂ ਕਹਿੰਦਾ ਦੁਲਹਨ ਦੇ ਕੱਪੜੇ ਨਾ ਹੋਣ ਅਤੇ ਵੱਤ ਈਜ਼ੀ ਅਤੇ ਮਤਲਬ ਗੱਲ ਬਿਲਕੁਲ ਹੀ ਇਸ ਤਰ੍ਹਾਂ ਵੇ ਨਾ ਕਿ ਸਾਲਨ ਬਿਲਕੁਲ ਤਿਆਰ ਹੋ ਜਾਵੇ, ਘਰ ਬਿਲਕੁਲ ਨਮਕ ਹੀ ਦਿੰਗਾ, ਅਤੇ ਉਹ ਸਾਰੇ ਮਸਾਲੇ ਸਾਰੇ ਇਨਗਰੀਡੀਅੰਟ ਅੱਛੇ ਹੋਣੇ ਚਾਹੀਦੇ ਨੇ, ਅਤੇ ਜਿਹੜਾ ਇਹ ਦੁਲਹਨ ਹੁੰਦੀ ਉਹ ਬਿਲਕੁਲ ਮੇਨ ਚੀਜ਼ ਹੁੰਦੀ, ਭਾਵੇਂ ਮਹਿੰਦੀ ਹੋਵੇ, ਮਾਇਆ ਵਿਚਕਾਰ ਕਹਿੰਦੇ ਨੇ, ਬਰਾਤ ਹੋਵੇ, ਵਲੀਮਾ ਹੋਵੇ, ਦੁਲਹਨ ਦਾ ਸੂਟ ਹਰ ਕੋਈ ਨੋਟਿਸ ਕਰਦਾ, ਦੁਲਹਨ ਦੇ ਸੂਟ 'ਤੇ ਹਰ ਜਗ੍ਹਾ 'ਤੇ ਗੱਲ ਹੁੰਦੀ ਹੈ। ਅਤੇ ਮੈਂ ਤੁਹਾਨੂੰ ਇਹ ਦਿਖਾਉਣਾ ਪਿਆ ਹਾਂ ਕਿ ਅੱਜ ਮੈਂ ਜਿੱਥੇ ਜਿੱਥੇ ਜਾਣਾ ਪਿਆ ਪਿਸ਼ਾਵਰ ਦੇ ਵਿਚਕਾਰ ਜਿਹੜੇ ਦੁਲਹਨ ਦੇ ਸੂਟ ਹਨ, ਇੱਕ ਸੀ ਇੱਕ ਵੱਧ ਕੇ, ਅਤੇ ਇਸ ਸ਼ੋਪ 'ਤੇ ਤੁਹਾਨੂੰ ਆਲਰੇਡੀ ਮੇਰੇ ਪਾਸੇ ਮੰਜ਼ਰ ਹੀ ਨਜ਼ਰ ਆਉਂਦਾ ਪਿਓ ਸੀ ਕਿ ਜ਼ਬਰਦਸਤ ਵਰਾਇਟੀ ਇਹਨਾਂ ਕੋਲ, ਇਹਨਾਂ ਦੇ ਜਿਹੜੇ ਕਰਦਾ ਧਰਤਾ ਉਹਨਾਂ ਨਾਲ ਵੀ ਗੱਪਸ਼ਪ ਲਗਾਉਣੀਆਂ, ਦੇਖਦੀਆਂ ਕਿ ਇਹਨਾਂ ਕੋਲ ਕੀ ਵਰਾਇਟੀ ਹੈ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਅੱਛਾ ਬਾਈ ਜਾਨ, ਤੁਹਾਡਾ ਨਾਮ? ਮੇਰਾ ਨਾਮ ਵਕਾਰ ਹੈ। ਅੱਛਾ ਵਕਾਰ ਬਾਈ, ਮਾਸ਼ਾਅੱਲਾ ਤੁਹਾਨੇ ਬੜੀ ਵਰਾਇਟੀ ਰੱਖੀ ਹੋਈ ਹੈ ਦੁਲਹਨ ਦੇ ਸੂਟਾਂ ਦੀ, ਮੈਨੂੰ ਬਤਾਓ ਕੀ ਵਰਾਇਟੀ ਹੈ, ਕਿਹੜੇ ਕਿਹੜੇ ਕਿਸਮ ਦਾ ਇੱਥੇ ਕੰਮ ਹੁੰਦਾ ਪਿਆ, ਇਸਦੇ ਵਿਚਕਾਰ 'ਤੇ ਕੀ ਲੋਕਾਂ ਦੀ ਡਿਮਾਂਡ ਹੈ? ਬਿਲਕੁਲ, ਸਾਡੇ ਕੋਲ ਇੱਧਰ ਹਰ ਕਿਸਮ ਦੀ ਵਰਾਇਟੀ ਹੈ, ਜਿਸਦੇ 'ਚ ਕੈਪਸ਼ਾਲ ਹੋਣ, ਲਹਿੰਗੇ ਹੋਣ, ਮੈਕਸੀਅਮ ਹੋਣ,
ਔਰ ਇਸ ਦੇ ਇਲਾਵਾ ਹੋਰ ਲਹਿੰਗੇ ਵੀ ਹੁੰਦੇ ਨੇ ਅਤੇ ਸਿਲਮੇ ਦਾ ਕੰਮ ਹੁੰਦਾ, ਅੱਜ ਕੱਲ੍ਹ ਕ੍ਰਿਸਟਲ ਵਰਕ ਬਹੁਤ ਜ਼ਿਆਦਾ ਚੱਲਦਾ ਪਿਆ, ਔਰ ਇਸ ਦੇ ਬਗੈਰ ਹਾਲ ਸ਼ਾਦੀ ਇਹ ਸਭ ਅਧੂਰਾ ਹੁੰਦਾ ਬ੍ਰਾਈਡਲ ਦੇ ਡਰੈਸ ਦੇ ਬਗੈਰ। ਮੈਨੂੰ ਬਤਾਓ ਕਿ ਅੱਜ ਕੱਲ੍ਹ ਦੇ ਜਿਹੜੇ ਪਿਸ਼ੋਰੀ ਲੋਕ ਹਨ, ਇਹ ਪਹਿਲੇ ਦੇ ਜਿਹੜੇ ਲੋਕ ਹੈ, ਉਹਨਾਂ ਦੇ ਵਿਆਹ ਸ਼ਾਦੀਆਂ ਦੇ ਵਿਚਕਾਰ ਕਿਸ ਤਰੀਕੇ ਦਾ ਮਾਹੌਲ ਹੁੰਦਾ ਹੈ, ਡਰੈਸਿਸ ਦੀ ਕਿਹੜੀ ਡਿਮਾਂਡ ਹੁੰਦੀ ਹੈ, ਅਤੇ ਅੱਜ ਕੱਲ੍ਹ ਤੁਸੀਂ ਕੀ ਡਿਫਰੈਂਸ ਮਹਿਸੂਸ ਕਰਦੇ ਹੋ? ਡਿਫਰੈਂਟ ਅਸੀਂ ਇਹ ਕਰਨੇ ਮਹਿਸੂਸ ਕਰਨੇ ਪਏ ਕਿ ਪਹਿਲੇ ਜੋ ਸ਼ਾਦੀ ਹੁੰਦੀ ਹੈ ਬੜੀ ਹਲਕੀਆਂ ਫੁਲਕੀਆਂ ਸਾਦੀ ਹੁੰਦੀ ਆ, ਅੱਜ ਕੱਲ੍ਹ ਜੋ ਸ਼ਾਦੀ ਦੇ ਅੱਜ ਕੱਲ੍ਹ ਜੋ ਮੈਗਜ਼ੀਨਸ ਵਗੈਰਾ ਔਰ ਟਿਕਟੋਕਸ ਵਗੈਰਾ ਉਸਦੇ ਜੋ ਖੁਆਇਸ਼ਾਂ ਲੋਕਾਂ ਦੀਆਂ ਜ਼ਿਆਦਾ ਹੋ ਗਈਆਂ। ਤੁਹਾਨੂੰ ਤਸਵੀਰਾਂ ਨਹੀਂ ਆ ਕੇ ਬਤਾ? ਬਿਲਕੁਲ ਜੀ, ਸਾਨੂੰ ਲੋਕ ਜ਼ਿਆਦਾ ਤਸਵੀਰਾਂ ਤਾਂ ਜ਼ਿਆਦਾਤਰ ਕੰਮ ਜੋ ਹੈ ਮੈਗਜ਼ੀਨ ਦਾ ਚੱਲਦਾ ਪਿਆ, ਔਰ ਰੇਟਾਂ 'ਚ ਵੀ ਇਸ ਬਹੁਤ ਫਰਕ ਹੈ। ਪਹਿਲੇ ਸਾਦਗੀ ਹੁੰਦੀ ਆਈ, ਅੱਜ ਕੱਲ੍ਹ ਜੋ ਹੈ ਦਿਖਲਾਵਾ ਬਹੁਤ ਜ਼ਿਆਦਾ ਹੋ ਗਿਆ ਕਿ ਜੋ ਦੂਸਰਾ ਪਾਉਂਦਾ ਕਿ ਜੀ ਅਸੀਂ ਵੀ ਉਹੀ ਪਾਈਆਂ। ਅੱਛਾ, ਮੈਨੂੰ ਬਤਾਓ ਤੁਹਾਡੇ ਕੋਲ ਘੱਟ ਸੀ ਘੱਟ ਦੁਲਹਨ ਦਾ ਸੂਟ ਕਿਤਨੇ ਸੀ ਲੈ ਕਿਤੇ ਜ਼ਿਆਦਾ ਸੀ ਜ਼ਿਆਦਾ ਕਿਸ ਪ੍ਰਾਈਸ ਤੱਕ? ਬਿਲਕੁਲ ਜੀ, ਸਾਡੇ ਕੋਲ 65 ਸੀ ਲੈ ਕੇ 65 ਸੀ ਲੈ ਕੇ 1,40,000 2,00,000 ਤੱਕ ਵੀ ਰੇਂਜ 'ਚ ਆ ਜਾਂਦੇ, ਮਗਰ ਹਾਲਾਤ ਇਤਨੇ ਹੋ ਗਏ ਕਿ ਜੀ ਉਹ ਅੱਜ ਕੱਲ੍ਹ ਕੋਈ ਉਹ ਹੀ ਨਹੀਂ ਕਰ ਸਕਦੇ। ਮਤਲਬ ਜ਼ਿਆਦਾਤਰ ਲੋਕ ਇਹ ਵੀ ਜਾਂਦੇ ਨਾ ਕਿ ਲਾਹੌਰ ਪਿੰਡੀ ਇਸਲਾਮਾਬਾਦ ਵੱਲ ਲੈ ਕੇ ਸ਼ੋਪਿੰਗ ਕਰਦੇ ਨੇ, ਲੇਕਿਨ ਇੱਥੇ ਵੀ ਮੈਨੇ ਦੇਖਿਆ ਕਿ ਅਗਰ ਬੰਦਾ ਅਗਰ ਚਾਹੇ, ਇੱਕ ਪਿਸ਼ੋਰੀ ਅਗਰ ਚਾਹੇ ਆਪਣਾ ਪੈਸਾ ਬਚਾਉਣਾ ਚਾਹੇ, ਤਾਂ ਇੱਥੇ ਵੀ ਤੁਹਾਨੂੰ ਹਰ ਇੱਕ ਕਿਸਮ ਦੀ ਵਰਾਇਟੀ ਮਿਲ ਸਕਦੀ ਹੈ। ਬਿਲਕੁਲ ਜੀ, ਪੰਜਾਬ 'ਚ ਜ਼ਿਆਦਾ ਕਾਰੀਗਰ ਸਾਡੇ ਪਿਸ਼ਾਵਰ ਦੇ ਨੇ, ਕਿਉਂਕਿ ਇੱਕ ਖਾਸ ਜਗ੍ਹਾ ਹੁੰਦੀ ਪਿਸ਼ਾਵਰ ਦੇ ਸਿਲਮੇ ਸਿਤਾਰੇ ਦੇ ਜ਼ਿਆਦਾ ਮਸ਼ਹੂਰ ਜਗ੍ਹਾ ਹੁੰਦੀ, ਮੀਨਾ ਬਾਜ਼ਾਰ ਦੇ 'ਚ ਸਭ ਤੋਂ ਜ਼ਿਆਦਾ ਗਲੀ ਸਾੜੀ ਸਭ ਤੋਂ ਜ਼ਿਆਦਾ ਮਸ਼ਹੂਰ ਹੈ। ਅੱਛਾ, ਬਤਾਓ ਸਰ ਕਿ ਪਹਿਲੇ ਤੁਹਾਨੂੰ ਵਿਆਹ ਸ਼ਾਦੀਆਂ ਦੇਖੀਆਂ ਸਨ, ਸਰ ਤੁਹਾਡੇ ਮਾਂ ਪਿਓ ਨੇ ਤੁਹਾਨੂੰ ਕਿਸੇ ਉਹਨਾਂ ਦੀ ਕੈਸਟਾਂ ਤੁਹਾਨੂੰ ਉਹਨਾਂ ਦੇ ਵਿਆਹਾਂ ਦੀ ਦੇਖੀ ਉਸਨੇ ਚਾਚੇ ਮਾਮਿਆਂ ਦੀ, ਉੱਥੇ ਇਹ ਹੁੰਦਾ ਆ ਕਿ ਉਹ ਵਿਆਹ ਸ਼ਾਦੀਆਂ ਬੜੇ ਮਜ਼ੇ ਦੇ ਹੁੰਦੇ, ਸਾਦਗੀ ਦਾ ਦੌਰ ਆਇਆ, ਘਰ ਦੇ ਵਿਚਕਾਰ ਮੈਦਾਨੀ ਕਿਸੇ ਦੀ ਸਾਨੇ ਲੈ ਲਈ, ਜਾਂ ਕਿਤੇ ਤੰਬੂ ਲਗਾ ਲਿੱਤੇ, ਕੈਨਾਟਾਂ ਲਗਾ ਲਿੱਤੀਆਂ, ਬੈਠ ਗਏ, ਤਰ੍ਹਾਂ ਛੱਤੀ ਰੋਟੀ ਹੋ ਗਈ ਅਤੇ ਬਸ ਖੋਲਚੇ ਚੱਲਦੇ ਪਏ, ਅਤੇ ਸਾਦਗੀ ਦੇ ਦੌਰ ਹੈ, ਸਾਰੇ ਲੋਕ ਵੀ ਆਰਾਮ 'ਤੇ ਆਉਂਦੇ, ਵਿਆਹ ਰਸਮਾਂ ਬੜੀਆਂ ਅੱਛੀਆਂ ਆਈਆਂ। ਅੱਜ ਕੱਲ੍ਹ ਸ਼ਾਦੀ ਵਿਆਹਾਂ ਦੇ ਵਿਚਕਾਰ ਕੇ ਦੇਖਦੇ ਪਏ ਹੋ, ਅੱਜ ਕੱਲ੍ਹ ਉਹ ਮੁਹੱਬਤਾਂ ਐਵਨ ਕਿ ਨਾ? ਨਹੀਂ ਜੀ, ਉਹ ਮੁਹੱਬਤਾਂ ਖਤਮ ਹੋ ਚੁੱਕੀਆਂ, ਉਹ ਜੋ ਪਹਿਲੇ ਇੱਕ ਚਾਹਤ ਹੁੰਦੀ ਹੈ ਕੋਈ ਕਿਸੇ ਦੇ ਘਰ ਜਾਂਦੇ ਅਤੇ ਖੁੱਲ੍ਹੇ ਮੱਥੇ ਨਾਲ ਜੋ ਲੋਕ ਇੱਜ਼ਤ ਅਤੇ ਖਾਤਰ ਕਰਦੇ, ਅੱਜ ਕੱਲ੍ਹ ਉਹ ਚੀਜ਼ ਖਤਮ ਹੋ ਗਈ ਹੈ। ਅੱਜ ਕੱਲ੍ਹ ਬਸ ਇਹ ਹਾਲ ਹੋ ਗਏ, ਜਿੰਨੀ ਸਹੂਲਤ ਉਤਨੀ ਦੂਰੀਆਂ ਹੁੰਦੀ ਪਈ ਹਨ। ਅੱਜ ਕੱਲ੍ਹ ਤਾਂ ਬਹੁਤ ਮਹਿੰਗਾ ਹੋ ਗਿਆ ਨਾ ਕੰਮ, ਪਹਿਲੇ ਸਾਡੇ ਪਿਛੋਰੀਆਂ ਦਾ ਇਸ ਤਰ੍ਹਾਂ ਹੁੰਦਾ ਹੈ ਕਿ ਤਰੈ ਛੇਤੀ ਹੁੰਦੀ, ਬਹੁਤ ਜ਼ੁਲਮ ਹੁੰਦਾ ਤਾਂ ਤਰੈ ਛੇਤੀ ਪਕਾਉਂਦੇ, ਜੇ ਤੁਸੀਂ ਕਹਿੰਦੇ ਮਿੱਠਾ ਕੌਰਮਾ ਅਤੇ ਚਾਵਲ, ਤਾਂ ਉਹ ਵੀ ਲੋਕ ਬੜੇ ਮੁਸ਼ਕਲ ਨਾਲ ਅਫੋਰਡ ਕਰਦੇ ਹੁੰਦੇ, ਅਤੇ ਹੁਣ ਜਿਹੜਾ ਤਾਂ ਹੁਣ ਤਾਂ ਪਿਛੋਰੀ ਜਿਹੜਾ ਤਾਂ ਕਿਸੇ ਲਈ ਗੱਲ ਕਿ ਨੱਕ ਨਮੂਸ਼ ਦੀ ਖਾਤਰ ਕਰਜ਼ੇ ਲੱਖਾਂ ਰੁਪਏ ਲੈ ਲੈਂਦਾ ਹੈ, ਧੀ ਦੇ ਵਿਆਹ ਵਾਸਤੇ, ਜੰਝ ਵਾਸਤੇ, ਉਹ ਬਾਅਦ ਸਾਲਾਂ 'ਤੇ ਉਹਨਾਂ 'ਤੇ ਉਹ ਗਰੀਬ 'ਤੇ ਕਰਜ਼ੇ ਛੜੇ ਹੁੰਦੇ ਨੇ, ਉਹ ਕਰਜ਼ੇ ਵੀ ਨਹੀਂ ਲੈਂਦੇ, ਅਤੇ ਬਸ ਹੁਣ ਜਿਹੜੇ ਪਿਛੋਰੀਆਂ ਦੀ ਸਾੜੀ ਉਹ ਵੀ ਸਕਾਫਤ ਹੀ, ਯਾਨੀ ਕਿ ਬੈਠਕਾਂ ਖੁੱਲ੍ਹਦੀਆਂ ਹੁੰਦੀਆਂ ਮਹੀਨਾ ਮਹੀਨਾ, 15-15 ਦਿਨ ਮਾਰ ਪਸੀ ਨੇਟਾ ਰੱਖਦੇ ਹਾਂ, ਅਤੇ ਨਾਲ ਹੀ ਜੀ ਖੋਲ੍ਹੋ ਜੀ ਯਾਰ ਦੋਸਤ ਗਿਆ ਬੈਠੋ ਖੋਲ੍ਹੋ, ਮਹੀਨਾ ਮਹੀਨਾ ਬੈਠਕਾਂ ਖੁੱਲ੍ਹੀਆਂ ਹੁੰਦੀਆਂ, ਹੁਣ ਉਹ ਬੈਠਕਾਂ ਵੀ ਖਤਮ ਹੋ ਗਈਆਂ। ਅੱਜ ਕੱਲ੍ਹ ਸਾਰਾ ਭਰਾ ਮੇਰੇ ਜਿਹੜਾ ਕੰਮ ਹੈ ਨਾ ਉਹ ਪੈਸੇ ਦਾ ਪੈਸਾ ਵੇ, ਯਾਨੀ ਅਗਰ ਮੇਰਾ ਮੇਰੀ ਧੀ ਹੈ ਜਾਂ ਪਤਰੀ ਹੈ, ਅਤੇ ਮੈਂ ਕਹਿੰਦਾ ਯਾਰ ਖਾਨਦਾਨ ਵਿੱਚ ਸਾਰੇ ਅਜਿਹੇ ਜਿਹੇ ਗਰੀਬ ਗੁਰਬਨ, ਉਹ ਮੇਰੀ ਕਿਤੇ ਪਤਰੀ ਅੱਛੀ ਜਗ੍ਹਾ ਚਲੀ ਜਾਵੇ, ਉਹ ਯਾਨੀ ਕਿ ਦਿਖਾਵਾ ਵੇ ਕੁਛ ਵੀ ਨਹੀਂ ਗਾ ਆਉਂਦਾ, ਉਹ ਵੀ ਜੇ ਕੁਛ ਅੱਲਾਹ ਨੂੰ ਮਨਜ਼ੂਰ ਹੁੰਦਾ ਹੈ, ਉਸ ਦਿਖਾਵੇ ਦੀ ਖਾਤਰ ਆਦਮੀ ਸਭ ਕੁਛ ਕਰਦਾ, ਲੇਕਿਨ ਬਾਅਦ ਦੇ ਵਿਚਕਾਰ ਬਾਤ ਉਸ ਚੀਜ਼ ਨੂੰ ਰੋਂਦਾ, ਯਾਰ ਕਾਸ਼ਕਰੀ ਮਨੇ ਪਤਰੀਏ ਨੂੰ ਦਿੱਤੀ ਹੁੰਦੀ, ਇਸ ਭਣੇ ਨੂੰ ਦਿੱਤੀ ਹੁੰਦੀ, ਤਾਂ ਉਹ ਬਾਤ ਉਸ ਟਾਈਮ 'ਤੇ ਵੀ ਇਹਨਾਂ ਮਾਂ ਪਿਓ ਸੇ ਬੜਾ ਕੰਮ ਬਣ ਜਾਂਦਾ, ਅਤੇ ਅਸੀਂ ਤਾਂ ਇਹ ਕਹਿੰਦੇ ਕਿ ਪਿਛੋਰੀ ਜਿਹੜੇ ਤਾਂ ਆਪਣੀ ਉਸ ਸਕਾਫਤ 'ਤੇ ਆਉਣ ਜਿਹੜੇ ਕਿ ਪਹਿਲੇ 'ਚ ਹੀ ਰਹਿੰਦੇ ਨੇ, ਤਾਂ ਕਸ਼ਤ ਮੈਂ ਖੁਦਾ ਦੀ ਕਿ ਕੋਈ ਮਸਲਾ ਨਹੀਂ ਗਾ ਸਾਡੇ ਲੋਕਾਂ 'ਤੇ, ਅਤੇ ਅਗਰ ਇਹ ਮਜ਼ੀਦ ਇਸ ਤਰ੍ਹਾਂ ਹੀ ਜਾਂਦੇ ਰਸਮ, ਅਤੇ ਬਸ ਆਸਤਾ ਆਸਤਾ ਤੂੰ 10 ਸਾਲਾਂ ਬਾਅਦ ਤੂੰ ਦੇਖ ਸਕ ਪਿਛੋਰੀ ਦਾ ਨਾਮ ਬਿਲਕੁਲ ਹੀ ਸਫੇ ਹਸਤੀ ਸੀ ਮਿਟੋ ਸੀ। ਅੱਜ ਕੱਲ੍ਹ ਤਾਂ ਦੇਖੋ ਗਰੀਬ ਪਿਛੋਰੀ ਵੀ ਆਉਂਦਾ ਨਾ, ਤਾਂ ਉਹ ਕਹਿੰਦਾ ਯਾਰ
ਉਸਤਾਦ ਜੀ ਬਸ ਇਸ ਤਰ੍ਹਾਂ ਕਰ ਦੇ ਕਿ ਬਸ ਮੇਰਾ ਹਿਆ ਵੀ ਰਹਿ ਜਾਵੇ ਅਤੇ ਕੰਮ ਵੀ ਹੋ ਜਾਵੇ। ਤਾਂ ਅਸੀਂ ਉਹਨੂੰ ਕਹਿੰਦੇ ਯਾਰ ਤੂੰ ਬਤਾ ਤੂੰ ਕੀ ਕਰਨਾ ਚਾਹੁੰਦਾ। ਉਹ ਕਹਿੰਦਾ ਯਾਰ ਬਸ ਚਿਕਨ ਜ਼ਰੂਰੀ ਹੋਵੇ ਵਿਚਕਾਰ, ਹੁਣ ਚਿਕਨ ਲਾਜ਼ਮੀ ਹੋ ਸੀ, ਤਾਂ ਇਹ ਖਰਚਾ ਵੀ ਵੱਧਦਾ। ਤਾਂ ਅਸੀਂ ਉਹਨਾਂ ਨੂੰ ਕਹਿੰਦੇ ਬਾਅਦ ਤੁਸੀਂ ਸੰਘ ਲੈ ਦੋ ਤਰਕਾਰੀਆਂ ਕਰ ਲੈਣਾ, ਮਿੱਠੇ ਚੌਲ ਕਰ ਲੈਣਾ, ਸਰ ਹੁਣ ਤੇਰਾ ਖੁੰਸ਼ਾ ਬਣ ਜਾ ਸੀ। ਬਾਅਦ 4 ਦਿਨਾਂ ਬਾਅਦ ਆ ਜਾਂਦੇ ਜੀ, ਯਾਰ ਉਹ ਬੀਵੀ ਕਹਿੰਦੀ ਹੈ ਕਿ ਜੀ ਮੇਰਾ ਖਾਨਦਾਨ ਅਤੇ ਮੇਰਾ ਰਿਸ਼ਤੇਦਾਰ ਨੂੰ ਕਹਿ ਦੂੰ ਕਿ ਚਿਕਨ ਨੀਗਾ, ਅਤੇ ਬਾਅਦ ਦੂਈ ਕਹਿੰਦੇ ਮੇਰਾ ਕਬਾਬ ਨੀਗਾ। ਤਾਂ ਬਾਅਦ ਉਹ ਵੀ ਜਾ ਕੇ ਕੰਮ ਚਿਕਨ ਕਬਾਬ ਅਤੇ ਇਸ 'ਤੇ ਜਾ ਕੇ VIP ਕੰਮ ਚਲਾ ਜਾਂਦਾ। ਯਾਨੀ ਗਰੀਬ ਸੀ, ਗਰੀਬੀ ਹੋਵੇ ਤਾਂ। ਅਤੇ ਹਾਂ ਹੁਣ ਵੀ ਇਸ ਤਰ੍ਹਾਂ ਦੇ ਲੋਕ ਹੈ ਜਿਹੜੇ ਗਰੀਬ ਸਾਡੇ ਪਿਰਾਏ ਹਨ ਪਿਛੋਰੀ, ਜਿਹੜੇ ਕਿ ਮਤਲਬ 10-15 ਆਦਮੀਆਂ ਨੂੰ ਬੁਲਾ ਕੇ ਬੈਠੋ ਕੁਝ ਨਿਕਾਹ ਕੀਤਾ ਅਤੇ ਆਪਣੇ ਹੱਸਦੇ ਉਹ ਉਸਦੇ ਤੋਫੀਕ ਦੇ ਉੱਤੇ ਬਸ ਤੋਰਦੇ ਨੇ। ਮੇਰੀ ਜਦੋਂ ਸ਼ਾਦੀ ਹੋਈ ਜੀ, ਤਕਰੀਬਨ 1 ਮਹੀਨੇ ਸੀ, 1.5 ਮਹੀਨੇ ਦੇ ਕੋਲ ਪ੍ਰੋਗਰਾਮ ਹੁੰਦੇ ਜੀ, ਜਿਹਨੂੰ ਅਸੀਂ ਧਮਕਾਰ ਕਹਿੰਦੇ ਹੁੰਦੇ ਹਾਂ। ਉਹਦੀ ਡਫਲੀ ਅਤੇ ਉਹ ਇੱਕ ਚਿਮਟਾ ਹੁੰਦਾ ਹੈ ਅਤੇ ਇੱਕ ਢੋਲਕੀ ਹੁੰਦੀ, ਅਤੇ ਉਹ ਇੱਕ ਆਪਣਾ ਇੱਕ ਮਜ਼ਾ ਹੁੰਦਾ ਆ। ਕੋਈ ਦੋਸਤ ਬੈਠੇ ਢੋਲਕੀ ਪਾ ਵਜਾਉਂਦੇ ਹਨ, ਪੁਰਾਣੇ ਗਾਣੇ ਹੁੰਦੇ ਉਸ ਵਕਤ ਦੇ, ਬੜਾ ਮਜ਼ਾ ਆਉਂਦਾ ਆ। ਅਤੇ ਨਾਲ ਕਿਤੇ ਸਾਡੀਆਂ ਮਾਵਾਂ ਜਾਂ ਕੋਈ ਕਾਵਾ ਨਾ ਬਣਾਉਂਦੇ ਤਾਂ ਢੋਲਕੀ ਤਾਂ ਸ਼ੁਰੂ ਹੋ ਜਾਏ, ਟੱਪੇ ਕਾਨੇ ਆਉਂਦੇ ਉਹ ਸ਼ੁਰੂ ਹੁੰਦੇ, ਅਤੇ ਬਾਅਦ ਮਤਲਬ ਅਸੀਂ ਕਾਵਾ ਨਹੀਂ ਆਉਂਦਾ ਅਤੇ ਬਸ ਸ਼ੁਰੂ ਹੋ ਜਾਂਦੇ ਪਿਲਾ ਅਤੇ ਉਹ ਕਾਵਾ ਅਤੇ ਲੈਚੀਆਂ ਵਾਲਾ ਅਤੇ ਹੁਮ ਤੇਜ਼ ਤੇਜ਼ ਢੋਲਕੀ ਮਾਰਦੇ। ਉਹ ਸਾਡੀਆਂ ਮਾਵਾਂ ਨੂੰ ਅੱਲਾ ਬਖਸ਼ਿਆ ਹੋਇਆ ਤਾਂ ਉਹ ਕਾਵੇ ਪੀ ਜਾਂਦੇ, ਕੋਈ ਬਛੀਕੇ ਬਣਾਉਂਦਾ ਪਿਆ ਆ, ਕੋਈ ਝੰਡਿਆਂ ਪੇ ਬਣਾਉਂਦਾ ਆ। ਬਸ ਸਾਡੇ ਸ਼ਾਦੀਆਂ ਦਾ ਮਜ਼ਾ ਆ, ਬੈਠਕਾਂ 'ਚ ਆਉਂਦੀਆਂ ਹੀ ਆ ਜੀ। ਇਹ ਵੇਟਰ ਮੇਟਰ ਨਹੀਂ ਹੁੰਦੇ ਆਪਣੇ, ਉਹ ਜਿਹੜੇ ਖੂਨੀ ਰਿਸ਼ਤੇ ਹੁੰਦੇ, ਮਿਸਾਲੇ ਕਜ਼ਨ ਹੋ ਗਏ, ਇਹ ਰੋਟੀਆਂ ਦਿੰਦੇ ਹੁੰਦੇ ਆਪਣੇ ਰਿਸ਼ਤੇਦਾਰਾਂ ਨੂੰ, 3-6 ਰੋਟੀ ਹੁੰਦੀ ਅਤੇ ਬੜਾ ਮਜ਼ਾ ਆਇਆ। ਹੁਣ ਯਕੀਨ ਕਰੋ 8 ਕਿਸਮਾਂ ਦੇ ਖੁਰਾਕ ਹਨ, ਮਗਰ ਉਸ ਦੇ ਮੁਕਾਬਲੇ 'ਚ ਨਹੀਂ ਗਿਆ। ਉਸ 3-6 ਦਾ ਆਪਣਾ ਇੱਕ ਮਜ਼ਾ ਹੁੰਦਾ, ਮਿੱਠੇ ਚਾਵਲ ਹੁੰਦੇ, ਨਮਕੀਨ ਚਾਵਲ ਹੁੰਦੇ ਆ, ਮਹਿੰਦੀਆਂ ਤਾਂ ਮੈਂ ਕਹਿੰਦਾ ਕਿ ਕਦੀ ਮਾਮੇ ਦਾ ਪੁੱਤਰ, ਕਦੀ ਭੈਣਾਂ ਦੇ, ਕਦੀ ਪਾਈਆਂ, ਕੋਈ ਮਹਿੰਦੀਆਂ ਦੀ ਲਗਾਤਾਰ ਹੁੰਦੀ। ਸਰ ਜੀ, ਗੱਲ ਮੈਨੇ ਤੁਹਾਨੂੰ ਪਹਿਲੇ ਕੀਤੀ ਹੈ, ਸਾਡੇ ਵਖਤ ਦੇ ਵਿਚਕਾਰ ਜਿਹੜੇ ਵਿਆਹ ਹੁੰਦੇ ਨਾ ਜੀ, ਉਹ ਵੀ 25-30 ਹਜ਼ਾਰ ਰੁਪਏ 'ਚ ਮੁੱਕ ਜਾਂਦਾ ਹੁੰਦਾ ਆ। ਉਹਦੇ ਇੱਕ ਚੋਬਾ ਵੀ ਹੁੰਦਾ ਆ, ਅਤੇ ਹੋਰ ਬੜੀਆਂ ਉਹ ਮਿੱਠੇ ਚੌਲਾਂ ਦਾ ਇੱਕ ਥਾਲ ਰੱਖੋ ਹੁੰਦਾ, ਉਸ 'ਚ ਲੱਡੂ ਵੱਡੂ ਉਹ ਚੀਜ਼ਾਂ ਵੀ, ਮਹਿੰਦੀਆਂ ਵੀ ਆਉਂਦੀਆਂ, ਖਰਚੇ ਵੀ ਆਉਂਦੇ, ਮਗਰ 25-30 ਹਜ਼ਾਰ ਰੁਪਏ 'ਚ ਸਾਰਾ ਕੰਮ ਮੁੱਕ ਜਾਂਦਾ ਆ। ਹੁਣ ਜਿਸ ਖੁਦ ਮੈਨੂੰ ਦੁੱਖ ਇਹ ਹੁੰਦਾ ਕਿ ਪਿੱਛੇ ਲੜਕੇ ਵਾਲਿਆਂ ਨੂੰ ਚਾਹੀਦਾ ਕਮ ਅਜ਼ ਕਮ ਲੜਕੀ ਵਾਲੇ 'ਤੇ ਇਤਨਾ ਬੋਝ ਨਾ ਪਾਵਣ, ਨਾ ਉਹਨਾਂ 'ਤੇ ਡਿਮਾਂਡ ਕਰੋਣ, ਕਿਉਂਕਿ ਅੱਜ ਕੱਲ੍ਹ ਦੇ ਸਫੈਦ ਪੋਸ਼ੀ ਦੇ ਜਿਹੜੇ ਹਾਲਾਤ ਹਨ, ਇਸੀ 'ਚੋਂ ਵਿਚਾਰੇ ਆਪਣੀ ਜਾਨ ਨੂੰ ਬੜੀ ਕਰਜ਼ ਲੈ ਕੇ ਅਤੇ ਲੁੱਟੀਆਂ ਦਾ ਵੀ ਆਪ ਕਰਦੇ। ਮੇਰੀ ਖੁਦਾਰਾ ਇਹਨਾਂ ਨੂੰ ਇਹੀ ਕਹੋਵੇ ਕਿ ਜਿਹੜੀ ਇਹ ਬਨਾਵਟੀ ਜਿਹੜੀਆਂ ਚੀਜ਼ਾਂ ਉਹਨਾਂ ਜੀ, ਇਹ ਜਿਹੜਾ ਈਦਾਂ ਅਤੇ ਸ਼ਬਰਾਤਾਂ ਆਉਂਦੀਆਂ ਅਤੇ ਖਰਚੇ ਅਤੇ ਹਜ਼ਾਰਾਂ ਦੇ, ਅਤੇ ਬਸ ਉਹਨਾਂ ਡਿਮਾਂਡਾਂ ਕਿ ਜੀ ਮੈਨੂੰ ਇਹ ਦੋਸਤੋ ਤੋਂ ਮੋਟਰਸਾਈਕਲਾਂ, ਮੈਂ ਹੁਣ ਦੇਖਦਾ ਪਈ ਹਾਂ ਹੁਣ ਇਹ ਟ੍ਰੈਂਡ ਬਹੁਤ ਸ਼ੁਰੂ ਹੋ ਗਿਆ। ਕਮ ਅਜ਼ ਕਮ ਸ਼ਰਮ ਕਰੋ, ਕਮ ਅਜ਼ ਕਮ ਪਰਾਈ ਧੀ ਦੇ ਨਾਲ ਇਸ ਤਰ੍ਹਾਂ ਦੀ ਉਹ ਨਾ ਕਰੋ ਕਿ ਉਹ ਗਰੀਬ ਨਾ ਦੇਣੇ ਦੀ ਧੀ ਵੀ ਆਉਣੇ ਦੀ ਖਾਤਰ ਲੋਕਾਂ ਸੀ ਕਰਜ਼ ਚੁੱਕੇ, ਉਹ ਸਾਰੀ ਉਮਰ ਉਹਨਾਂ ਦੇ ਕਰਜ਼ੇ ਲਾਉਂਦਾ ਰਹੇ। ਮੇਰੀ ਇਹੀ ਹੋਈ ਕਿ ਰਸੂਮਾਤ ਕੰਮ ਕਰੋ, ਕਮ ਸੇ ਕਮ ਰਸੂਮਾਤ ਕਰੋ, ਬਸ ਕੁੜੀ ਵਾਲੇ ਦੀ ਜਿਹੜੀ ਆਵੇ ਉਹ ਰਹਿ ਜਾਵੇ। ਅਤੇ ਬਹੁਤ ਸਾਰੀਆਂ ਬੱਚੀਆਂ ਭੈਣਾਂ ਕਾਰਾਂ 'ਚ ਬੈਠੀਆਂ ਜਿਨ੍ਹਾਂ ਦੀ ਉਮਰਾਂ 35-40 ਤੱਕ 45 ਤੱਕ ਪਹੁੰਚ ਗਈਆਂ, ਤਾਂ ਉਹਨਾਂ ਦੀਆਂ ਸ਼ਾਦੀਆਂ ਪੇ ਨਹੀਂ ਆਉਂਦੀਆਂ, ਇਸ ਵਜ੍ਹਾ ਤੋਂ ਨਹੀਂ ਆਉਂਦੀਆਂ। ਇਸ ਗੈਰ ਮੁਰਦਾਰ ਹਿੰਦੂਹਾਨਾ ਹਿੰਦੂਆਂ ਦੀ ਰਸਮਾਂ ਜਿਹੜੀਆਂ ਸਾਡੇ ਕੋਲੋਂ, ਇਹਨਾਂ ਨੇ ਸਾਡਾ ਕਲਚਰ ਤਬਾਹ ਕਰ ਦਿੱਤਾ। ਅਤੇ ਮੈਂ ਹੀ ਕਹਿੰਦਾ ਖੁਦਾਰਾ ਇਸਲਾਮ ਜਿਹੜਾ ਸਾਨੂੰ, ਠੀਕ ਹੈ ਵਕਤ ਦੇ ਨਾਲ ਮਾਡਰਨ ਹੋ ਗਏ ਹਾਂ ਥੋੜ੍ਹੇ ਜਿਹੇ, ਉਸ ਟਾਈਮ ਵਿੱਚ ਹਜੂਰਾਂ ਆਇਆ ਮਸਜਿਦ ਦੇ ਵਿੱਚ ਕਹਿੰਦੇ ਕਿ ਹੁਣ ਥੋੜ੍ਹਾ ਜਿਹਾ ਮਾਡਰਨ ਹੋ ਗਿਆ, ਆਲਵਲ ਆ ਗਿਆ, ਮਗਰ ਇਹ ਮਿਠਾਈਆਂ ਦੇ ਹੁਣ ਉਹੀ ਗੱਲ ਏ, ਕੁਝ ਵੀ ਨਹੀਂ ਬਦਲਾ, ਸਿਰਫ ਸਾਡੇ ਜ਼ਹਿਨ ਬਦਲ ਗਏ। ਅਸੀਂ ਆਪਣੀ ਧੀਆਂ ਭੈਣਾਂ ਰੱਖਦੇ ਹੋਏ ਲੋਕਾਂ 'ਤੇ ਡਿਮਾਂਡ ਕਰਦੇ ਹਾਂ, ਅਤੇ ਮੇਰੀ ਇਹੀ ਤੁਹਾਡੇ
ਇੱਕ ਰਿਕੁਐਸਟ ਹੈ ਕਿ ਖੁਦਾ ਰਾ ਰਸਮਾਂ ਕਟਾਓ ਅਤੇ ਆਪਣੀ ਜਿਹੜੇ ਵੀ ਸ਼ਾਦੀਆਂ ਆਉਂਦੀਆਂ ਹਨ ਇਹਨਾਂ ਨੂੰ ਕਮ ਸੇ ਕਮ ਡਿਮਾਂਡ ਕਰੋ ਅਤੇ ਕਮ ਸੇ ਕਮ ਖਰਚੇ ਦੇ ਵਿਚਕਾਰ ਇਹਨਾਂ ਨੂੰ ਪੂਰਾ ਕਰੋ ਅਤੇ ਹੋਰ ਕੁਛ ਮੈਂ ਇਹੀ ਕਹਿਸਾਂ ਕਿ ਅਸੀਂ ਡੁੱਬਨੇ ਪਏ ਹਾਂ। ਮੇਰਾ ਜਿਹੜਾ ਪਿਛੋਰ ਦੇਖਦਾ ਵਾਂ ਜਿਹੜੇ ਵੀ ਅੱਛੀ ਜਗ੍ਹਾ ਉਹ ਸਾਡੇ ਪਿਛੋਰੀਆਂ ਕੋਲ ਨਿੰਗੀ ਨੇ, ਪਿਛੋਰੀ ਗਏ ਖਤਮ ਹੋ ਗਏ। ਪਿਛੋਰੀਆਂ ਨੇ ਕੀ ਕੀਤਾ ਬਸ ਜੀ ਉਹ ਬੋਸਕੀ ਦਾ ਜੋੜਾ ਇੱਕ ਟਾਈਮ ਹੁੰਦਾ ਆ, ਹੁਣ ਵੀ ਚਿੱਟਾ ਜੋੜਾ ਜੇ ਵੀ ਨਾ ਹੋਵੇ ਕੁਛ ਹੋਵੇ ਚਿੱਟਾ ਜੋੜਾ ਹੋਵੇ ਅਤੇ ਮੋਬਾਈਲ ਹੱਥੀ 'ਚ ਹੋਵੇ ਅਤੇ ਬਸ ਗਲੀਆਂ 'ਚ ਫਿਰਨਾ ਹੋਵੇ ਅਤੇ ਮਸਤੀਆਂ ਅਤੇ ਮੌਜਾਂ ਨੇ ਦੇਖੋ ਇਹ ਖਤਮ ਕਰੋ। ਬਸ ਰੋਣਾ ਆਉਂਦਾ ਕਿ ਪਿਛੋਰੀਆਂ ਦੀ ਹਾਲਤ ਦੇਖਦਾ ਵਾਂ ਕਿ ਜਿਸ ਟਾਈਮ ਕਿਸੇ ਅੱਗੇ ਸਫੈਦ ਪੋਸ਼ੀ ਹੈ ਨਾ, ਖੈਰ ਤਾਂ ਮੰਗ ਲਿਆ ਸੀ ਖੈਰ ਵਾਲਾ ਮਗਰ ਪਿਛੋਰੀ ਸਫੈਦ ਪੋਸ਼ੀ ਚਾਹ ਕੇ ਗਰਕ ਹੋ ਗਿਆ। ਯਕੀਨ ਕਰਕੇ ਬਸ ਪਿਛੋਰੀਆਂ ਨੇ ਬਾਰੇ ਦੇਖਦਾ ਵਾਂ ਅਤੇ ਆਹ ਪਿਛੋਰੀਆਂ ਮੇਰੀ ਸਾਰੀ ਜ਼ਿੰਦਗੀ ਇਸੀ ਪਿਛੋਰੀਆਂ ਦੇ ਨਾਲ ਗੁਜ਼ਰ ਗਈ ਹੈ, ਮਗਰ ਹੁਣ ਇਸ ਹਾਲਤ ਬੜੀ ਕਾਬਲ ਰਹਿਮ ਹੈ। ਲਾਈਕ ਖੁਦਾ ਨੂੰ ਮਨੋ ਇੱਕ ਇਤਨੀ ਮਿਹਰਬਾਨੀ ਕਰੇ ਕੋ ਜਿਸ ਤਰ੍ਹਾਂ ਹੋਰ ਕੌਮਾਂ ਦੀ ਦੇਖੋ ਇੱਥੇ ਈਸਾ ਖੇਲ ਮਸਜਿਦ ਹੈ ਹੋਰ ਮਸਜਿਦ ਹੈ, ਸਾਡੀ ਪਿਛੋਰੀਆਂ ਦੀ ਕਿਧਰੇ ਕੋਈ ਨਮਾਜ਼ ਜਨਾਜ਼ੇ ਦੀ ਜਨਾਜ਼ਗਾਹ ਐਵੇਂ ਕੋਈ ਕਿਉਂ ਨਹੀਂ ਗੀ? ਅਸੀਂ ਪਿਛੋਰੀ ਪਹਿਲੇ ਇੱਕ ਪੇਜ 'ਤੇ ਨਹੀਂ ਗਿਆ, ਅਸੀਂ ਕਹਿੰਦੇ ਹਾਂ ਮੇਰਾ ਵਿਰਾਹ ਅੱਛਾ ਹੁੰਦਾ ਤੂੰ ਕਿਉਂ ਅੱਛਾ ਹੋਇਆ ਉਹਦੇ ਪੈਰ 'ਤੇ ਮਾਰਨੇ ਆ, ਅੱਜ ਅਸੀਂ ਇਸ ਤੋਂ ਤਬਾਹ ਵਾਂ। ਖੁਦਾ ਰਾ ਮੇਰੀ ਬਸ ਆਖਰੀ ਇੱਕ ਗੱਲ ਹੈ ਕਿ ਪਿਛੋਰੀ ਹੁਣ ਵੀ ਜਾਨ ਨੂੰ ਪੁਛਾਣੋ ਅਤੇ ਇਹ ਕੋਜੋ ਇਹ ਗਰੀਬ ਤੁਹਾਡਾ ਭਰਾ ਇਸ ਵਕਤ ਮੁਸ਼ਕਿਲ ਹੈ, ਮਿਲ ਕੇ ਉਸਦੀ ਮਦਦ ਕਰੋ, ਉਸਦੇ ਨਾਲ ਥੋੜ੍ਹਾ ਅੱਛਾ ਕਰੋ ਕਿ ਉਹ ਆਪਣੇ ਪੈਰ 'ਤੇ ਖੜੋ ਜਾਵੇ, ਵਰਨਾ ਸਾਡੀ ਪਹਿਚਾਣ ਜਿਹੜੀ ਹੋਣਾ ਹੈ ਨਾ ਇਹ ਵੀ ਖਤਮ ਹੋ ਜਾਸੀ ਨੇ ਜੀ। ਜੀ ਨਾਜ਼ਰੀਨ, ਜਿਸ ਤਰ੍ਹਾਂ ਤੁਹਾਨੂੰ ਦੇਖਿਆ ਕਿ ਅੱਜ ਮੈਂ ਤੁਹਾਨੂੰ ਪਿਛੋਰੀਆਂ ਦੇ ਜਿਹੜੇ ਵਿਆਹ ਸ਼ਾਦੀਆਂ ਦੇ ਵਿਚਕਾਰ ਜਿਹੜੀ ਰਸੂਮਾਤ ਹੁੰਦੀਆਂ, ਚਾਹੇ ਖਾਣੇ ਪੀਣੇ ਦੇ ਹਵਾਲੇ ਨਾਲ ਹੋਵਣ, ਚਾਹੇ ਉਹਨਾਂ ਦੇ ਕੱਪੜਿਆਂ ਦੇ ਹਵਾਲੇ ਨਾਲ ਹੋਵਣ, ਚਾਹੇ ਉਹਨਾਂ ਦੇ ਜਿਹੜੀ ਵੀ ਰਸੂਮਾਤ ਲੋਕ ਕਰਦੇ ਪੈਣ, ਚਾਹੇ ਸ਼ਾਦੀ ਹਾਲ ਦੇ ਵਿਚਕਾਰ ਕਰਦੇ ਪੈਣ, ਚਾਹੇ ਆਪਣੇ ਘਰਾਂ ਦੇ ਵਿਚਕਾਰ ਕਰਦੇ ਪੈਣ, ਕੋਸ਼ਿਸ਼ ਇਹ ਕੀਤੀ ਹੈ ਕਿ ਜ਼ਿਆਦਾ ਸੇ ਜ਼ਿਆਦਾ ਲੋਕਾਂ ਨਾਲ ਮੈਂ ਗੱਲਾਂ ਕਰਾਂ, ਜ਼ਿਆਦਾ ਸੇ ਜ਼ਿਆਦਾ ਲੋਕਾਂ ਨੂੰ ਮੈਂ ਝਿੰਝੋਣਾ ਅੰਦਰ ਉਹਨਾਂ ਦੇ ਵਿਚਕਾਰ ਮੈਂ ਦੇਖਾਂ ਯਾਰ ਕਿ ਇਹਨਾਂ ਦੇ ਅੰਦਰ ਕੀ ਪਿਆਸ ਹੈ, ਉਹਨਾਂ ਦੇ ਅੰਦਰ ਕੀ ਸੋਚ ਹੈ, ਉਹਨਾਂ ਦੀ ਆਖਿਰ ਥਿੰਕਿੰਗ ਕੀ ਵੇ। ਤਾਂ ਉਹਨਾਂ ਨੇ ਮੈਨੂੰ ਇਹੀ ਤੁਹਾਨੂੰ ਸਾਰਿਆਂ ਨੇ ਦੇਖਿਆ ਕਿਹੜੀ ਕਿਹੜੀ ਰਸਮਾਂ ਉਹਨਾਂ ਨੇ ਯਾਦ ਕਰਾਈਆਂ, ਕਿਹੜੇ ਕਿਹੜੇ ਦਿਨ ਉਹਨਾਂ ਨੇ ਯਾਦ ਕਰਾਏ ਕਿ ਜਿਹੜੇ ਸਾਡੇ ਬਜ਼ੁਰਗ ਗਏ ਉਹ ਕਿਸ ਤਰੀਕੇ ਨਾਲ ਸ਼ਾਦੀ ਵਿਆਹ ਕਰਦੇ ਹੁੰਦੇ। ਸ਼ਾਦੀ ਵਿਆਹ ਨੂੰ ਮੈਨੇ ਜੋ ਅੱਜ ਕੱਲ੍ਹ ਦਾ ਮੈਸੇਜ ਅਗਰ ਮੈਂ ਤੁਹਾਨੂੰ ਦੇਵਾਂ ਇਹ ਵੇ ਕਿ ਸਾਰੇ ਰਸੂਮਾਤ ਸਭ ਕੁਝ ਹੋ ਸਕਦੇ ਅਸੀਂ ਅਗਰ ਅਸੀਂ ਆਪ ਹੀ ਅੱਛੇ ਹੋ ਜਾਈਏ, ਅਸੀਂ ਅਗਰ ਸਾਦਗੀ ਵੱਲ ਚਲੇ ਜਾਈਏ, ਅਸੀਂ ਅਗਰ ਆਪਣੇ ਰਸੂਮਾਤ ਵੀ ਕਰੀਏ ਲੇਕਿਨ ਆਪਣੀ ਜਿਤਨੀ ਵੀ ਰਸੂਮਾਤ ਹਨ ਇਹਨਾਂ ਨੂੰ ਇਤਨੀ ਦਿਖਾਵਾ ਨਾ ਕਰੀਏ, ਅਗਰ ਅਸੀਂ ਦਿਖਾਵੇ ਵੱਲ ਚਲੇ ਜਾਈਏ ਬਸ ਯਾਦ ਰੱਖੋ ਨਾ ਅਸੀਂ ਇੱਥੇ ਦੇ ਰਹਿ ਸਕੀਏ ਨਾ ਅਸੀਂ ਉੱਥੇ ਦੇ ਰਹਿ ਸਕੀਏ। ਅਸੀਂ ਵਿਆਹ ਵੀ ਕਰ ਸਕਦੇ, ਵਿਆਹ ਨੂੰ ਆਸਾਨ ਬਣਾਉਣਾ ਚਾਹੀਦਾ। ਅਗਰ ਇੱਕ ਨਿਕਾਹ ਮਸਜਿਦ ਦੇ ਵਿਚਕਾਰ ਹੋ ਸਕਦਾ ਤਾਂ ਸਾਨੂੰ ਉਹਨੂੰ ਮਸਜਿਦ ਦੇ ਵਿਚਕਾਰ ਕਰੀਏ। ਆਪਣੇ ਇਸਲਾਮ ਨੂੰ ਵੀ ਸ਼ਾਦੀ ਵਿਆਹ 'ਚ ਅਸੀਂ ਕਿਉਂ ਭੁੱਲ ਜਾਂਦੇ ਹਾਂ? ਅਸੀਂ ਕਿਉਂ ਅੱਜ ਕੱਲ੍ਹ ਮਾਡਰਨ ਹੋ ਗਏ ਹਾਂ ਅਤੇ ਮਾਡਰਨ ਹੋ ਕੇ ਕਿ ਅਸੀਂ ਆਪਣੀ ਰਸੂਮਾਤ ਸੀ ਨਿਕਲਣੇ ਪਏ ਹਾਂ? ਅਸੀਂ ਅੱਧੇ ਤਿੱਤਰ ਅੱਧਾ ਬਟੇਰ ਤਾਂ ਨਹੀਂ ਹੋਣੇ ਪਏ ਹਾਂ ਕਿ ਅਸੀਂ ਦੂਏ ਨੂੰ ਵੀ ਫਾਲੋ ਕਰਨੇ ਪਏ ਅਤੇ ਆਪਣੀ ਰਵਾਇਤ ਨੂੰ, ਆਪਣੀ ਤਹਿਜ਼ੀਬ ਤਮੱਦਨ ਨੂੰ ਵੀ ਅਸੀਂ ਛੋੜਨੇ ਪਏ ਹਾਂ? ਅਸੀਂ ਘੱਟ ਪੈਸਿਆਂ ਦੇ ਵਿਚਕਾਰ ਅੱਛੇ ਸੀ ਅੱਛਾ ਵਿਆਹ ਕਰ ਸਕਦੇ ਹਾਂ, ਘੱਟ ਪੈਸਿਆਂ ਦੇ ਵਿਚਕਾਰ ਅੱਛਾ ਸੀ ਅੱਛਾ ਪਹਿਨਾਵਾ, ਅੱਛੇ ਸੀ ਅੱਛਾ ਲਿਬਾਸ ਪਾ ਸਕਦੇ ਹਾਂ, ਅੱਛੀ ਸੀ ਅੱਛੀ ਰੋਟੀ ਦੇ ਸਕਦੇ ਹਾਂ? ਮੈਨੇ ਤੁਹਾਨੂੰ ਹਰ ਚੀਜ਼ ਬਤਾ ਛੋੜੀ ਹੈ ਲੇਕਿਨ ਮੈਂ ਸਮਝਦਾ ਹਾਂ ਇਹ ਫੈਸਲਾ ਅੱਜ ਦੇ ਪ੍ਰੋਗਰਾਮ ਦਾ ਤੁਹਾਨੇ ਕਰਨਾ ਹੈ, ਤੁਹਾਨੇ ਫੈਸਲਾ ਕਰਨਾ, ਮੇਰੀ ਅੱਜ ਦੀ ਜਨਰੇਸ਼ਨ ਨੇ ਕਰਨਾ, ਜਿਹੜੇ ਮੈਨੂੰ ਹਿੰਦਕੋਵਾਨ ਦੇਖਦੇ ਪਏ, ਜਿੱਥੇ ਜਿੱਥੇ ਮੇਰੀ ਆਵਾਜ਼ ਜਾਂਦੀ ਪਈ ਹੈ, ਤੁਹਾਨੇ ਫੈਸਲਾ ਕਰਨਾ ਕਿ ਤੁਹਾਨੇ ਕਰਜ਼ ਚੁੱਕ ਕੇ ਵਿਆਹ ਕਰਨਾ, ਆਪ ਨੂੰ ਉਸ ਕਰਜ਼ੇ ਦੇ ਬੋਝ 'ਚ ਫਸਾਉਣਾ, ਜਾਂ ਆਪਣੀ ਚਾਦਰ ਦੇਖ ਕੇ ਤੁਹਾਨੇ ਪੈਰ ਫੈਲਾਉਣੇ, ਤੁਹਾਨੇ ਉਸੀ ਜਿੰਨਾ ਵੀ ਤੁਹਾਡਾ ਵੱਸ ਹੈ, ਅੱਲਾ ਨੇ ਜਿੰਨੀ ਤੌਫੀਕ ਦਿੱਤੀ ਹੋਈ ਹੈ ਉਸੇ ਵਿਚਕਾਰ ਹੀ ਤੁਸੀਂ ਆਪਣੀ ਰਸੂਮਾਤ ਨੂੰ, ਆਪਣੀ ਹਰ ਆਪਣੀ ਪਿਛੋਰੀ ਕਲਚਰ ਨੂੰ ਤੁਸੀਂ ਨਾ ਭੁੱਲੋ। ਅਗਰ ਤੁਸੀਂ ਆਪਣੀ ਇਸ ਕਲਚਰ ਨੂੰ ਅੱਜ ਤੁਹਾਨੇ ਭੁੱਲ ਛੋੜਾਂ ਤਾਂ ਤੁਹਾਡਾ ਨਾਮ ਲੈਣ ਵਾਲਾ ਵੀ ਕੋਈ ਨਾ। ਅਸੀਂ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਹੈ ਕਿਸ ਤਰ੍ਹਾਂ ਲੱਗਿਆ, ਤੁਹਾਨੇ ਮੈਨੂੰ ਫੀਡਬੈਕ ਜ਼ਰੂਰ ਦੇਣਾ, ਕਿਉਂਕਿ ਜਦੋਂ ਤੁਸੀਂ ਲੋਕ ਫੀਡਬੈਕ ਦਿੰਦੇ ਹੋ ਨਾ
ਅਤੇ ਮੈਂ ਜਿਹੜਾ ਇਤਨਾ ਪ੍ਰੋਗਰਾਮ ਕਰਨਾ ਵਾ, ਭਾਗ ਦੌੜ ਕਰਨਾ ਵਾ, ਇਹ ਤੁਹਾਡੇ ਵਾਸਤੇ ਕਰਨਾ, ਮੈਨੂੰ ਅੱਜ ਮੇਰਾ ਖੂਨ ਜ਼ਿਆਦਾ ਹੋ ਜਾਂਦਾ, ਮੈਨੂੰ ਪਤਾ ਲੱਗ ਜਾਂਦਾ ਯਾਰ ਤੁਸੀਂ ਲੋਕ ਦੇਖਦੇ ਪਏ ਹੋ, ਸਾਡੀ ਜ਼ਬਾਨ ਸਾਡੀ ਆਵਾਜ਼ ਅੱਗੇ ਤੱਕ ਜਾਂਦੀ ਪਈ ਹੈ। ਅਤੇ ਤੁਸੀਂ ਅਗਰ ਚਾਹੁੰਦੇ ਹੋ ਕਿ ਮੈਂ ਕਿਸੇ ਅਜੇ ਟੋਪਿਕ 'ਤੇ ਗੱਲ ਕਰਾਂ ਜੋ ਤੁਸੀਂ ਲੋਕ ਵੇਖਣਾ ਚਾਹੁੰਦੇ ਹੋ, ਤਾਂ ਤੁਸੀਂ ਉਸ ਟੋਪਿਕ ਦੇ ਹਵਾਲੇ ਨਾਲ ਮੈਨੂੰ ਮੈਸੇਜ ਕਰੋ। ਅਗਰ ਵਟਸਐਪ 'ਤੇ ਸਾਡਾ ਨੰਬਰ ਆਉਂਦਾ ਪਈ ਹੈ, ਉੱਥੇ ਤੁਹਾਨੂੰ ਸਾਨੂੰ ਸਜੈਸ਼ਨਸ ਦੇਵੋ। ਅਤੇ ਅਗਰ ਤੁਸੀਂ ਸੋਸ਼ਲ ਮੀਡੀਆ 'ਤੇ ਸਾਡਾ ਇਹ ਪ੍ਰੋਗਰਾਮ ਦੇਖਦੇ ਪਏ ਹੋ, ਤਾਂ ਤੁਹਾਨੂੰ ਪਤਾ ਤੁਹਾਨੂੰ ਕੀ ਕਰਨਾ, ਲਾਈਕ ਕਰੋ, ਇਹਨੂੰ ਸ਼ੇਅਰ ਕਰੋ ਜ਼ਿਆਦਾ ਸੇ ਜ਼ਿਆਦਾ ਲੋਕਾਂ ਨਾਲ, ਜ਼ਿਆਦਾ ਸੇ ਜ਼ਿਆਦਾ ਪਿਛੋਰੀਆਂ ਨਾਲ, ਉਹਨਾਂ ਨੂੰ ਬਤਾਓ ਕਿ ਸਾਡੇ ਜਿਹੜੇ ਪੁਰਾਣੇ ਵਿਆਹ ਦੇ ਵਿਚਕਾਰ ਰਸਮੋਂ ਰਿਵਾਜ ਹੁੰਦੇ ਆ ਉਹ ਕਿਸ ਤਰੀਕੇ ਨਾਲ ਹੁੰਦੇ, ਅਤੇ ਘੱਟ ਪੈਸਿਆਂ ਦੇ ਵਿਚਕਾਰ ਵੀ ਅਸੀਂ ਖੁਸ਼ੀਆਂ ਨਾਲ ਆਪਣੀ ਸ਼ਾਦੀਆਂ ਨੂੰ ਨਿਭਾ ਸਕਦੇ ਹਾਂ। ਅਗਲੇ ਪ੍ਰੋਗਰਾਮ ਤੱਕ ਆਪਣੇ ਮੇਜ਼ਬਾਨ ਨੂੰ ਇਜਾਜ਼ਤ ਦੇਵੋ ਅਤੇ ਆਪਣਾ ਬਹੁਤ 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 ਖਿਆਲ ਰੱਖੋ।